ਕਿਵੇਂ ਮਿੱਤਰੋ, ਕੀ ਹਾਲ ਚਾਲ, ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਲਾਈਵ ਸਟ੍ਰੀਮ ਦੇ ਵਿੱਚ। ਅਤੇ ਕਿੱਦਾਂ ਘੈਂਟੋ, ਅੱਜ ਆਪਾਂ ਖੇਡਾਂਗੇ ਫਾਰਮਿੰਗ ਸੈਮੂਲੇਟਰ 22। ਅਤੇ ਗੇਮ ਤਾਂ ਹੈਗੀ ਆ, ਹੁਣ ਖੇਡੀਏ ਕੀ ਉਹਦੇ 'ਚ ਇਹ ਨਹੀਂ ਦਿਮਾਗ 'ਚ ਹੈਗਾ ਕਿ ਮਤਲਬ ਕਰਾਂਗੇ ਕੀ, ਕੁਝ ਖੇਤੀਬਾੜੀ ਕੁਛ ਇੱਦਾਂ ਦਾ ਕੁਛ ਹੀ ਕਰਾਂਗੇ, ਹੈ ਨਾ। ਫਿਰ ਦੇਖਦੇ ਹੈ। ਗੁਰਸੇਕ ਬਾਈ ਹੈਲੋ, ਹਰਜੋਤ ਬਾਈ ਹੈਲੋ, ਅਰਮਾਨ ਪੱਟੀ ਹੈਲੋ, ਅਰਮਾਨ ਗੇਮਿੰਗ ਹੈਲੋ, ਆਰਸ਼ ਬਾਈ ਹੈਲੋ, ਹਰਪ੍ਰੀਤ ਹੈਲੋ, ਗਰੇਵਾਲ ਵਿਨ ਹੈਲੋ ਬਾਈ, ਲਵੀਸ਼ ਮਲਵਾਇਰ, ਜੇ ਸਕੀਮਾਂ ਪਤਾ ਲੱਗ ਜੇ ਰੌਲਾ ਪਾ ਦੀਦਾ। ਜੇ ਸਕੀਮਾਂ ਪਤਾ ਲੱਗ ਜੇ ਤਾਂ ਰੌਲਾ ਨਹੀਂ ਪਾਈਦਾ। ਸਮਝਿਆ ਨਹੀਂ, ਸਮਝਿਆ ਨਹੀਂ। ਗੁਰਵਿੰਦਰ ਜੱਜ ਹੈਲੋ ਬਾਈ, ਹਰਪ੍ਰੀਤ ਬਾਈ ਹੈਲੋ, ਕੀ ਹਾਲ ਚਾਲ ਨੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੂੰ ਆਉਂਦੇ ਹੀ ਕਨਫਿਊਜ਼ ਕਰਦੇ, ਸਿੱਧੀ ਸਿੱਧੀ ਗੱਲ ਕਰ, ਕੀ ਕਰਦੀ ਹੈ ਕਿਉਂ ਤਾਂ। ਅੱਛਾ ਸਰ, ਮੈਨੂੰ ਕਿਹਾ। ਅੱਛਾ ਠੀਕ ਹੈ, ਠੀਕ ਹੈ, ਠੀਕ ਹੈ, ਮੈਮ, ਗੋਟ ਇਟ, ਗੋਟ ਇਟ। ਮੈਨੂੰ ਮਤਲਬ ਡਾਊਟ ਸੀਗਾ, ਕਲੀਅਰ ਹੋ ਗਿਆ। ਓਕੇ, ਗਰੇਵਾਲ ਵਿਨ ਹੈਲੋ ਬਾਈ, ਕੀ ਹਾਲ ਚਾਲ ਨੇ। ਗੇਮਿੰਗ ਪੀ ਸੀ ਪ੍ਰਾਈਜ਼ ਵੀਡੀਓ ਬਣਾਵਾਂਗੇ ਬਾਈ, ਉਹਦੇ ਕੈਲਕੂਲੇਟ ਕਰਾਂਗੇ ਕਿ ਕਿੰਨਾ ਆ ਗਿਆ ਹੁਣ ਤੱਕ ਖਰਚਾ। ਹੁਣ ਤੱਕ ਨਹੀਂ ਮਤਲਬ ਕਰੰਟ ਜੋ ਵੈਲਿਊ ਹੋਊਗੀ ਇਹਦੀ, ਸੋ ਕਿੰਨੇ ਦਾ ਇਹਦੇ ਨਾਲ ਦਾ ਪੀ ਸੀ ਬਣੂ, ਮੋਨੀਟਰ ਮੋਨੀਟਰ ਸਭ ਕੁਛ ਲਾ ਕੇ, ਠੀਕ ਹੈ। ਸੋ ਫਿਰ ਮਤਲਬ ਆਖਾ ਰੂਮ 'ਚ ਜਿੰਨਾ ਸਮਾਨ ਪਿਆ ਉਹਦਾ। ਅਤੇ ਹੋਰ ਦੱਸੋ ਮਿੱਤਰੋ, ਕੀ ਹਾਲ ਚਾਲ ਨੇ, ਸੈੱਟ ਹੋ ਜਾਵਾਂ। ਚੱਲ ਕੋਈ ਨਾ, ਚਾਰ ਪੈਸੇ ਬਣ ਜਾਣਗੇ ਬਾਈ। ਪੈਸੇ ਹੁਣ ਡੇਲੀ ਕਰਿਆ ਕਰਾਂਗੇ ਲਾਈਵ, ਹੁਣ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਯਾਰ, ਹੁਣ ਵਿਹਲੇ ਹਾਂ, ਪੈਸੇ ਕੰਮ 'ਤੇ ਹਾਂ। ਓਕੇ, ਮੈਂ ਆਪਣੇ ਚਾਰਜਰ, ਹੈਲੋ ਮਾਈ ਗੇਮਿੰਗ ਪੀ ਸੀ ਵੈਲਿਊ 5 ਲੱਖ, ਵਧੀਆ ਗੱਲ ਹੈ। ਵੈਸੇ ਬੰਦੇ ਸਟਰੀਮ ਵੇਖਣੋਂ ਹਟ ਜਾਂਦੇ ਜਿਹਦੇ ਕੋਲ ਗੇਮਿੰਗ ਪੀ ਸੀ ਆ ਜੇ। ਚਲ ਬਹੁਤ ਬਹੁਤ ਧੰਨਵਾਦ ਦੇਖਣ ਲਈ। ਕਿੱਦਾਂ ਬਾਈ ਦਵਿੰਦਰ ਬਾਈ, ਕਿੱਦਾਂ ਬਾਈ, ਇੱਥੇ ਕਿੰਨੇ ਦੀ ਆਈ ਆ, ਕੀ ਲਿਖਿਆ ਇੱਥੇ ਪਤਾ ਨਹੀਂ। ਹੈਲੋ ਜਾਨ, ਹੈਲੋ ਪ੍ਰੀਤ ਬਾਈ, ਹੈਲੋ ਹੈਲੋ ਬ੍ਰੋ, ਕਿੱਦਾਂ ਬਾਈ, ਕੀ ਹਾਲ ਚਾਲ ਨੇ। ਵਰਿੰਦਰਾ ਹੈਲੋ ਬਾਈ, ਵਰਿੰਦਰ ਅਤੇ ਮਲਟੀ ਟਾਸਕਿੰਗ ਪਲੇਅਰਸ ਹੈਲੋ ਬਾਈ ਲੰਡੀ ਜੀ, ਪਲੀਜ਼ ਪਲੀਜ਼ ਪਲੀਜ਼, ਥੈਂਕ ਯੂ ਥੈਂਕ ਯੂ ਥੈਂਕ ਯੂ। ਉਹ ਵੀ ਲਿਆਵਾਂਗੇ, ਉਬਰੀਓ ਕਰਵਾਈ ਹੋ ਨਾ ਬਾਈ। ਥਾਰ ਕਿੰਨੇ ਦੀ ਆਈ ਬਾਈ, ਥਾਰ ਤਾਂ ਵਾਧੂ ਟਾਈਮ ਦੀ ਆਪਣੇ ਕੋਲ, ਆਪਣੀ ਆਈ ਸੀ ਥਾਰ ਇਹ 16 16 ਦੀ ਆਈ ਸੀ ਮੇ ਬੀ, 69 11 69 11 ਵੀ ਲਿਆਵਾਂਗੇ ਬਾਈ। ਪਹਿਲਾਂ ਬੰਦੇ ਜੁੜ ਜਾਓ ਵਾਧੂ ਸਾਰੇ ਜਾਣੇ ਯਾਰ, ਪਹਿਲਾਂ ਤਾਂ ਆ ਜਾਓ ਲਾਈਵ 'ਤੇ ਇੱਕ ਵਾਰੀ, ਕਨੈਕਟ ਜੇ ਹੋ ਜਾਓ। ਆਰਸ਼ ਸਿੰਘ ਹੈਲੋ ਬਾਈ, ਕੀ ਹਾਲ ਚਾਲ ਨੇ, ਆਈ ਲਾਈਕ ਯੂਰ ਵੀਡੀਓਜ਼, ਥੈਂਕ ਯੂ ਬਾਈ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਗੁਰਵੀਰ ਜੱਜ ਚੈਟ, ਚੈਟ ਹੀ ਤਾਂ ਪੜ੍ਹੀ ਜਾਂਦੇ ਭਰਾਵਾ, ਹੁਣ ਲਿਖਿਆ ਕੀ ਆ ਉਹ ਨਹੀਂ ਮੈਨੂੰ ਪਤਾ। ਹੋ 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 ਹੈਲੋ ਬਾਈ, ਨਾਮ ਲੈ ਦੇ ਧਾਲੀਵਾਲ ਬਾਈ, ਕਿੱਦਾਂ। 855 ਸਿੰਪਲ ਹੀ ਰੱਖਣਾ ਸੀ। ਹਾਂਜੀ ਹਾਂਜੀ ਹਾਂਜੀ, ਜੀਪੇ 'ਤੇ ਕੀ ਆ ਗਿਆ ਬਾਈ। ਬਾਈ ਦੇ ਵੇ ਤੁਸੀਂ ਸੁਪਰ ਚੈਟ ਕਰ ਸਕਦੇ ਹੋ ਸਪੋਰਟ ਕਰਨ ਦੇ ਲਈ ਸਟਰੀਮ ਨੂੰ। ਅਤੇ ਅੱਜ ਆਏ ਤਾਂ ਆਏ ਹੋਇਆ ਜੀ, ਅੱਟ ਸਾਰੇ ਲਾਈਵ ਆ ਇੱਥੇ ਰੱਖ ਯਾਰ, ਪੱਖਾ ਛੱਡਣ ਨੂੰ ਜੀ ਕਰਦਾ ਯਾਰ, ਤਿੰਨ ਕੁ ਨੰਬਰ 'ਤੇ ਯਾਰ, ਮੇਰੇ ਪੱਖੇ ਦਾ ਖਰਾਬ ਹੀ ਹੋ ਗਿਆ ਰੈਗੂਲੇਟਰ ਜਾ, 3 ਨੰਬਰ 'ਤੇ ਸਾਲਾ ਮਸਾਂ ਘੁੰਮਦਾ, ਗੇੜੇ ਹੀ ਨਹੀਂ ਖਾਂਦਾ ਯਾਰ, ਹੌਲੀ 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 ਚੱਕਰ ਜੇ ਲਾਉਂਦਾ। ਸੋ ਯਾਰ ਜਨਤਾ ਆਈ ਨਹੀਂ ਹਜੇ ਤੱਕ ਲਾਈਵ 'ਤੇ, ਮੈਂ ਕਹਿੰਦਾ ਗੇਮ ਫੇਰ ਹੀ ਚਲਾਵਾਂਗੇ, ਮਾੜੇ ਬੰਦੇ ਜੁੜ ਲੈਣਗੇ ਵੀਰੇ। ਇਹ ਤੁਹਾਡੀ ਗੇਮਿੰਗ ਪੀ ਸੀ ਮਤਲਬ ਕਮਾਲ ਹੈ, ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ। ਅਰੇ ਮੇਰਾ ਨਾਮ ਗੁਰਵੀਰ, ਗੁਰਵੀਰ ਬਾਈ ਕਿੱਦਾਂ 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 ਬਾਈ ਕਿੱਦਾਂ ਕਿੱਦਾਂ ਬਾਈ। ਸੈੱਲ ਪਵਾਲੋ, ਸੈੱਲ ਤਾਂ ਹੈਗਾ 4th ਨੰਬਰ 'ਤੇ ਫੁੱਲ ਚੱਲਦਾ ਸੈੱਲ, ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਹੀ, ਸੈੱਲ ਨਹੀਂ ਹੁੰਦਾ ਬਾਈ ਦੇ ਵੇ ਬ੍ਰੋ, ਇਟਸ ਕਾਲਡ ਕਪੈਸਟਰ। ਡਿਸਕ੍ਰਿਪਸ਼ਨ 'ਚ ਵੀ ਚੇਂਜ ਕਰਤਾ ਬਾਈ, ਕੱਲ੍ਹ ਤੁਸੀਂ ਕਹੀ ਜਾਂਦੇ ਡਿਸਕ੍ਰਿਪਸ਼ਨ ਨਹੀਂ ਚੇਂਜ ਕੀਤੀ, ਚੱਕੋ ਕਰਤਾ। ਹੋ 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 ਅਤੇ ਗੇਮ ਲਾਈ ਜਾਵੇ ਅੱਜ ਯਾਰ, ਆਡੀਓ ਊਡੀਓ ਦਾ ਨਵਾਂ ਸੈਟਅਪ ਜਿਹਾ ਕੀਤਾ, ਆਈ ਡੋਂਟ ਨੋ ਬਾਈ ਕਿੱਦਾਂ ਦੇ ਆਊਗੀ ਆਵਾਜ਼ ਬੂਝ, ਬਸ ਮੈਂ ਲਾ ਤਾ। ਪੀ ਵੈਲਕਮ ਕਰ, ਮੈਂ ਰੋਜ਼ ਆਉਂਦਾ। ਮਿਸਟਰ ਗੈਲ ਗੇਮਿੰਗ ਬਾਈ ਕਿੱਦਾਂ, ਕੀ ਹਾਲ ਚਾਲ ਨੇ, ਸਤਿ ਸ਼੍ਰੀ ਅਕਾਲ। ਬਾਈ ਸਾਰਿਆਂ ਦੀ ਵੈਲਕਮ ਕਰਦਾ, ਚਾਹੇ ਰੋਜ਼ ਆਓ ਨਾ ਆਓ, ਜਿੰਨਾ ਦਾ ਨਾ ਦੇਖ ਜਾਂਦਾ ਮੈਨੂੰ ਕਮੈਂਟ, ਆਪਾਂ ਜ਼ਰੂਰ ਕਰ ਭੈਂਕਰ ਉਹੋ ਜਿਹੀਆਂ ਆਪੇ ਉਹੋ ਜਿਹਾ ਹੀ ਪਿਆ ਭੈਂਕਰ, ਉਹੋ ਜਿਹਾ ਹੀ ਪਿਆ ਮੇਰੇ ਠੰਡੇ ਵੱਲ ਵੀ, ਤੁਹਾਡੇ ਵੱਲ ਵੀ ਵਧਾਈਆਂ ਹੈ, ਥੈਂਕ ਯੂ ਬਾਈ। ਮਣੀ ਰਮਾਣਾ ਹੈਲੋ ਬਾਈ, ਹੈਲੋ ਸੁਖਮਨ ਬਾਈ, ਵਟਸਐਪ ਚੈਨਲ, ਵਟਸਐਪ ਚੈਨਲ 'ਚ ਪਾਈਏ ਲਿੰਕ ਲੁੰਕ, ਪੇਪਰ ਮੁੱਕ ਗਏ ਮੇਰੇ। ਅੱਛਾ ਤਾਂ ਹੀ ਨੋਟੀਫਿਕੇਸ਼ਨ ਕੈਂਕ ਬਣਿਆ ਫਿਰਦਾ, ਵੀਡੀਓ ਤੋਂ ਵੀ ਸਾਰਿਆਂ ਨਾਲੋਂ ਪਹਿਲਾਂ ਕਮੈਂਟ ਬਾਈ ਇਸ ਬੰਦੇ ਦਾ। ਮੈਂ ਕਿਹਾ ਕਿਆ ਬਾਤ ਹੈ, ਸਿਰਾ ਹੀ ਕਰਾਇਆ ਪਿਆ ਇਹਦਾ। ਹੋ 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 ਹੋ
एक मिनट का इस लिंका लुंका भेज दिए। आ जा की कहती है भाभी ये। वीडियो ते पहला भी सब तो पहला सी, सारे तो पहला ही, सारे तो पहला तेरा, सारे फास्ट फास्ट लिखी ने, तू कहला दिल जा भेज के जा बनवेड़ के दे क्या। चलो जी है ना, मेरे को कहती आए आए आए, चलो चला दिए फिर गेम घूमो की कहने हो। मैं कहना यार जे 50 लाइक हो यार फिर ही गेम चलाइए, पिछली वीडियो ते मेरा सी, पिछली वीडियो ते भी मेरा सी। ओके फिर तो सही। होला 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 यार तू होला होला ना क्या कर, मैं वैलोरेंट ला लेनी है फिर वो च सोवा खेलना होता। होला अनबैन हो गया कि नहीं हो गया? हो गया भाई वो यार, आप ही अनबैन किया उन्होंने, आप ही मैंने मैसेज आ गया। तो भाई परमानेंट बैन सी जिंदगी भर का, पबजी वालों नवा पीसी बनाना पैना सी। हैलो हैलो होला होला हैलो भाई एक बारी नेम लै दो। अभी जोत मान भाई किदा की हाल चाल ने, सत श्री अकाल। हाँ भाई पंजाबी फार्मर भाई, यस मणि रोमाना भाई किदा मेरे असी ए थैंकू, जल्दी ही डायमंड बटन दबा देवे आ इत रख। फार्मिंग ऑफ अंश हैलो भाई की हाल चाल ने। अरमान की किया जाए माड़ा फार्मिंग च, माड़ा चानण पाओगे थोड़ा जहा कुछ, मतलब आइडिया दे दो मैनू कुछ, मतलब लाइक प्लीज गाइड मी यार। कैमरा कूमरा या बड़ा सोहना लगी जाता सारा, मैं आपदे आप वेख ही खुश हुई भावें मैं अज नहीं नहाता गा, जी असली गल है सच्ची सोहन लगे, टी शर्ट बदल के आ गया। चोरी की जाए झोना वढ़िया होया, तू झोना तो वढ़िया होया फिर की, झोना वढ़िया होया कदे तेरे दे ना लग जाए। हैप्पी जी नाल तू लक्की दी वीडियो शूट करदा सी, ओ की सी नाल तू लक्की दी वीडियो शूट करदा सी, ओ गोप्रो आ ब्रो आ पिया देख, एदे नाल ही व्लॉग बनाया मैं। ओए होए मॉनिटर ही हिला लिया छोटे चक्करा च, सो दिस इज कॉल्ड गोप्रो ब्रो, पता ही होगा यार सारे यार। आ देखो निका जा कैमरा है, फोकस कर बई, ये तो उत्ते केस लगे वा, ये इदू भी छोटा वा, इस केस लगा वा। चल कोई ना, नहाता लगता फिर भी देसी दसी का नहीं होंगे, वो कुछ नहीं होंगे। आ देखो इन बस इतों ऑन करना, तो कई तो यदि भी नहीं लोड़ पैंती, सीधा बटन अपो वीडियो स्टार्ट हो जाती है। गोप्रो की वीडियो नहीं सोहनी लगती हमको, ओए वो ज़्यादा वाइट ता ही रखी थी। आ देखो हूँ शायद तुम देख सकते हो कि ब्राइटनेस ज़्यादा वा थोड़ी स्क्रीन की, तो चीज घेंट है यार भाई जी चीज है ना, यदा नज़ारा यदा मतलब पसंद ही है ये। हूँ ना आप बस इनू 2 साल चलावे, उस बाद आप नवा लियावे, उस बाद जो लेटेस्ट होया फोकस 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 हो। कैमरामैन जल्दी फोकस करो, हजे भी नहीं सुन दिखना, ये नहीं दिखना इस कै ये ब्राइटनेस ले लिया फिर पसंद हो, यदा पसंद तो बहुत पुराना वा। इतने माइक लग जाता, यदा माइक अडैप्टर अडूप्टर लगा वा, सो माइक इच एक्सटर्नल भी ला सकते हो, फोटो भी खिंची जाती है, टाइम लैप्स बहुत वधिया बंद गा, घैंट चीज़ आ। ओल्ड म्यूजिक सिस्टम की बेस नहीं बई, यदि सिरा वा देखने लगता घट ठीक है वीडियो च, पर बई सुन च स्वाद होंगे ना यार जरा। वीरे साडा गोप्रो किन्ने दा सी? ये गोप्रो यार आप लिया सी पहला 50 लाइक करो मित्रों, आप भैं चो ला गेम भी लाइनी है नाल नाल दसी जावे थोनू यार। इनू मैं हुण रखा कित्थे, उत्थे रख दिया, बाहां जी इहदियां खिलर गईयां। ये मैं लिया सी भाई पूरा सैटअप जिहड़ा, ये मैमरी कार्ड, 2 बैटरियां इहदियां ते होर लटर मटर 40 दा, 40 हज़ार दा। तेरा घर जाएगा इसमें? अब नहीं अद्धा घर जाएगा इसमें, घर का फर्नीचर जाएगा। ऊपर हुंदा की आ ग्रो प्लेयर पता नहीं भरावा, गो प्रो गो जाओ, पर प्रो प्रो मीन्स लाइक प्रोफेशनल, बाहर जाओ ये चीज आउटडोर शूट करने वाले। टेकराज हैलो भाई की हाल चाल ने। मैं तमिया मुकाबला की वीडियो कदों आऊगी भाई? ये अरमान होर मैं कलैबरेशन करना चाहता, अरमान हो गया अपना भाई धालीवाल गेमिंग, इन्होंने कलैबरेशन करके बनावे। लै भाई 50 लाइक करते हूँ लाने गो प्रोफेशनल गया, मे भी मैनू पक्का मैनू भी नहीं पता गा, सो वाह चीज़ा लाइया सी करके महंगा आया है पच 5500 पता नहीं 6 हज़ार का, तो माइक अडैप्टर जी जिदा इस माइक ला सकते अपना सीए दे बूफर, सुईए दे भाई सीए दी वक्री चीज़ आ वा, सारी हरेक चीज़ डिफरेंट आ भाई। चलो ये चीज़ का मैनू कुछ नहीं पता, कल नू असी खेत बनाने हैं है हैं हैं मतलब की खेत की लाइक व्हाट यू मीन बाय दिस,
भाई 48 हो गया, 53 हो गए यार। GoPro is American company that manufacture action camera. The name GoPro. GoPro comes from the idea going pro. ट्रैक्टरां ते पैसा कित्थों लाइए, खेती करांगे नहीं पैसा आऊ ता ही पैसा आऊ, ओही ता गल ए ता है। गूगल तो कॉपी ओ ता मैनूं लग्या। आ अज गेम कैप्चर सही चल पिया, सही है सही है सही है। अज FPS ज्यादा होणगे गेम दे विच, नजारा आऊगा। वीरे असीं गेमिंग इन्नी वधिया करदे हो, कुनता कांता फोन लाइक बठी रहनी आ। भाई की क्या उदय वीर फार्म ट्रैक 60 प्लीज विच बी प्लीज। मनिंदर गेमिंग हेलो गरेवाल भाई, हेलो हिप हॉप 99 FF, हेलो भाई। की खेडा जाए पहला तो यार, ना इन छोटा जा करा पहला तो। यूआई स्केल कितने होंगे यदा यूआई 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 इन गेम। हाँ बहुत बड़ा लगता मैंने, बड़ा बड़ा है सब कुछ पैंता यार। की कह रहे हैं वो तो मैनू भी नहीं पता लग्या। अज लॉन्ग लाइव चलू या 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 प्रो या। निर्माण भाई हैलो, कुलविंदर भाई हैलो भाई। गेम प्ले न्यू पीसी या न्यू पीसी या न्यू पीसी या न्यू पीसी ही होगा हम पुराना। एक की पबजी की सैकंड लाइव, हाँ हाँ पबजी सैकंड लाइव। की खेडा जाए यार, ट्राले ट्रूले चढ़ाइए ढेरी चे, झोना वढ़िया वाई चो उ जाके सुपर सीटर मार गए कि झोना वढ़ गए। मैं कहना झोना झा नहीं वढ़ लगे यार। झोना वड के कणक बीजनी बापू होया बीमार नी झंडी कर वाली मसका लाना मार ओदिया गीता दिल कुछ कीता जाऊंदा रवे। आज तो लाला लाला होगी झोना वड़ स्वाद आऊ ट्राली खबो। ट्राली खबोई, ट्राली खबोनी कड़ा सौखी है ब्रो। चलो देखते हैं करते हैं कोई सही तो सवाद यार। सर्वर चाहता सी, सर्वर दी इन्होंने भैन काटती भाई मेरे साले। भाई गलत गल आ भाई, सीधी तो स्पष्ट गल दसदा, ये पैसे बनाने लग जाते गलत तरीके ने जिदे करके दूजे का खेडने का मन नहीं करता। कितने कॉम्पीटिशन होंगे, सर्वर किधर गया आ दसी तो जाना सर्वर बारे। अद्धी रात को बह के की फायदा यार, भैन चो तो थड़िया ट्रेटर लै के भी तो हो ही सकता काम। स्वाद तो आ रहा है ना गेम खेडन का, पैसे पूहे बनो इन्होंने भैन ही काटती यार। मेरे डायमंड बटन ते थोनू इदा ही मिल जूगा। अच्छा भाई गोल्ड तो नहीं हजे तो झाक कोई। अपने फिर एक मिनट गाइस, एक मिनट गाइस। गेम साउंड कट कर ला थोड़ी जी, पता सीधा 100 मिलियन वाला दबाना प्ले बटन। एनवायरमेंट साउंड प्लीज, एनवायरमेंट साउंड 0। ओके 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 सारा कुछ कर दिया। पहले 10 डेसिबल मैकू की आवाज आती है थोनू जड़िया बाहर चीक मारी जाती है। एनवायरमेंट इतने जाई थी आ की भैन कड़ती नहीं आती। वो एनवायरमेंट 0 भी नहीं रखी जा सकती यार, बंदा तुरदा फिरदा तो आ जाए। वो सेव भी करता यार, मीह जा क्यों पई जाता। एक मिनट गाइस माड़ा ये सेटिंग वेटिंग जी कर लिए, असी नहीं देखा। मैं तो क्या गेम प्ले बना एक थोड़ा जा। यार मीह जहा हटूगा कि नहीं, यही तो एनवायरमेंट है मीह वाला, वह मैं समझ गया। फिर पैर पूरा की भी नहीं आवाज आती,
ਚਲੋ ਕੋਈ ਨਾ ਭਾਈ, ਤੁਸੀਂ ਗ੍ਰੇਟ ਹੋ। ਥੈਂਕ ਯੂ ਭਾਈ, ਥੈਂਕ ਯੂ ਭਾਈ। ਜਮਾ ਹੀ ਨਹੀਂ ਯਾਰ ਚਾਚਾ ਜੀ, ਕੁਛ ਤਾਂ ਧੱਕਾ ਹੋ ਗਿਆ ਚਾਚਾ ਜੀ, ਇੱਧਰ ਨਾ ਹੀ ਆਈਏ। ਝੋਨੇ 'ਚ ਟਰਾਲੀ ਸਿੱਟੀ ਮੰਡੀ 'ਚ, ਮਾਸਟਰ ਕਰਦੇ 100, ਮਾਸਟਰ ਕਰ ਦਈਏ 100, ਟਰੈਕਟਰਾਂ ਦੀ ਕਰ ਦਈਏ 60-50 ਕਿ ਬਾਹਲੀ ਨਾ ਆਵੇ। ਠੀਕ ਹੈ, ਝੋਨੇ 'ਚ ਟਰਾਲੀ ਸਿੱਟੀ, ਝੋਨੇ ਦੀ ਟਰਾਲੀ ਨਹੀਂ, ਝੋਨੇ 'ਚ ਟਰਾਲੀ ਸਿੱਟੀ ਮਾਣ 'ਚ ਸਵੇਰੇ, ਝੋਨੇ ਦੀ ਟਰਾਲੀ ਸਿੱਟੀ ਮਾਣ 'ਚ ਸਵੇਰੇ, ਮੁੱਕਦੀਆਂ ਨਹੀਂ ਗਾਲਾਂ ਪਈਆਂ ਜਾਂਦੀਆਂ ਬਥੇਰੀਆਂ। ਨਾ ਹਟ 11 ਕਹਿੰਦੇ ਨੇ ਇਹਨੂੰ, ਨਾ ਹਟ 11, ਚੱਲ 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 ਚੱਲ, ਓਏ 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 ਇਨਵਾਇਰਮੈਂਟ 10-20 ਕਰੀ ਫਿਰ। ਖੁੱਭ ਗਿਆ ਬਈ ਰੋਟੀ ਕਮਾ ਕੰਬਲ ਬਾਈ, ਇੱਧਰ ਕਹਿੰਦੇ ਟਰੈਕਟਰ ਖੁੱਭ ਗਿਆ ਆਉਂਦੇ ਜੀ। ਯਾਰ ਪਹਿਲਾਂ ਤਾਂ ਮਸ਼ੀਨ ਲਾਈ ਹੈ ਇੱਕ ਪਾਸੋਂ, ਓਏ 53-10, 53-0, 54-03, 53-10 ਸਾਡੀ। ਓਏ ਬਾਲਾ ਨਹੀਂ ਖੁੱਭੀ ਜਾਂਦੇ ਯਾਰ, ਭਲਵਾਨ 855 ਵੀ ਲਿਆ, ਟਰੈਕਟਰ ਬਥੇਰੇ ਆ, ਕੱਢ ਜਾਓ। ਚੱਲ 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 ਚੱਲ, ਅਜੇ ਤਾਂ ਮੈਂ ਕੱਟ ਦਿੰਦਾ ਉਹਨਾਂ ਦੀ, ਚੱਲ ਚੱਲ ਪਤਾ ਮੈਂ ਬਈ ਫੀਲ ਲੈ ਕੇ ਬਹਿ ਜਾਂਦਾ ਹੁੰਦਾ ਆਪਾਂ ਤਾਂ। ਕਮੈਂਡ ਸਹੀ ਹੈ ਮਿੱਤਰੋ ਆਪਣੀ, ਮੱਡ ਸਿਸਟਮ, ਮੱਡ ਸਿਸਟਮ ਬਈ ਖਿਲਾ ਰਿਹਾ ਵਾ ਉੱਥੇ, ਟਰਾਲੀਆਂ ਭਰ ਭਰ ਲਾਈ ਕੇ ਬਹੁਤ ਸੈਲੋ ਬਰੋ। ਸੁਪਰ ਫੀਡਰ ਚਲਾਉਣਾ ਇੱਥੇ ਆਪਾਂ, ਯਾਰ ਕਰਚੇ ਹਰੇ ਕਿਉਂ ਆ, ਆਏ ਨਹੀਂ ਚੜ੍ਹਨਾ, ਇਹਦਾ ਬੈਗ ਲਿਜਾਣਾ ਪਊਗਾ। ਮੈਨੂੰ ਲੱਗਦਾ ਬਈ ਯਾਰ ਨਾ ਆਪਾਂ ਕੰਮ ਹੀ ਗਲਤ ਕਰ ਲਿਆ, ਧਿਆਨ ਨਾਲ ਨਹਿਰ ਟੁੱਟਣ ਵਾਲੀ ਯਾਰ ਤੇਰੇ ਖੇਤ 'ਚ ਹੈ, ਦਿਖਾਈ ਕਿੱਥੇ ਆਹ ਨਹਿਰ, ਕਿਵੇਂ ਮੇਰੇ ਖੇਤ 'ਚ ਟੁੱਟ ਜੂ ਯਾਰ, ਕੱਚੇ ਹੀ ਵਾੜ ਤੇ ਕੱਢ ਜਾ ਵੀਰ, 30 ਡਰ ਹੈ। ਔਰ ਰੁਕ ਜਾਓ ਯਾਰ, ਡਰਾਈਵਰੀ ਡਰੂ ਨਹੀਂ, ਰੁਕ ਜਾਓ 2 ਮਿੰਟ, ਪਹਿਲਾਂ ਮੈਨੂੰ ਸੋਚਣ ਦਾ ਸਮਝਣ ਦਿਓ। ਨਾਟ ਕਹਿੰਦਾ ਤਾਂ ਬਹਿ ਗਿਆ, ਟਰਾਲੀ ਟੇਢੀ ਮੂਧੀ ਹੋ ਜਾਣੀ ਆ। ਜੌਂਡੀਅਰ ਵੀ ਬਹਿ ਗਿਆ, ਜੌਂਡੀਅਰ ਊਈ ਬਹਿ ਗਿਆ ਯਾਰ, ਇਹਦਾ ਬਿਨਾਂ ਗੱਲੋਂ ਹੀ ਯਾਰ। ਨਹੀਂ 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 ਪੱਟ ਪੱਟ ਕੇ ਪਾਉਂਦਾ ਪਿਆ, ਗੇਰ ਉਹ ਮਾਰਿਆ, ਉਹ ਮਾਰਿਆ ਝੋਟੇ ਦਾ ਗੇਰ ਇਹਨੇ। ਟਰਾਲਾ ਨਾ ਪਲਟਾ ਦੀ ਜੋ ਭਰਾ, ਟਰਾਲਾ ਨਾ ਪਲਟਾ ਦੀ, ਚੱਲ 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 ਚੱਲ। ਵਟਸਐਪ ਵਟਸਐਪ ਤੂੰ ਨਹੀਂ ਸਮਝੇਗਾ, ਇੱਕ ਮਿੰਟ ਪਾਣੀ ਛੱਡ ਦੇ। ਇਹਦੇ ਡਾਂਗ ਫੇਰ ਹੋਏ, 50 ਦੀ ਵੋਚਿੰਗ, 100 ਲਾਈਕ ਕਰ ਦਿਓ, ਯੈਸ ਬਾਈ 100 ਲਾਈਕ ਕਰ ਦਿਓ ਜਲਦੀ ਜਲਦੀ। ਇੱਥੋਂ ਫੇਰ ਤਾਂ ਭਰਾਵਾ ਖਤਮ ਹੋ ਜੂ ਕੰਮ, ਨਾ ਨਾ ਯਾਰ ਇਹ ਕੰਮ ਨਹੀਂ। ਆ ਗਿਆ ਆ ਗਿਆ, ਨਾਟ ਗਿਆ ਆ ਗਿਆ,
ਹੁਣ ਨਹੀਂ ਕੋਈ ਚੱਕਰ, ਹੁਣ ਹੁਣ ਜਾਂਦਾ ਵੇਖਿਓ। ਮੈਂ ਕਿਹਾ ਸੀ ਟਰਾਲੀ ਖਬੋ ਆਉਣ ਸਾਰੀ ਖੁੱਭ ਗਈ ਬਾਈ, ਆਪੇ ਖੁੱਭ ਗਈ ਬਾਈ। ਇਹ ਤਾਂ ਮੇਰਾ ਕੋਈ ਪਲੈਨ ਨਹੀਂ ਸੀਗਾ ਯਾਰ, ਸਵਾਦ ਆਊ ਦੇਖੀ ਚੱਲ ਕਿੱਥੋਂ ਕਿਵੇਂ ਖੁੱਭੂ। ਕੀ ਕਹਿੰਦੇ ਮਿੱਤਰੋ, ਨਹਿਰ ਦਾ ਪਾਣੀ ਤੋੜ ਲਈਏ ਜੇ ਸਵਾਦ ਹੀ ਲੈਣਾ ਤਾਂ, ਮਸ਼ੀਨ ਚਲਾਈਏ ਫਿਰ ਚਾਈਨਾ ਵਾਲੀ। ਅਰਮਾਨ ਵੀਡੀਓ ਆਈਡੀਆ ਦੇ ਦਿੰਦਾ ਬਾਈ, ਸਾਰੇ ਬਾਹਾਂ 'ਚ ਪਾਣੀ ਬਾਈ, ਜੇ ਕਿਆ ਹੋਊਗਾ, ਫਸਲ ਆਈ ਵੱਡੀ ਹੋਊਗਾ। ਟਰੈਕਟਰ ਲਿਆਉਂਦਾ ਸਿਰੇ ਸਿਰੇ ਦੇ, ਛੇ ਹਜ਼ਾਰ ਲਾਈ ਸਟ੍ਰੀਮ ਕਰੋ, ਕੋਈ ਕਹਿ ਦਿੰਦਾ 10 ਮਿੰਟ ਕਰੋ, ਕੋਈ ਕਹਿ ਦਿੰਦਾ 6 ਹਜ਼ਾਰ ਕਰੋ। ਯਾਰ ਐਂ ਨਹੀਂ ਗੱਲਬਾਤ ਨਹੀਂ ਬਾਈ, ਟਰੈਕਟਰ ਨਾ ਕੋਈ ਤਗੜਾ ਚਾਹੀਦਾ, ਤਗੜਾ ਟਰੈਕਟਰ, ਆਈ ਮੀਨ ਤਗੜਾ ਟਰੈਕਟਰ, ਤਗੜਾ ਟਰੈਕਟਰ, ਤਗੜਾ ਟਰੈਕਟਰ। V8 ਵਾਲਾ ਕਿਵੇਂ ਆ, V8 ਵਾਲਾ ਟਰੈਕਟਰ ਕਿੱਥੇ ਆ? ਉਹ ਯਾਰ ਤਵਿੰਗ ਵਾਲਾ ਟਰੈਕਟਰ ਪਾਈਏ, ਫਲੱਡ ਆ ਗਈ ਓਏ। ਆਹ ਦੱਸੋ ਆਹ ਟਰੈਕਟਰ ਖਿੱਚੂ, ਅਰਮਾਨ ਟਰੈਕਟਰ ਰਿਕਮੈਂਡ ਕਰ। ਆਹ ਦੇਖ ਆਪਣੇ ਕੋਲ ਵਾਧੂ ਪਾਇਆ, V8 ਵੀ ਪਿਆ ਵਾ, ਫਰਾਟੇ ਮਾਰ ਬਾਈ ਇਹਦਾ ਆਵਾਜ਼ ਹੀ ਬੋਲੀ ਬੰਬਾ। ਕੀ ਕਹਿੰਦੇ ਮਿੱਤਰੋ, ਪਲਵਾਨ ਆਏ ਆਏ, ਪਲਵਾਨ ਦਾ ਤਾਂ ਨਾਂ ਚੱਲਦਾ। T20 ਕਿੱਧਰ ਗਿਆ, ਸਾਰੇ ਹੈਗੇ ਆ, ਸਾਰੇ ਹੈਗੇ ਆ ਟਰੈਕਟਰ ਦੀ, ਨਾ ਤੁਸੀਂ ਟੈਨਸ਼ਨ ਲਓ, ਟਰੈਕਟਰ ਵਾਧੂ ਆਪਣੇ ਕੋਲ। ਆਉਂਦੇ ਝੂਟਾ ਫਿਰ, ਹਾਂ ਮੇਕੂ ਜੇ ਹੁਣ ਸੁੱਚ ਮਾਰ ਬਈ। ਮੈਂ ਨਾ ਫੋੜ ਲਈ ਆ, ਫੋੜ ਲਿਆ ਇੱਧਰ ਟੇਬਲ ਕੋਲੇ ਨਹੀਂ ਆਉਣਾ, ਕੁੱਟ ਪੈ ਜੂ ਤੇਰੇ, ਮੈਂ ਨਹੀਂ ਬਖਸ਼ਣਾ ਬਈ। ਕਾਂਡ ਕਰਕੇ ਕਿ ਮੈਂ ਲਾਈਵ ਗੋ ਲਾਈਵ ਕਰ ਨਹੀਂ ਲੱਗਾ, ਥੱਲੋਂ PC ਦੀ ਸੁੱਚ ਬੰਦ ਕਰਤੀ। ਬੰਪਰ ਲਾ ਝੋਟੇ ਦੇ, ਬੰਪਰ ਤਾਂ ਲਾਉਂਦੇ ਹਾਂ, ਬੰਪਰ ਵੀ ਲਾਉਂਦੇ, ਸਾਰਾ ਕੁਛ ਕਰਦੇ ਹਾਂ A to Z ਸਿਸਟਮ, ਤੁਸੀਂ ਟੈਨਸ਼ਨ ਤੋਂ ਲੈਂਦੇ ਹੋ। ਬੰਪਰ ਨਹੀਂ ਲਾਉਂਦੇ ਆਪਾਂ, ਇਹਦੇ ਆਪਾਂ ਸਿਸਟਮ ਹੀ ਲਾ ਦਿੰਦੇ ਹਾਂ। ਦੇਖੀ ਜਾਈ ਤੂੰ ਝੋਟਾ ਬੁੱਕਦਾ ਜਾਓ, ਮੇਕੂ ਫਿਰ ਸੁੱਚ ਬੰਦ ਕਰਦੇ। ਹਾਏ ਵੇ ਬਾਈ, ਕਾਹਤੋਂ ਬੰਦ ਕਰਦੇ ਬਾਈ। ਗਾਈ 75 ਲਾਈਕ ਹੋ ਗਏ, 80 ਕਰੋ। ਮੈਂ ਚਾਹੁੰਦਾ ਕਿ ਨਾ ਮਾੜਾ ਸਵਾਦ ਜਿਹਾ ਆਵੇ, ਬਹੁਤ ਦਿਨੋਂ ਕਿ ਐਫ ਐਸ ਖੇਡੀ ਨਹੀਂ, ਸੋ ਸਮਝ ਜਿਹਾ ਨਹੀਂ ਆ ਰਿਹਾ ਮੈਂ ਕਿਵੇਂ ਬੋਲਾਂ ਕੀ ਬੋਲਾਂ। ਮੇਕੂ ਬਾਹਰ ਕਲੋਜ਼ ਕਰੋ ਬਾਈ, ਬੱਤ ਡੋਰ ਓਏ 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 ਕਾਕੇ ਕਾਕੇ, ਡੋਰ ਕਲੋਜ਼, ਡੋਰ ਕਲੋਜ਼। ਇੱਕ ਕੰਮ ਕਰਨਾ ਆਪਾਂ, ਕੀ ਖਾਈ ਜਾਂਦਾ ਭੈਣ, ਚਿਕਨ ਖਾਂਦੀ ਫਿਰਦੀ ਆ। ਮੇਰੇ ਪਬਜੀ ਦੀ ਵੀਡੀਓ ਲਿਆਓ ਜਲਦੀ, ਲਿਆਉਂਦੇ ਆ ਲਿਆਉਂਦੇ ਆ ਲਿਆਉਂਦੇ, ਨਿਊ ਹੋਲੈਂਡ 4511। ਇੱਕ ਮਿੰਟ ਮੈਂ ਮਿੱਤਰੋ ਮਿੱਤਰਾ ਵੇਖ ਲਈਏ ਕਿ ਟਰਾਲੀ ਨੂੰ ਪੱਟਦਾ ਕਿ ਨਹੀਂ। ਬੰਪਰ ਲਗਾ ਹੋਇਆ ਫਿਰ ਇਹ ਸਹੀ ਲੱਗਦਾ ਸਿਸਟਮ, ਉਹ ਵੀ ਲਵਾ ਦਿੰਦੇ ਆ ਕੋਈ ਨਾ। ਹੁਣ ਰੁਕ ਜਾ ਫਿਰ, ਰੁਕ ਜਾ ਇੱਕ ਵਾਰੀ ਐਂ ਵੇਖ ਲਈਏ ਕਿ ਇਹ ਕਰੂ ਕੁਛ ਕਿ ਨਹੀਂ। ਤੇਰੀ ਜਾਂਦਾ ਵੇਖੀ ਬਾਈ, ਟਾਇਰ ਜਮਾਂ ਵਿੱਚ ਖੁੱਬੇ ਪਏ ਆ ਯਾਰ। ਬਾਹਰ ਬੰਦ ਕਰੋ ਯਾਰ, ਫਾਇਦਾ ਕੀ ਰੂਮ ਬਣਾ ਇਹਦਾ, ਕਰੋ ਡੋਰ ਕੋਲ। ਬੱਲੇ ਓਏ, ਹਜੇ ਵੀ ਅੱਗਾ ਚੱਕਦਾ, ਹਜੇ ਵੀ ਅੱਗਾ ਚੱਕਦਾ, ਭੱਜ ਲਿਆ। ਇਹ ਤਾਂ ਤੇਰੇ ਤੋੜ ਮੈਂ ਘੁਮਾ ਕੇ, ਟਰੂ ਤੋੜ ਸਮਝਿਆ ਨਹੀਂ। 855 ਲਿਆਓ, 855 ਵੀ ਲਿਆਉਂਦੇ ਆ, ਚੈੱਕ ਕਰਦੇ ਆ ਸਾਰੇ।
ਦੇਖਿਆ ਮਿੰਦਰਾ, ਮਿੰਦਰਾ ਬੁੱਕਦਾ ਜਾਂਦਾ ਬਾਈ। ਇੱਥੇ ਆਪਾਂ ਟਰਾਲੀਆਂ ਲਾ ਦੇਈਏ ਭਰ ਭਰ ਕੇ। ਉਹ ਮਸ਼ੀਨ ਖੜ ਗਈ ਆ, ਮਸ਼ੀਨ ਭਰੀ ਖੜੀ ਆ ਬਾਈ। ਮਿੰਦਰਾ ਨਾ ਥੋੜ੍ਹਾ ਜਿਹਾ, ਮਿੰਦਰੇ ਥੋੜ੍ਹਾ ਜਿਹਾ ਨੌਕਸ ਆ ਮਿੱਤਰੋ, ਉਹ ਸੈੱਟ ਕਰੀਏ। ਟੂਰੇ ਟੂਰੇ, ਓਕੇ 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 ਓਕੇ, ਗੋਟ ਇਟ ਗੋਟ ਇਟ ਗੋਟ ਇਟ ਗੋਟ ਇਟ ਗੋਟ ਇਟ। ਆਪਣਾ ਕਿੱਥੇ ਟਰੈਕਟਰ, ਕਿੱਥੇ ਸਮਾਲ ਟਰੈਕਟਰ ਮਿੰਦਰਾ। ਬਾਈ ਯਾਰ ਮੇਰਾ ਮੋਨੀਟਰ ਕਿਉਂ ਬੰਦ ਹੋਈ ਜਾਂਦਾ? ਬਾਹਰ ਭੇੜਦੀ ਬੀਬੀ ਚੰਗੀ ਤਰ੍ਹਾਂ ਯਾਰ, ਪਤਾ ਨਹੀਂ ਕਿਉਂ ਨਾ। ਬੀਬੀ ਬੰਦ ਤਾਂ ਕਰ ਦੇ ਇਹਨੂੰ ਯਾਰ, ਕੋਈ ਟਿਕਾ ਹੈਗਾ ਹੈਗਾ ਕੰਮ ਨਾ ਕਰਨ ਦੇ ਇਹਦੇ, ਬਸ ਨਾ 100 ਬਹਾਨੇ ਚਾਹੀਦੇ ਇਹਨਾਂ ਨੂੰ। ਅੰਦਰੋਂ ਲਾ ਲਿਆ ਕਰਨੀ ਮੈਂ ਕੁੰਡੀ, ਫਿਰ ਜੋ ਮਰਜ਼ੀ ਕਰੀ ਜਾਓ। ਵਾਚਿੰਗ ਕਿਉਂ ਡਿੱਗ ਗਈ ਬਈ? ਤੰਗ ਕੀ ਕਰੀ ਜਾਂਦੇ ਯਾਰ, ਮੈਂ ਫੋਕਸ ਹੀ ਨਹੀਂ ਕਰਨ ਦੇ ਘਰ ਦੇ ਯਾਰ, ਕਦੇ ਕੁਛ ਕਦੇ ਵੇਖੀ ਸਪੈਸ਼ਲ ਆਈ ਆ ਬੇਬੇ, ਬਾਹਰ ਖੋਲ੍ਹ ਕੇ ਇੱਥੇ ਪੈਨ ਰੱਖ ਕੇ ਤੁਰ ਗਈ ਆ। ਕਿੱਥੇ ਮਿੰਦਰਾ, ਕੋਈ ਹੋਰ ਲਈਏ ਕੋਈ ਡਰਾਈਟਰ? ਚਿਕਨ ਖਾਈ ਜਾਂਦਾ ਬਾਈ ਯਾ, ਦੱਸੋ ਕਿਹੜਾ ਟਰੈਕਟਰ ਲਈਏ? ਇੱਕ ਟਰੈਕਟਰ ਲਵਾਂਗੇ, ਉਹਦੇ ਨਾਲ ਟਰਾਲੀ ਖਿੱਚਾਂਗੇ ਪਹਿਲਾਂ। ਕੀ ਕਹਿੰਦੇ ਹੋ? 55? ਹੋਰ ਹੋਰ ਆਪਸ਼ਨ ਦਿਓ। ਪੀਸ ਵੱਡਾ ਸੀ, 50-50 ਆ। ਥੱਲੇ ਨਾ ਸਿੱਟਿਆ ਕਰ ਯਾਰ, ਤੈਨੂੰ 100 ਵਾਰੀ ਕਹਿਤਾ। ਥੱਲੇ ਹੋਰ ਕਿੱਥੇ ਰੱਖਾਂ? ਇੱਥੇ ਰੱਖਦੇ ਆਏ ਬਸ, ਇੱਥੇ ਕਰਦੇ ਭੈਣ। ਲੀੜਾਂ 2 ਖਰਾਬ ਹੋ ਗਈਆਂ ਆਪਣੀਆਂ, ਚੰਗੀ ਤਰ੍ਹਾਂ ਭੇੜ ਦੀ ਬਾਹਰ। ਬਾਹਰ ਠੀਕ ਆ, ਸਹੀ ਆ। ਇੱਕ ਮਿੰਟ ਰੁਕ ਜਾਓ ਯਾਰ, ਗੇਮ ਬੰਨੀ ਵੀ ਆਉਂਦੇ ਆ। ਟਰੈਕਟਰ ਵੇਖੀਏ ਕਿਹੜਾ ਲੈਣਾ। ਲੈ ਲਿਆ ਨਾ ਬਾਈ, ਦਾ ਡਾਟ ਹੀ ਪਾਉਣਾ। ਅਰਮਾਨ ਟਰਾਲੀ ਕਿਹੜੀ ਲੈ ਗਿਆ? ਸਕਾਰਫੇ ਨਾਲ ਕੋਈ ਲੱਕੀ ਕਹਿੰਦਾ ਇਹ ਕੀ ਗੱਲ ਕਰ ਗਿਆ ਤੂੰ 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 ਇਹ ਇਹਦੀ ਟਰਬੋ ਲੀਕ ਨਹੀਂ ਕੀ, ਬਸ ਇੰਨਾ ਮੈਨੂੰ ਪਤਾ। ਹਾਏ ਹਾਏ, ਹੋਰ ਹੈਗੀ ਕਿਉਂ ਮਾਰਦਾ ਨਾ ਫਰਾਟੇ, ਗ੍ਰੈਵਿਟੀ ਗਰੂਵਟੀ ਲੱਗੀ ਹੋਈ ਇਹਨਾਂ ਨੇ ਮੂੰਹ ਨਹੀਂ ਥੱਲੇ ਲਾਉਣੇ ਡਾਇਰੈਕਟਰ ਵਾਲੇ, ਤਾਂ ਕਰਕੇ ਗ੍ਰੈਵਿਟੀ ਨਹੀਂ ਲਾਈ ਮੈਂ। ਹੁਣ ਸਵਾਦ ਆਊਗਾ ਯਾਰ। ਟਰਾਲੀ 18 ਫੁੱਟੀ ਯਾਰ, ਦੋਨੇ 18 ਫੁੱਟੀਆਂ ਵਾ, ਹਰੇ ਰੰਗ ਦੀ ਲੈ ਯਾਰ। ਵੇਟ ਪਾ ਕੇ ਵੀ ਅੱਗਾ ਚੱਕੀ ਜਾਂਦਾ ਬਾਈ, ਗੇਅਰ ਵੱਡਾ ਲਾਇਆ ਨਾ ਇਹਦੇ, ਮਾੜੀ ਮੋਟੀ ਗੱਲ ਥੋੜੋ ਆ। ਲਾਕਰ ਆਏ ਹੋਏ ਹੋਲੈਂਡ, ਆ ਤੇਰਾ ਕੀ ਹਾਲ ਹੋ ਗਿਆ ਬਈ, ਇੰਨਾ ਗੰਦਾ ਹੋ ਗਿਆ ਇਹ। ਗ੍ਰੀਨ ਨਿੱਕੀ ਆ ਮੈਨੂੰ ਪਤਾ, ਇਹ 18 ਫੁੱਟ ਆ। ਉਹ ਤੇਰੀ ਬਾਈ ਕਵੇਂ ਉੜਦਾ ਜਾਂਦਾ ਯਾਰ, ਯਾਰ ਇਹਦਾ ਫੀਲ ਹੀ ਬੜੀ ਘੈਂਟ ਹੁੰਦੀ ਆ ਗ੍ਰਾਫਿਕ ਕੁਆਲਿਟੀ ਚ। ਕਾਰ ਦੇ ਇੰਜਨ ਵਾਲੀ ਪਾਵਰ ਟੈਸਟ ਕਰ, ਟਰਾਲੀ ਪਾ ਕੇ ਉਹ ਵੀ ਕਰਦੇ ਆ। ਉਹ ਤੇਰੀ
ਭਾਈ ਆਹ ਤਾਂ ਵਾਲਾਂ ਨਹੀਂ ਕੱਪੜੇ ਨਹੀਂ ਗੰਦੇ ਹੋਏ ਕੱਪੜੇ ਨਹੀਂ ਹੁੰਦੇ ਇੱਥੇ ਹੀ ਉੱਡਣ ਡਿਆ ਗਾਣੀ ਕੋ ਕਰਨਾ ਬਾਈ ਯਾਰ ਆਉਂਦਾ ਕਿੰਨਾ ਘੈਂਟ ਲੱਗਦਾ ਯਾਰ ਇਹ ਦੇਖੋ ਹਾਏ 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 ਤੇਰੀ ਸੀਟੀ ਗੁਰਪ੍ਰੀਤ ਕੌਰ ਹੈਲੋ ਬ੍ਰੋ ਜੀ ਕਿਵੇਂ ਹੋ ਵਧੀਆ ਵਧੀਆ ਭੈਣੇ ਠੀਕ ਹੈ ਨਾ ਗੱਲ ਬਈ ਹੈਲੋ ਕੀ ਹਾਲ ਚਾਲ ਨੇ ਵੈਰੀ ਹਾਈ ਤੇ ਖੇਡਦਾ ਪਿਆ ਵੈਰੀ ਹਾਈ ਤੇ ਟਰੈਕਟਰ ਟੋਚਰ ਵੀਡੀਓ ਕਰੋ ਕਰਾਂਗੇ ਬਈ ਕਰਾਂਗੇ ਮਸ਼ੀਨ ਵਾਲੇ ਨੇ ਦੇਖ ਲਓ ਜਵਾਂ ਨਹੀਂ ਅਕਲ ਡਰਾਈਵਰ ਨੂੰ ਕੀ ਪੁਰਾਪਰਾਂ ਨੂੰ ਕਰਕੇ ਝੋਨੇ ਦੇ ਵਿੱਚੋਂ ਜਾ ਕੇ ਟਰਾਲੀ ਵਾਹ ਯਾਰ ਕਮਾਲ ਕਰਤੀ ਜਾਂਦਾ ਵੇਖੀ ਤੂੰ ਇਹ ਟਰਾਲੀ ਭਰੂਗੀ ਵੀ ਕਿ ਨਹੀਂ ਉਹ ਤੋਰ ਕੇ ਦਾਣੇ ਨਹੀਂ ਪਾਉਣੇ ਅਸੀਂ ਗੇਅਰ ਕਿਉਂ ਨਹੀਂ ਹਾਈ ਲੈਂਦਾ ਏ ਚੱਲ ਚੱਲ ਝੋਟਿਆ ਚੱਲ ਜੇ ਮਾੜਾ ਜਿਹਾ ਅੱਗਾ ਹੋਰ ਟੁੱਟ ਗਿਆ ਚੱਕ ਗਿਆ ਤਾਂ ਬੰਦਾ ਮਰ ਜਾਣਾ ਆਪਣਾ ਭਰਾਵਾ ਮੁੰਡਾ ਮੈਂ ਵੀ ਸਿਸਟਰ ਦੇ ਫੋਨ 'ਚ ਲਾਈਵ ਦੇਖਦਾ ਓਕੇ ਓਕੇ ਵੀਰੇ ਓਕੇ 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 ਕੋਈ ਨਾ ਕੋਈ ਨਾ ਕੋਈ ਨਾ ਜਿਹੜੇ ਤੂੰ ਸੂਟੂ ਸੂਟੂ ਕਰਦਾ ਐਡ ਔਨ ਗੇਅਰ ਬੋਕਸ ਪਾਇਆ ਮੈਂ ਵੀ ਨਹੀਂ ਪਾਇਆ ਮੈਂ ਉਹ ਵੀਲ ਨਹੀਂ ਪਾਏ ਰੀਆ ਵੀਲ ਨਹੀਂ ਪਾਇਆ ਜਿਹਦੇ ਨਾਲ ਟਰੈਕਟਰ ਖੁੱਭਦੇ ਵੱਧ ਹੁੰਦੇ ਆ ਮਾਰਦਾ ਨਾ ਸੀਟੀਆਂ ਨਹੀਂ ਪਾਇਆ ਜੇ ਪਾਇਆ ਹੁੰਦਾ ਫਿਰ ਬਿਨਾਂ ਰੇਸ ਤੇ ਤੁਰ ਪੈਂਦਾ ਆਹੋ ਗੇਅਰ ਬੋਕਸ ਵੇਖਿਆ ਮੈਂ ਇੱਕ ਵੀਡੀਓ 'ਚ ਮੇਰੇ ਤੋਂ ਪਾਇਆ ਵਾ ਸੀ ਮੈਨੂੰ ਪਤਾ ਵੀ ਨਹੀਂ ਸੀ ਉਹਦੇ ਨਾਲ ਬੈਗ ਭਜਾ ਕੇ ਅੱਗਾ ਛੱਕਦੇ ਆ ਹੈਂ ਕੀ ਕਹਿੰਦੇ ਹੋ ਗਾਈਸ ਪਾਲ ਗਏ ਫਿਰ ਉਹ ਮੋਟਰ ਬੰਦ ਕਰ ਦਿਓ ਹਜੇ ਵੀ ਚੱਲੀ ਜਾਂਦੀ ਆ ਉਹ ਟੈਂਕੀ ਭਰ ਕੇ ਮੋਟਰ ਬੰਦ ਕਰ ਦਿਓ ਯਾਰ ਇਹਦਾ ਭਜਦਾ ਹੀ ਬਹੁਤ ਆ ਯਾਰ ਮੇਰਾ ਨਾਂ ਲੈ ਦਿਓ ਬਈ ਅਰਸ਼ਦੀਪ ਬਰਾੜ ਬਈ ਕਿੱਦਾਂ ਕੀ ਹਾਲ ਚਾਲ ਨੇ ਬਈ ਸਾਰੇ ਜਣੇ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਸਟ੍ਰੀਮ ਨੂੰ ਸ਼ੇਅਰ ਕਰੋ ਨਿਊ ਹੋਲੈਂਡ ਡੈਥ ਲੋਨ ਬਰੋ ਬਈ ਪਤਾ ਨਹੀਂ ਕੀ ਲਿਖੀ ਜਾਂਦੇ ਕਿਹੜਾ ਮੈਪ ਆ ਸਾਊਥ ਲੂਸੀਆਨਾ ਰਾਈਟਰ ਦੀ ਹਾਲਤ ਵੇਖੋ ਕੀ ਹੋ ਗਈ ਓਏ ਟਰਾਲੀ ਜਮ੍ਹਾਂ ਚਮਕਦੀ ਪਈ ਆ ਜਿਵੇਂ ਹੁਣੇ ਪਾਲਛ ਮਾਰੀ ਹੁੰਦੀ ਆ ਥੱਲੋ ਥੱਲੋ ਜੇ ਲਿਬੜੀ ਆ ਤੈਨੂੰ ਟ੍ਰਿਪ ਜਾਣੀ ਸਕੂਲੋਂ ਕਿੱਥੇ ਫਿਰ ਰੀਅਲ 'ਚ ਚੱਲਦਾ ਜਿਵੇਂ ਹੁਣ ਹਾਈ ਲਾਈ ਜਾਂਦਾ ਫਿਰ ਨੀਲਾ ਹੁੰਦਾ ਅੱਛਾ ਮੈਨੂਅਲ ਆਟੋਮੈਟਿਕ 'ਚ ਵੀ ਫਿਰ ਮਿੱਤਰੋ ਲਾਉਂਦੇ ਆਪਾਂ ਗੇਅਰ ਬੋਕਸ ਉਹ ਐਡ ਆਨ ਗੇਅਰ ਬੋਕਸ ਯਾਰ ਮੈਂ ਕਹਿੰਦਾ ਲਾਇਆ ਮੈਂ ਯਾਰ ਐਡ ਆਨ ਗੇਅਰ ਬੋਕਸ ਅਤੇ ਗ੍ਰੈਵਿਟੀ ਲਾਉਣ ਦਾ ਫਾਇਦਾ ਹੈ ਕਿ ਨਹੀਂ ਅਤੇ ਰੀਆ ਵੀਲਸ ਕੁਛ ਕੁ ਮੈਂ ਉਹ ਡਿਲੀਟ ਕੀਤੇ ਮੇ ਬੀ ਉਹ ਡਿਲੀਟ ਕਰਤਾ ਮੈਂ ਰੀਆ ਵੀਲਸ ਕੇ ਐਡ ਆਨ ਇਹਨਾਂ ਦੋਨਾਂ 'ਚੋਂ ਦੱਸ ਕੋਈ ਦੇਖੀ ਜਾਓ ਮਤਲਬ ਸਾਡੀ ਵੀ ਜਾਣੀ ਆ ਸੁਖਮਨ ਵੀਰੇ ਕੱਲ੍ਹ ਨੂੰ ਚੰਡੀਗੜ੍ਹ ਮੋਹਾਲੀ ਉੱਥੇ ਕੀ ਹੈ ਦੇਖਣ ਨੂੰ 3v2 ਲੈ ਕੇ ਜਾਣਾ ਤੁਹਾਨੂੰ ਓਕੇ ਬਾਈ ਜੀ ਕਰਤਾ ਲਾਈਕ ਸਬਸਕ੍ਰਾਈਬ ਸ਼ੇਅਰ ਵੀ ਥੈਂਕ ਯੂ ਬਾਈ ਥੈਂਕ ਯੂ ਸਾਡੀ ਤੇ ਨੂੰ ਜਾਣੀ ਹੈ ਦੱਸ ਬਾਈ ਅਰਮਾਨ ਖੇਡ ਵੀ ਲੈ ਹੁਣ ਉਹ ਖੇਡ ਕੇ ਆਇਆ ਹੁਣ ਦੱਸੋ ਵੀਲਸ ਲਾਈਏ ਕਿ ਗ੍ਰੈਵਿਟੀ ਲਾਈਏ ਮਤਲਬ ਕਿਹੜੀ ਚੀਜ਼ ਵਧੀਆ ਇਹਨਾਂ 'ਚੋਂ ਐਡ ਔਨ ਗੇਅਰ ਬਾਕਸ ਹੈ ਨਹੀਂ ਡਿਲੀਟ ਕਰਤਾ ਜੀ ਮੈਂ ਐਕਸਟਰਾ ਗੇਅਰ ਹੈ ਗ੍ਰੈਵਿਟੀ ਉਹ ਫੇਰ ਤਾਂ ਤੁਰਨਾ ਹੀ ਨਹੀਂ ਯਾਰ ਗੇਅਰ ਬਾਕਸ ਇੱਥੇ ਨਹੀਂ ਹੈਗਾ ਉਹ
ਲੱਗਾ ਹੋਇਆ ਐਡ ਆਨ, ਪੱਕੀ ਗੱਲ ਆ? ਮੈਨੂੰ ਤਾਂ ਦਿਖਾ ਨਹੀਂ ਕਿਤੇ ਐਡ ਆਨ ਐਡ ਆਨ ਐਡ ਆਨ ਐਡ ਆਨ ਐਡ ਐਡ ਆਨ ਵਾਲਾ ਰੀਅਲਿਜ਼ਮ ਐਨੀਮਲ ਗ੍ਰਾਸ ਚੱਕ ਦੋਨੋਂ ਲਾਤੇ ਐਡ ਆਨ ਕੇਅਰ ਬਾਕਸ ਯਾਰ ਪਹਿਲਾਂ ਸੀਗਾ ਮੈਂ ਕਿਤੇ ਡਿਲੀਟ ਕੀਤੇ ਮੋੜ ਅੱਧੇ ਵਿੱਚੋਂ ਇੱਕ ਆਹ ਨਵਾਂ ਪਾਇਆ ਸੀ ਟਰੱਕ ਜਾ ਏ ਜਿਹੜਾ ਉਹਦੇ ਵੇਖੀ ਜਾਂਦੇ ਸੀ ਆਪਾਂ ਐਫ ਐਸ 'ਚ ਆ ਗਿਆ ਇਹ ਗ੍ਰੈਵਿਟੀ ਬਣਾਉਣੀ ਕੰਮ ਕਰਦਾ ਉਹ ਬਰੋ ਨੇਮ ਲੈ ਦਿਓ ਧਾਲੀਵਾਲ ਗੇਮਿੰਗ ਬਾਈ ਸ਼ਾਊਟ ਆਊਟ ਟੂ ਯੂ ਹੁਣ ਟੱਟੀ ਖੁੱਲ੍ਹ ਕੇ ਆ ਜੂ ਕਦੋਂ ਦਾ ਸਪੈਮ ਕਰੀ ਜਾਂਦਾ ਯਾਰ ਤੂੰ ਚੈਟ 'ਚ ਯਾਰ ਬੰਦਿਆਂ ਕੋ ਮਾੜਾ ਜਿਹਾ ਲਿਹਾਜ ਵੀ ਰੱਖੀ ਦੀ ਹੁੰਦੀ ਆ ਕਿ ਟਾਈਮ ਆਊਟ ਦਵਾਂ ਤੈਨੂੰ ਮੋਡਰੇਟਰ ਮਾਣ ਪੱਟੀ ਤੋਂ ਉਹ ਗੱਲ ਵੱਖਰੀ ਹੈ ਜਾ ਕੇ ਗਾਲਾਂ ਖਾਊਗਾ ਬਸ ਓਕੇ ਯਾਰ ਜਿਵੇਂ ਹੈਗਾ ਬਸ ਠੀਕ ਹੈ ਯਾਰ ਪਹਿਲਾਂ ਅਸੀਂ ਅਨੰਦਪੁਰ ਜਾਣਾ ਸੀ ਓਕੇ ਮੈਨੂੰ ਵੀ ਖੋਲ ਕੇ ਨਹੀਂ ਆਉਂਦੀ ਪਈ ਤੈਨੂੰ ਵੀ ਖੁੱਲ੍ਹ ਕੇ ਨਹੀਂ ਆਉਂਦੀ ਪਈ ਸੁਖਮਣ ਗੱਲ ਬਾਈ ਸ਼ਾਊਟ ਆਊਟ ਟੂ ਯੂ ਬ੍ਰੋ ਅੱਜ ਬਾਈ ਬਾਗੇ ਪ੍ਰਾਣ ਨੇ ਪੀ ਸੀ ਐਸ ਸਕੂਲ ਦੀ ਰੈਲੀ ਨਿਕਲੀ ਸੀ ਫਿਰ ਬਾਈ ਕਾਹਦੀ ਰੈਲੀ ਸੀ ਕਿਸ ਗੱਲੋਂ ਸੀ ਸਵਰਾਜ 735 ਲੈ ਲਓ ਬਾਈ ਦਿੱਤਾ ਹੀ ਨਹੀਂ ਮੈਨੂੰ ਹਰੇ ਜਿਹੇ ਰੰਗ ਦਾ ਸੀਗਾ ਯਾਰ ਇੱਕ ਇਹਨਾਂ ਕੋਲੇ ਦਿੰਦੇ ਨਹੀਂ ਬਾਈ ਟਰੈਕਟਰ ਹੀ ਦਿੰਦੇ ਕਹਿੰਦੇ ਜਾ ਭੱਜ ਆ ਭਾਈ ਚੋ ਅਸੀਂ ਨਹੀਂ ਦੇਣੇ ਤੈਨੂੰ ਟਰੈਕਟਰ ਹੁੰਦਾ ਕੌਣ ਆ ਤੂੰ ਹੁਣ ਵੇਖਦੇ ਆ ਤੁਰਦਾ ਕਿ ਨਹੀਂ ਟਰੈਕਟਰ ਅੱਗਿਆਂ ਨੂੰ ਮਾਰੋ ਗੋਲੀ ਤੁਰੀ ਤਾਂ ਹੁਣ ਵੀ ਜਾਂਦਾ ਯਾਰ ਹੋਰ ਕੋਈ ਟਾਈਮ ਆਊਟ ਦੇ ਸਕਦਾ ਅਰਮਾਨ ਨਹੀਂ ਦਿੰਦਾ ਮੈਂ ਦੇ ਸਕਦਾ ਸੰਡੇ ਨੂੰ ਫੁੱਟਬਾਲ ਟੂਰਨਾਮੈਂਟ ਆ ਸਾਡੇ ਪਿੰਡ ਆਵੇਗਾ ਹੈਪੀ ਨਾ ਭਰਾਵਾ ਮੈਂ ਵੀ ਦੇ ਸਕਦਾ ਭਗਵਾਨ ਤੈਨੂੰ ਤਾਂ ਆਪ ਟਾਈਮ ਆਊਟ ਮਿਲ ਸਕਦਾ ਕਿਉਂ ਕਿਉਂ ਹਾਂਜੀ ਉਹ ਨਹਿਰ ਚ ਵਾਰਤ ਗਏ ਸਾਰਾ ਭੱਜਿਆ ਜਾਂਦਾ ਯਾਰ ਮਤਲਬ ਤੇਰੇ ਕੋਲ ਵੀ ਉਹ ਪਾਵਰਾਂ ਹੈ ਨਹੀਂ ਗੀਆਂ ਆਈ ਮੀਨ ਸਿਮਰਨ ਧੋਨਾ ਇਹ ਕੀ ਚੀਜ਼ ਆ ਮਤਲਬ ਬਈ ਅੱਜ ਲਾਈਵ ਆਈ ਅਤੇ ਹੋਰ ਕੋਈ ਵੀਡੀਓ ਨਹੀਂ ਆਉਣੀ ਕਿ ਬਈ ਅੱਜ ਵੀਡੀਓ ਆਈ ਆ ਆਈ ਐਮ ਆਇਰਨ ਮੈਨ ਪਾਵਰ ਕਿੰਨੇ ਦੇਣੀ ਆ ਮੈਨੂੰ ਫਿਰ ਬਈ ਤੈਨੂੰ ਪਾਵਰ ਦੇਣੀ ਨਹੀਂ ਇਸ ਤੋਂ ਵੱਡੀ ਪਾਵਰ ਤੇਰੇ ਨਾਲੋਂ ਵੱਡੀ ਪਾਵਰ ਦੋ ਬੰਦਿਆਂ ਕੋਲ ਇੱਕ ਸੁੱਖੀ ਕੋਲ ਆ ਇੱਕ ਰਾਜਿੰਦਰ ਕੋਲ ਆ ਅਰਮਾਨ ਨੂੰ ਦੇਣੀ ਆ ਪਾਵਰ ਇਹ ਟਿਕਦਾ ਘੱਟ ਆ ਉਹ ਆਹ ਟਰੈਕਟਰ ਲੈ ਕੇ ਆਉਂਦੇ ਨਾ ਯਾਰ ਝੂਟਾ ਕਿੱਥੇ ਆ ਹਾਏ 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 ਸਾਰੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਜਾਂਦੇ ਆ ਉੱਥੇ ਟਰਾਲੀ ਦੀ ਤਾਂ ਲੋੜ ਹੀ ਨਹੀਂ ਆਈ ਲੈ ਚੱਲ ਜੇ ਮੈਂ ਰੋਜ਼ ਆਉਂਦਾ ਫਿਰ ਸ਼ਾਇਦ ਮਿਲ ਜੇ ਆ ਇੰਨਾ ਮਿਲ ਗਿਆ ਥੋੜ੍ਹਾ ਜਿੰਨਾ ਦਿੱਤਾ ਹੈਪੀ ਨੇ ਸੈਟਿਸਫਾਈ ਹੋਵੋ ਐਂ ਗਾਣਾ ਗਾਇਆ ਕਰੋ ਤੁਸੀਂ ਜਿੰਨਾ ਦਿੱਤਾ ਹੈਪੀ ਨੇ ਜਿੰਨੀ ਦਿੱਤੀ ਪਾਵਰ ਹੈਪੀ ਨੇ ਸੈਟਿਸਫਾਈ ਬਈ ਸਾਡੇ ਸਮਾਲ ਸਰਪੈਂਟ ਕ੍ਰਿਕਟ ਦਾ ਮੈਚ ਆ ਤੁਸੀਂ ਆਉਣਾ ਬਈ ਮੈਂ ਕਿਹੜਾ ਭੈਣ ਜੋ ਧੋਨੀ ਨਾਲ ਜਾਂਦਾ ਰਿਹਾ ਜਿਹੜਾ ਉੱਥੇ ਛੱਕੇ ਮਾਰਨ ਆਉਣਾ ਦੇਖ ਲਾਂਗੇ ਜ਼ਰੂਰ ਬਈ ਔਨਲਾਈਨ ਕਹਿੰਦੇ ਕੱਢ ਕੁੱਟ ਕੇ ਲੱਕੀ ਗੇਮਰ ਸਮਾਲ ਸਰ ਤੋਂ ਆ ਮਤਲਬ ਤੂੰ ਠੀਕ ਹੈ ਯਾਰ ਸ਼ੀਸ਼ੇ ਬਲੈਕ ਕਰਾਏ ਵੇ ਆ ਮੇਰੇ ਹਾਂ ਉਹ ਸ਼ੀਸ਼ੇ ਬਲੈਕ ਕਰਾਏ ਤਾਂ ਮੈਨੂੰ ਇਫੈਕਟ ਕਿਉਂ ਸ਼ੀਸ਼ੇ ਬਲੈਕ ਵਾਲਾ ਦੀਂਦਾ ਪਿਆ ਵਾ ਧੋਨੀ ਹੈਸ਼ਟੈਗ ਧੋਨੀ ਚਾਚਾ ਜੀ ਇਹਦਾ ਅੱਗਾ ਚਕਾ ਦੇ ਤਾਂ ਮੰਨੋਗੇ ਸੰਤਾਂ ਨੂੰ ਰੋਕੋ ਇਹਨੂੰ ਚਲਾਣ ਕਰੋ ਕਾਹਦਾ ਚਲਾਣ ਅੰਦਰੋਂ ਵੀ ਬਲੈਕ ਕਰਦਾ ਲੱਗਦਾ ਪੁੱਠੀ ਪੁੱਠੀ ਫਿਲਮ ਲਾਤੀ ਆ ਬਾਈ ਪੁੱਠੀ ਫਿਲਮ ਲਾਤੀ ਇਹਦੇ
अंदरों भी ब्लैक है, जे मुझे कुछ दिखाई क्यों नहीं दे रहा है। आरपीएम भाई 1800 आरपीएम तो किन्ना भजदा यार ये, जे इनू 4000 आरपीएम तो कर दिए तो गेयर गूर वड्डा ला दिए ते इहदा हवा ना गला करूँ भाई। देखे ट्रैक्टर कहिंदा होना, समझा नहीं भरावा की कहना तू, आवाज तो सुनी है ट्रैक्टर की, होर गल नहीं गल अंदर 25 बार 75 दोनों पासे फिल्म लाई है। मैं मैं तो ऐ लगता 100 ही ना ला देंगे फिर ज्यादा जमा ही ना दींदा, ये नहीं सीटी मारदा यह बचा लो झुकदा जे है दो हिस्सों से तोड़ के जो बनाया वा ट्रैक्टर तेरे को लैपटॉप आ ये कोई चीकी पूंगी पै आ ये बातें बताई नहीं जाती नजर लग जाती है। धारीवाल तवंगा मुकाबले की बड़ी डिमांड आई जाती है, करिए कुछ चीकी पूगी पै यार जोर जा कदों लग लगा एडा ट्रैक्टर होवे यार। चल मर जाए लोगों दे अग लग जाती है कितने जीपीयू कि दस दे भाई डिस्क्रिप्शन खोलो सब पता लग जू करवा मोटर एहो मैं ले मैं रेडी हाँ मोटर आखो। अच्छा मोटर तुम खेड वाले च हो गए मेरे वागू, क्या बात है भाई क्या बात है यार ना मखा ही तुरदा यार आ ट्रैक्टर नालों वध तां दूजा चलदा सारे सारे ट्रैक्टर चैक करने आपां हुण एक एक करी करके ड्राइवर भी ओ आ ले चलदे हुण खेत पलवान 800 वजे चले गए आ गया खड़ा ले चलदे इहनूं भी पहला आ लै जाइए गोलियां को जाना ना ये भाई मैं तेरा बहुत वड्डा फैन हाँ मैं तेरी हर वीडियो देखी है थैंक यू भाई थैंक यू गुरपिंदर कौर ओ भाई की ना की है तेरा भाई यार सॉरी सीधा च झोना लाता वाह जी वाह सीधा च वो गलती ना लग गया नूर सिंह भाई किदा की हाल चाल ने कार वाला चेक कर ला भाई मतलब ड्राइवर मगर पाल गए की कहने हो खुशविंदर सिंह ओके ओके खुशविंदर भाई 55 बंदे देखते पे ने लाइक 98 बई यार बई बेजती उ कह दो बई यार हैप्पी तू फुदू हाँ यार क्यों ना चल जमें होजू होर भाई की हाल ने वधिया वधिया भाई सैटा तुम दसो यार ये तो गेर ही नहीं मुकते होने है ना मेरे यार के ने खेत जाना हो 15वां गेर ही ना कदे पावे उ रह जाए ओए 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 आ की हो गया लोका गेरां चलाउंदे असी शैड चलाउंदे घेरे च घरां च समझा नहीं। अच्छा घरां च किन्ने लाया किन्ने सालां दा खुशविंदर बुलेट प्रूफ कराया बचत रहेगी यार ट्राली भरवानी सी ए ट्राली भरवाई यार जाके तेल वादू आप बंद नहीं करी दे व्हील चाक गया उही व्हील चाक गया भाई मेरा नाम ले दो प्लीज रशद रोहदीप ऑफिशियल भाई किदा रूहदीप रूहदीप ओके भाई डांट ही बहुत पैदा होलन का यार सलंसर कह जाएगा सलंसर इन्होंने पक्की बार मु कड़े हुए है आ ट्रैक्टर भी वहां चल चलो ना नाहट 11 वाले का जरा करवानी है नाहट 11 जट वैड मच्छर आया इतने रख बिग फैट सर बिग फैट बिग फैन किवें मिटिया
ਪੰਜਾਬੀ ਸਪੀਕਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈਪੀ ਏ ਸੀ ਟੀ ਹੋ ਜਾਏ ਛੱਤੀ ਦੀਦੀ ਫਿਰ ਬਾਈ ਮੈਂ ਆਪਦਾ ਓਏ ਓਏ ਆਹ ਕੀ ਹੋ ਗਿਆ ਜਾਂਦਾ ਵੇਖ ਤੂੰ ਬੋਰ ਬਾਈ ਬੋਰ ਦਾ ਸਟੰਟ ਕਰਾ ਦੇ ਜਾਈਦਾ ਸੀ ਟੀ ਬਾਈ ਯਾਰ ਮੈਂ ਨਾ ਨਹੀਂ ਕਰਨਾ ਚਾਹੁੰਦਾ ਬੰਦੇ ਨੇ ਇੱਕ ਨੇ ਕਰਤੀ 1.5 ਮਿਲੀਅਨ ਵੀਡੀਓ ਭੇਜੀ ਸੀ ਬਾਈ ਬਾਈ ਸਿਰਾ ਯਾਰ ਜਾਣਤਾ ਨੇ ਪਰ ਨਾ ਸਾਹ ਲੱਗੇ ਕਮੈਂਟਾਂ 'ਚ ਵਾਲੀ ਸਿਰਾ ਕਰਾਈ ਪਈ ਆ ਪੜ੍ਹਨ ਵਾਲੇ ਆ ਕਮੈਂਟ ਉਹਦੇ ਰੀਝ ਨਾਲ ਇਹ ਤਾਂ ਗੱਡੀ ਵਾਲੀ ਹੋ ਗਈ ਨਾ ਦੂਜੀ ਤਾਂ ਮੈਂ ਭੁੱਲ ਜਾਈ ਯਾਰ ਕਿਵੇਂ ਜਿਹੀ ਹੁੰਦੀ ਆ ਉਹ ਆਖੇ ਆਹ ਟਰਾਲੀ ਚੜਾ ਲੂਗਾ ਤੁਹਾਨੂੰ ਕੀ ਲੱਗਦਾ ਟਰਾਲੀ ਚੜਾ ਦੂ ਇਹ ਭਰੀ ਟਰਾਲੀ ਦਬੀ ਜੇ ਕਿਉਂ ਜਾਂਦਾ ਇਹ ਤੇਰੀ 10 ਮਿਲੀਅਨ ਹੋਜੂ ਨਾ ਨਾ ਬਾਈ ਭਾਵੇਂ 2 ਹੋਰ ਪਾਲਾ ਆਏ ਹਾਏ ਇਹ ਮਹਿੰਦਰੇ ਮਗਰ ਕਿੰਨੀਆਂ ਪਾਈਏ ਬਹੁਤ ਸੋਹਣਾ ਨੇਮ ਆ ਰੂਹਦੀਪ ਹਾਂ ਰੂਹ ਦਾ ਦੀਪ ਹੈ ਇਹ ਯਾਰ ਰੇਸ ਜੀ ਨਹੀਂ ਫੜਦਾ ਜਿਹੜੀ ਗੱਲ ਆ ਚੱਲ 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 ਟੇਢਾ ਮੈਂ ਤਾਂ ਚੜ੍ਹਾਉਂਦਾ ਕਿ ਜ਼ੋਰ ਟਰੈਕਟਰਾਂ ਸਾਰਿਆਂ ਨਾਲ ਇੱਕੋ ਜਿਹੇ ਉਹ ਲੱਗੇ ਸਿੱਧਾ ਚੜ੍ਹਾਵਾਂਗੇ ਗੱਲ ਨਹੀਂ ਬਣਨੀ ਮੈਂ ਤਾਂ ਆਰਾਮ ਨਾਲ ਹੀ ਇਹਦਾ ਪਰਵਾਹ ਹੀ ਨਹੀਂ ਮੰਨਦਾ ਯਾਰ ਬਾਈ ਗਾਂਹ ਵੀ ਲੈ ਜਾਊਗਾ ਯਾਰ ਨਾਟ ਗਹਿਰਾ ਨਾਟ ਗਹਿਰਾ ਦੁਬਾਰਾ ਚੈੱਕ ਕੀਤਾ ਜਾਵੇ ਰੀਅਲਿਜ਼ਮ ਬੋਲਤੇ ਹੁਣ ਹੁਣ ਕੀ ਆ ਆ ਜੌਂਡੀਅਰ ਜੌਂਡੀਅਰ ਟੰਗਿਆ ਨਾ ਜਾਵੇ ਤਾਂ ਉਹ ਮੈਨੂੰ ਲੱਗਦਾ ਗ੍ਰੈਵਿਟੀ ਮੋਡ ਲੱਗਾ ਨਹੀਂ ਯਾਰ ਇਹ ਲੱਗ ਗਿਆ ਆਈ ਡੋਂਟ ਥਿੰਕ ਯਾਰ ਲੱਗਾ ਵਾ ਯਾਰ ਇਹਦਾ ਗੇਅਰ ਦੇ ਜਿਹੜੇ ਬਦਲਦਾ ਨਾ ਉਹ ਆਹ ਕੀ ਹੋਈ ਜਾਂਦਾ ਇਹਨੂੰ ਅੱਛਾ ਸੰਗਲਾ ਨੀਡ ਵੇਟ ਫੋਰ ਜੌਂਡੀਅਰ ਵੀ ਏਟ ਓਕੇ 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 ਅਰਮਾਨ ਅੱਗ ਵਾਲੀ ਤਾਂ ਵਾਲੀ ਤਾਂ ਨਹੀਂ ਲੱਗੂ ਬੁਝਾ ਦੀਏ ਫਿਰ ਡਬਲ ਯੂ ਏਟ ਟੰਗਿਆ ਗਿਆ ਤਾਂ ਬਾਈ ਆਹ ਤਾਂ ਟੰਗਿਆ ਗਿਆ ਆਹ ਕੀ ਹੋ ਗਿਆ ਇਹ ਤਾਂ ਟੰਗਿਆ ਗਿਆ ਬਾਈ ਰੇਸ ਫੁੱਲ ਕਰਤੀ ਬਾਈ ਆਪਾਂ ਦੋ ਦਿਨ ਲੱਗੇ ਰਹਿਣ ਦੇ ਖੱਟੇ ਸਾਪ ਕੱਢੂ ਹੁਣ ਯਾਰ ਆਹ ਨਹੀਂ ਮੈਨੂੰ ਸਮਝ ਆ ਰਿਹਾ ਬਈ ਯਾਰ ਲੋ ਲਾ ਬਾਈ ਲੋ ਹੀ ਆ ਇਹ ਤਾਂ ਹੈ ਪਹਿਲਾਂ ਇਹਦਾ ਅਪਗ੍ਰੇਡ ਵਰਜਨ ਲੈ ਕੇ ਆਈਏ ਨੋਨ 4x4 ਨੋਨ 4x4 ਚੱਕ ਨੋਨ 4x4 ਉਹ ਖਿੱਚੂਗਾ ਉਹ ਦੇਖ ਲਿਓ ਤੁਸੀਂ ਉਹ ਸਿਰਾ ਵੀ ਕਰਾਊਗਾ ਇਹਦੇ 'ਚ ਫਿਰ ਪੰਪ ਪੁੰਪ ਤੁਹਾਨੂੰ ਪਤਾ ਵੱਡਾ ਪਾਇਆ ਵਾ ਆਪਣਾ ਇਹਦੀ ਆਵਾਜ਼ ਵੀ ਵੇਖੋ ਉਹਦੇ ਨਾਲੋਂ ਜੰਗਲ 'ਚੋਂ ਲੱਭਿਆ ਸੀ ਜਿਹੜਾ ਉਹ ਨਹੀਂ ਹੈ ਨਾ ਹਾਂ ਉਹੀ ਆ ਉਹੀ ਆ ਇਹਦਾ ਇੰਜਣ ਮਾੜਾ ਯਾਰ ਇੰਜਣ ਦਾ ਕੰਮ ਨਹੀਂ ਕਰਾਇਆ ਆਪਾਂ ਉਦੋਂ ਦਾ ਇਹਦੇ ਟਾਇਰ ਵੀ ਛੋਟੇ ਆ ਯਾਰ ਇਹਦੇ ਵੇਟ ਵੀ ਮੂਹਰੇ ਘੱਟ ਪਾਇਆ ਵਾ ਬਾਈ ਖਿੱਚਦਾ ਹੋਰ ਗੱਲਾਂ ਦੀਆਂ ਗੱਲਾਂ ਇਹਦੇ ਮੂਹਰੇ ਵੇਟ ਲਾਉਣਾ ਪਊ ਟਰੱਕ ਦਾ ਸਟੇਅਰਿੰਗ ਲਾਈ ਬੈਠਾ ਉਹ ਤੇਰੀ ਉਹ ਤੇਰੀ ਉਹ ਬੱਲੇ 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 ਨਹਿਰ 'ਚ ਕਿੱਧਰ ਸੱਜਣਾ ਨਹਿਰ 'ਚ ਕਿੱਧਰ ਨਹਿਰ 'ਚ ਕਿੱਧਰ ਦੇਖੀ ਬੰਦਾ ਹੀ ਰਗੜਤਾ ਨਹਿਰੋ ਨਹਿਰੀ ਜਾਊਗਾ ਇਹ ਬਾਈ ਆਹ ਕੀ ਹੋ ਗਿਆ ਲੱਕੀ ਕਿੱਥੇ ਆ ਲੱਕੀ ਬਾਈ ਬਾਹਰ ਹੀ ਆ ਯਾਰ ਥਾਰ ਤੋਂ ਘੇਰ ਲਿਆ ਉਹਨੇ ਹੁਣ ਸੌਖੀ ਪੈਣੀ ਸੁਕਾਉਣੀ ਪੈਣੀ ਆ ਘਰ ਰੱਖ ਲਾ ਅੱਛਾ ਕਣਕ ਥੋੜੋ ਆ ਝੋਨਾ ਸੁਕਾਉਣਾ ਪੈਣਾ ਯਾਰ ਮੈਂ ਠੰਡਾ ਜਿਹਾ ਹੋਇਆ ਬੈਠਾ ਜਿਹੜੀ ਗੱਲ ਆ ਮੈਨੂੰ ਨਾ ਹੋਰ ਹੀ ਲੱਗੀ ਜਾਂਦਾ ਅੱਜ ਮੈਂ ਇਕੱਲਾ ਹੀ ਸਵਾਦ ਜੇ ਲਈ ਜਾਂਦਾ ਤੁਹਾਨੂੰ ਸਵਾਦ ਜੇ ਨਹੀਂ ਆਉਂਦੇ ਪਏ ਹੈ ਨਾ ਚੱਲ 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 ਹਾਏ ਓਏ ਬਾਈ ਚੋ ਟਰਾਲੀ ਹੁਣ ਤਾਂ ਕਿਵੇਂ ਚੜ੍ਹਾਈਏ
ਕਿਹੜਾ ਟਰੈਕਟਰ ਲਿਆਈਏ ਨਾਲੇ ਤੇ, ਕਿਹੜਾ ਟਰੈਕਟਰ ਭਲਵਾਨ ਲਿਆਈਏ ਕਿ ਮਹਿੰਦਰਾ? ਟਰਾਲੀ ਸਿੱਧੀ ਕਿਉਂ ਇਹ ਕਰਦਾ? ਟਰਾਲੀ ਸਿੱਧੀ ਕੌਣ ਕਰਦਾ, ਆਪੇ ਹੋਈ ਜਾਂਦੀ ਹੈ ਭਰਾਵਾ। ਆਹ ਦੇਖ, ਚੱਲ ਭਜਾ ਕੇ ਦੇਖਦੇ ਆ ਕਿੰਨੇ ਭੀੜ ਬਣਦਾ। ਮੈਂ ਵੀ, ਮੇਰਾ ਵੀ ਮਨ ਕਰਦਾ ਕਿ ਮੈਂ ਟੇਢੀ ਚੜਾ ਵਾਂ, ਟਰੈਕਟਰ ਆਪੇ ਘੁੰਮ ਜਾਂਦਾ। ਹਾਏ ਮੇਰਾ, ਮੈਂ ਆਈ ਆਈ ਲੈ ਜਾਂਦਾ ਵਾਂ, ਦੇਖ ਚੱਕ ਟਰੈਕਟਰ ਆਪ ਹੀ ਮੁੜ ਜਾਂਦਾ। ਸਿੱਧੀ ਤਾਂ ਚੜ੍ਹਨੀ ਨਹੀਂ, ਉਹ ਤਾਂ ਮੈਨੂੰ ਵੀ ਪਤਾ। ਓ ਤੇਰੀ ਓਏ, ਭਲਵਾਨ 575, ਭਲਵਾਨ ਗਰੁੱਪ ਦਾ 575 ਆਵੇ ਬਈ ਓਏ। ਟਰਾਲੀ ਕੱਢਣੀ ਆ ਬੜੀ ਜੀ, ਇੱਥੇ 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 ਹੀ ਲੈਣ ਕਰਾ ਲਈਏ। ਨਹੀਂ ਨਹੀਂ ਉੱਧਰ ਸੰਗਲ ਪਿਆ ਆਪਣਾ, ਬਾਅਦ 'ਚੋਂ ਸੰਗਲ ਵੱਧ ਜੂਗਾ ਯਾਰ, ਮਹਿੰਗਾ ਬਹੁਤ ਆ ਸੰਗਲ ਬਈ। ਅਤੇ ਨਾ ਨਾਟਗਰਾਂ ਦਾ, ਨਾਟਗਰਾਂ ਨਾਲ ਗੱਲ ਨਹੀਂ ਮਾਨੀ, ਉਹ ਲਿਆਉਂਦੇ ਆ ਹੋਲੈਂਡ, ਲਿਆਉਂਦੇ ਆ ਹੋਲੈਂਡ। ਉਹਦੇ ਉਹਦੇ ਵੇਟ ਪਾਉਣਾ ਪਊ, ਵੇਟ ਲਾ ਦੇ ਓਏ, ਹੋਰ ਵੇਟ ਨਹੀਂ ਨਾ ਲਾ ਸਕਦੇ। ਚਲ ਐਂ ਕਰਦੇ ਆ ਫਿਰ, 575 ਹੀ ਲਿਆਉਂਦੇ ਆ ਭਲਵਾਨ ਵਾਲਾ, ਬੰਪਰ ਲਾ ਕੇ ਨਾ, ਬੰਪਰ ਵਾਲਾ 575। ਕਿੱਥੇ ਭਲਵਾਨ ਜੀ? ਆ ਜਾਓ ਆ ਜਾਓ ਆ ਜਾਓ ਆ ਜਾਓ, ਤੁਹਾਡੇ ਤੱਕ ਲੋਡ ਪੈ ਗਈ, ਕੰਮ ਪੈ ਗਿਆ ਸੀ ਬੜਾ ਜਿਹਾ ਬਾਈ ਜੀ। ਸਾਡਾ ਟਰੈਕਟਰ ਖੁੱਭ ਗਿਆ ਜੀ, ਟਰੈਕਟਰ ਕੀ ਖੁੱਭ ਗਿਆ ਸਮਝ ਲਓ, ਕੰਟਰੋਲ ਹੀ ਨਹੀਂ ਹੋਇਆ ਬਾਈ। ਲਓ ਵੀ ਮਿੱਤਰੋ ਬੰਪਰ ਲਾ ਲਿਆ, ਬੰਦਾ ਬਹੁਤ ਦਲੇਰ ਬੈਠਾ ਉੱਤੇ, ਮਾੜੀ ਮੋਟੀ ਗੱਲ ਥੋੜ੍ਹਾ ਫਿਰ ਐਂ ਹੈ, ਫਿਰ ਐਂ ਹੈ ਦਲੇਰ ਬੰਦਾ ਹੀ ਕਹਿੰਦਾ ਹੁੰਦਾ। ਓਏ ਆ ਕੀ ਹੋ ਗਿਆ? ਓਏ ਤਾਂ ਆਉਂਦਾ ਹੀ ਪਲਟ ਗਿਆ ਯਾਰ ਬਈ ਯਾਰ, ਹੁਣ ਤਾਂ ਨਾ ਪਾਵਰ ਸ਼ਕਤੀਆਂ ਦਾ ਯੂਜ਼ ਕਰਨਾ ਪਊਗਾ। ਟੋ ਬਾਰ ਹੈ ਨਹੀਂ, ਟੋ ਬਾਰ ਹੈਗਾ ਉਹਦੇ ਫਿਰ ਜ਼ੋਰ ਨਹੀਂ ਨਾ ਉਹ ਟਰੈਕਟਰ ਮਾਰਦਾ, ਕਿ ਟੋ ਬਾਰ ਹੀ ਸਹੀ ਆ। ਤੁਸੀਂ ਦੱਸੋ ਯਾਰ, ਟੋ ਬਾਰ ਕਹਿੰਦੇ ਤਾਂ ਟੋ ਬਾਰ ਨਾਲ ਚੱਕ ਦਿੰਦੇ ਕੰਮ। ਸੱਦ ਲਓ ਭਲਵਾਨ, ਓਏ ਤਾਂ ਊਈਂ ਅੱਗੇ ਜੇ ਚੱਕੀ ਜਾਂਦਾ ਬਈ, ਆਪ ਹੀ ਅੱਗੇ ਟੋ ਬਾਰ ਫਿਰ ਅੱਗੇ ਚੱਕੂ। ਓਕੇ ਓਕੇ ਓਕੇ, ਟੋ ਬਾਰ ਨਾਲ ਮਗਲਾ ਮਗਰਲਾ ਟਰੈਕਟਰ ਨਹੀਂ ਜ਼ੋਰ ਮਾਰਦਾ, ਜਿਹੜੀ ਗੱਲ ਆ, ਹੋਰ ਗੱਲ ਕੋਈ ਨਹੀਂ। ਸ਼ਕਤੀਵਾਨ ਸ਼ਕਤੀ ਸ਼ਕਤੀ ਸ਼ਕਤੀਵਾਨ ਸ਼ਕਤੀ ਸ਼ਕਤੀ ਸ਼ਕਤੀਵਾਨ ਕਿੱਥੇ ਆ? ਉਹ ਕਿੱਥੇ ਆ ਭੈਣ ਕਿਹੜਾ? ਇਹਨੂੰ ਜ਼ੋਰ ਦੀ ਲੋੜ ਆ, ਜ਼ੋਰ ਦੀ ਤਾਂ ਲੋੜ ਨਹੀਂ ਹੈਗੀ ਫਿਰ ਵੀ। ਓ ਯਾਰ ਗੇਅਰ ਮੈਨੂਅਲ ਪਾਉਣਾ ਪਊਗਾ ਯਾਰ, ਜ਼ੋਰ ਬਾਹਲਾ ਟਰੈਕਟਰ 'ਚ ਮਿੱਤਰੋ, ਬਾਹਲਾ ਜ਼ੋਰ ਆ, ਬਾਹਲਾ ਜ਼ੋਰ ਆ। ਇਹ ਕੀ ਇਹ ਕੀ, ਮੇਰੀ ਚੈਟ ਦੇਖਦੀ ਨਹੀਂ ਤੈਨੂੰ? ਦੀਂਦੀ ਆ, ਸਭ ਕੁਛ ਦੀਂਦਾ ਪਿਆ ਵਾ ਬੰਦਾ, ਪੜ੍ਹਿਆ ਤਾਂ ਹੈ ਯਾਰ, ਹੋਰ ਕੀ ਫਿਟਿਆ ਮੂੰਹ ਤੇ। ਅੱਛਾ ਮਤਲਬ ਸਾਰੀਆਂ ਚੈਟਾਂ ਪੜ੍ਹਾ, ਕਈ ਵਾਰੀ ਕੋਈ ਰਹਿ ਜਾਂਦੀ ਆ, ਮਤਲਬ ਮੈਨੂੰ ਬਖਸ਼ਿਆ ਨਹੀਂ ਜਾਊਗਾ। ਐਮ ਮੀਡੀਅਮ ਦੂਜਾ ਲਾ ਲਾ, ਓਕੇ ਮੀਡੀਅਮ ਦੂਜਾ ਲਾ ਲੈਂਦੇ ਬਾਈ, ਹੋਰ ਵੀ ਛੋਟਾ ਚਾਹੀਦਾ ਇਹਨੂੰ, ਮੀਡੀਅਮ ਪਹਿਲਾ। ਚੱਲ 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 ਚੱਲ, ਕਹਿੰਦੇ ਜ਼ੋਰ ਲੱਗਿਆ ਪਿਆ ਫੁੱਲ, ਹੁਣ ਆਊਗਾ ਨਾ ਸਵਾਦ ਫਿਰ। ਖਿੱਚ ਲਾ, ਕੱਢ ਲਈ ਟਰਾਲੀ ਬਈ, ਕੱਢ ਲਈ ਕੱਢ ਲਈ ਕੱਢ ਲਈ ਕੱਢ ਲਈ ਕੱਢ ਲਈ। ਹਾਏ ਓਏ, ਬਸ ਇੰਨਾ ਹੀ ਕੰਮ ਸੀ ਅੱਜ, ਜਿੰਨੀਆਂ ਟਰਾਲੀਆਂ ਖੁੱਭਣਗੀਆਂ ਇਹਦੇ ਨਾਲ ਹੀ ਕੱਢਣੀਆਂ। ਹੈਪੀ ਉਹ ਟਰੈਕਟਰ ਲੈ ਕੇ ਆ ਸਿਰਾ ਜਾਂ ਜਾਉਂਡੀਅਰ ਜਗਾੜੂ, ਉਹ ਲਿਆਉਂਦੇ ਆ ਲਿਆਉਂਦੇ ਲਿਆਉਂਦੇ ਸਾਰੇ ਲਿਆਉਂਦੇ ਆ, ਪਹਿਲਾਂ ਦਾਣੇ ਪਵਾਈਏ। ਇੱਧਰ ਝੋਨਾ ਜੇ ਇੱਕ ਟਰਾਲੀ ਘਬੋੜੀ ਤਾਂ ਦੂਜਾ ਖਰਾਬ ਥੋੜੋ ਕਰਨਾ। ਝੋਨਾ ਝੋਨਾ ਨਹੀਂ ਬਲੀਏ, ਝੋਨਾ ਝੋਨਾ ਹੀ ਹੈ ਯਾਰ, ਮੈਨੂੰ ਗੁੱਸਾ ਹੀ ਆਉਂਦਾ ਕਿਉਂਕਿ ਕੁਛ ਪਲੈਨ ਨਹੀਂ ਨਾ ਹੈਗਾ ਥਾਰ ਦਾ, ਕਿੱਦਾਂ ਰੰਗ ਆ
थार दा केड़ा रंग है भाई, वीडियो च नहीं दिंदा। पिंक लाइक है बॉस, पिंक लाइक। दूजे हाई च वधिया ले जांदा, इधर देखना पई ते लैके जाऊगा कि नहीं। वड्डा पखा बई, यार अज तो गर्मी लगन लग गई फिर, मैं तो मसा ठंड जी समझी थी कि ठंड जी आ गई यार। गेयर ऑटोमैटिक ही चलन दो यार, ऑटोमैटिक ही आ। वाह कूलर भाई, अपने हाथ खड़े फिर नहर च वड़ जाना इन्हें, आपे ही मुड़ी मड़ी जाता यार। थोड़ा जा मोड़ सकता बस, मैं बा मैं आठ ही पवा सकता जिधर नू मर्जी पवाई जावा। हाँ हो गया सीधा, हो गया सीधा, हो गया सीधा। इधर नू, इधर नू, इधर नू, इधर नू, इधर नू, इधर नू। टार जंदा वंडण का, वाह जी वाह। सारे मित्रों फस्ट अपीयरेंस मैसेज दी रोकने लई मैंबरशिप जरूर लो, या अपीयरेंस मैच दी अपीयरेंस दिखाने लई देखने लई नहीं, मतलब जेड़ा चाहता है कि भाई मेरा मैसेज सारे नो पहला पढ़िया जावे ओ लो मैंबरशिप। भाई तू कहानी चढ़दा है ना, ओ तेरी हो गया भाई, इन सीधा किवें करके हूँ उत्ते बहना पऊगा, उत्ते बह के आए आए इन उत्ते बह के ज़्यादा बैक गेयर पाना पैना, बैक गेयर, बैक गेयर। ओ तेरी भाई टायरी चक्के गए, भाई कांड हो गया ये तो, कांड हो गया भैया जी, इसको बंद करें। तेन इतने अं प्यार रहो, अं प्यार रहो, नाटक कह रहा भाई जी। चल ट्राली लेके चल के 855 भी लैके आना हजे, आप भी चेक करना फिर हॉलैंड नाल भी ट्राली चढ़ा के वेखनी है कि चढ़ता कि नहीं। वह अज लाइव का सवाल जमा नहीं आ रहा मैंने, सच्ची दसा। कल तो प्रिपेयर करके लैके आया करांगे, थोनू भी फुल यार आया करूँ तो मैनू भी। अज मैं वीडियो पाने के चक्कर सेगा ता करके बई नाट कह रहा कड़ा तोड़ता ट्राली नू यार, एडा भी की है यार, मूँह तो थले ला ना जट्टा, आए नहीं गल बननी बई। चल हाँ बवान च लिया ट्राली आ गई, कहने कौन आ गया ये रब करता। वो तो ठीक है रब नहीं, जोड़ा हूँ अभी हो गया, हूँ ट्रैक्टर अपने को 855 बचा है, देखिए चल दे। चलो बई हूँ यदि वारी आ, यह कुछ करूँ कि नहीं की लगता मित्रों? मैं तो नहीं लगता भाई कुछ करूँगा सीरीयसली। 1080p 60 से, हाँ जी हाँ जी हाँ जी, वाई फाई क्या बात है, तुम 1080p 60 तो देख रहे हो, बहुत बहुत धन्यवाद भाई। फुल क्वालिटी देखो नज़ारे लो, स्वाद आऊगा, अपने को वाई फाई ही आ। हो यही करूँ कुछ सारा कुछ, मैं तो लगता नहीं गा यार सच्ची, मैं तो कोई उम्मीद नहीं भाई। भाई व्लॉग तो हजे तक तुम जो नहीं वेख्या भाई किसी ने व्लॉग जाके जरूर देखो यार, 9वें नंबर पर रैंक करता पाया, 9वें नंबर पर, मतलब क्यों 9वें नंबर पर, हुण तक दी सारे नाल डाउन वीडियो चल रही है। बाय नाइस लुक भाई डैना, कमेंट कमूंट करते नहीं, पूरा देखे ही नहीं किसी ने भाई यार, गलत गल है यार भाई, पूरा नहीं ना देखते दे जोड़ा तुम, बहुत गलत गल है। मैं अच्छ सोचा मैं यूट्यूब पर स्टोरी पाँगा, मैं यूट्यूब पर स्टोरी 6000 रही होंगी सी, 80-80 हज़ार व्यू मेरी स्टोरी आ जाते होंगे सी, उस तो 20-20 हज़ार व्लॉग से चले जाते होंगे लाइक वीडियो से व्यू। वो स्टोरी वाला फीचर ही डिलीट करता मैं अच्छ पता लग्या, 1080p 60 से वेख रहे हैं भाई थोड़ी लाइव, बहुत बहुत धन्यवाद भाई। फुल क्वालिटी का जो देखो जी भी वेखना चाहते हो तुम,
ਇਦੂ ਉੱਤੇ ਕੁਆਲਿਟੀ ਤਾਂ ਹੁਣ ਫਿਰ ਕੀ ਫਾਇਦਾ ਹੈ ਕਿ ਨਹੀਂ ਬਾਹਲਾ ਨੈੱਟ ਫੂਕਣ ਦਾ ਵੀ ਤੋ ਘੈਂਟ ਲੱਗਦੀ ਪਈ ਹੋਊਗੀ ਲਾਈਵ ਹੋਪ ਤੁਹਾਨੂੰ ਅਤੇ ਕਹਿੰਦੇ ਸਿਰਾ ਹੋਇਆ ਪਿਆ ਇੱਧਰ ਕਹਿੰਦੇ 855 ਬੁੱਕਦਾ ਹੀ ਜਾਂਦਾ ਕਹਿੰਦੇ ਚਾਚਾ ਜੀ ਸਟੰਟ ਕਰਾ ਦਈਏ ਐਂ ਡਿਲੀਟ ਕਰਤਾ ਹਾਂ ਉਹ ਫੀਚਰ ਹੀ ਡਿਲੀਟ ਕਰਤਾ ਬਾਈ 6-7 ਮਹੀਨੇ ਹੋ ਗਏ ਉਹ ਫੀਚਰ ਗਏ ਨੂੰ ਸਟੋਰੀ ਵਾਲੇ ਨੂੰ ਉਹਦਾ ਬੜੀ ਘੈਂਟ ਚੀਜ਼ ਸੀ ਉੱਤੇ ਵੀਡੀਓ ਦਾ ਲੋਗੋ ਲੱਗ ਕਹਿੰਦਾ ਕਲਿੱਕ ਕਰੀ ਦੇ ਚਲੋ ਵੀਡੀਓ ਸ਼ਾਰਟ ਆ ਹੁਣ ਲੈ ਸ਼ਾਰਟ ਕੋੜਾ ਪਾਊਗਾ ਮੈਨੂੰ ਵੀ ਹੁਣੇ ਪਤਾ ਲੱਗਿਆ ਹੋਰ ਯਾਰ ਮੇਰਾ ਤਾਂ ਦਿਲ ਹੀ ਟੁੱਟ ਗਿਆ ਯਾਰ ਬਸ ਭਲਵਾਨ ਦੀ ਲੋੜ ਨਾ ਪਵੇ ਟਰਾਲੀ ਕੱਢਣ ਵਾਸਤੇ ਇਹਦਾ ਇੱਥੇ ਗਾਰੇਜ ਜੀ ਦੱਬ ਗਿਆ 55 ਬਾਈ ਨਾ ਨਾ ਮਿਟ ਗਏ ਨਾ ਇਹ ਕੰਮ ਨਹੀਂ ਕਰਨਾ ਬਸ ਅੱਗਾ ਨਾ ਚੱਕੇ ਇਹ ਕਿਉਂਕਿ ਇਹਦੇ ਮੂਹਰੇ ਬੰਪਰ ਹੈਗਾ ਨਹੀਂ ਆਪਾਂ ਵੇਟ ਲਾ ਲੈਣਾ ਸੀ ਅਸੀਂ ਜਾਗਣ ਲਾ ਕੇ ਮਿੰਨੀ ਟਰਾਲਾ ਇਹ ਬਣਾਇਆ 2 ਫੁੱਟ ਵਿਦ ਜੈਕ ਜਗਾੜ ਲਾ ਕੇ ਅੱਛਾ ਮੇਰੇ ਵਾਲਾ ਜਗਾੜ ਲਾ ਲੈਣਾ ਸੀਗਾ ਉਹਦਾ ਬਾਹਲਾ ਸਿਸਟਾ ਜਗਾੜ ਬਾਈ ਹਾਏ ਓਏ ਅੱਗਾ ਚੱਕਦਾ ਹਾਏ ਓਏ ਨਾ ਬਿਠੀਏ ਨਾ ਹਾਏ ਇਹਦਾ ਰੱਬ ਨਹੀਂ ਨੂੰ ਮੂੰਹ ਕਰਕੇ ਆ ਬੰਪਰ ਲਾ ਦੇ 800 ਵਧੀਆ ਨਹੀਂ ਲੱਗਦਾ ਬਾਈ ਇਹ ਫਿਰ ਮੋਡੀਫਾਈ 855 ਉਹ ਲਿਆਈਏ ਮੋਡੀਫਾਈ ਚੱਲੂਗਾ ਫਿਰ ਮੋਡੀਫਾਈ ਮੰਗਾਇਆ ਜਾਵੇ ਇਹਦਾ ਨਾ ਕਰ ਖਿੱਚ ਲੈ ਮੋਡੀਫਾਈ ਮੰਗਾ ਲੈਂਦੇ ਹਾਂ ਮੋਡੀਫਾਈ ਮੰਗਾ ਲੈਂਦੇ ਹਾਂ ਫਿਰ ਡਿਮਾਂਡ ਹੈਗੀ ਆ ਜਦੋਂ ਹੁਣ ਤੁਸੀਂ ਕਹਿੰਦੇ ਕਿ ਦੇਖਣਾ ਹੀ ਹੈ ਕਿ ਟਰੈਕਟਰ ਕੋਈ ਹੋਰ ਲਿਆਈਏ 855 ਵਾਧੂ ਆਪਣੇ ਕੋਲ ਆਹਲਾ ਨਹੀਂ ਇਹ ਨਹੀਂ ਸੀਗਾ ਕਿਹੜਾ ਸੀ ਆ ਵੀ ਨਹੀਂ ਸੀਗਾ ਇਹ ਆਹਲਾ ਸੀ ਜਿਹੜਾ ਮੋਡੀਫਾਈ ਉਹ ਆਹ ਕਿਹੜਾ ਗਾਣਾ ਲੈਂਬਰ ਦਾ ਜਿਹੜਾ ਸੁਣ ਰਹੇ ਸੀ ਆਪਾਂ ਛੱਡ ਦਿਲਾ ਰੋ ਨਾ ਬਿਗਾਨੇ ਆਂਦੇ ਲਈ ਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਛੱਡ ਦਿਲਾ ਲਓ ਫਿਰ ਬਾਈ ਇਹਦੇ ਮੋਡੀਫਾਈ ਆਉਣ ਦੋ ਓਏ ਹੋਈ ਮਜਬੂਰੀ ਸੀ ਤਾਂ ਪਹਿਲਾਂ ਸੋਚ ਲੈਂਦੀ ਓ ਮੇਰੇ ਕੋਲੇ ਆਉਂਦਾ ਹੋਇਆ ਦਿਲ ਰੋਕ ਲੈਂਦੀ ਓ ਚਾਹੁੰਦਾ ਨਹੀਂ ਸੀ ਰੋਕਣਾ ਅੱਖੀਆਂ ਦੇ ਆਣੀ ਨੂੰ ਮਰ ਜਾਂਦੀ ਜਾਂਦੀ ਲਾ ਕੇ ਨਾ ਜਾਂਦੀ 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 ਹੱਸ ਕੇ ਨਾ ਜਾਂਦੀ ਪਤਾ ਨਹੀਂ ਰਵਾ ਕੇ ਨਾ ਜਾਂਦੀ ਪਤਾ ਨਹੀਂ ਐਂ ਜੇ ਕੁਛ ਸੀਗਾ ਡਰ ਨਾ ਮਤਲਬ ਮੋਡੀਫਾਈ ਕਰਾਇਆ ਹੋਇਆ ਡੈਣਾ ਫੌਰ ਹੈ ਕਹਿੰਦੇ ਮੇਰੇ ਵੀਰੇ ਓ ਡੈਣਾ ਫੌਰ ਹੈ ਐਡੀ ਛੇਤੀ ਨਹੀਂ ਉਹ ਦੱਬਦਾ ਕੁਛ ਤਾਂ ਕਰੂਗਾ ਜੀ ਉਹ ਬੱਲੇ 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 ਛੱਡ ਦਿਲਾ ਰੋਣਾ ਬਿਗਾਨਿਆਂ ਦੇ ਲਈ ਹੁੰਦੀ ਆਪਣੀ ਹੁੰਦੀ ਆਪਣੀ ਜੇ ਕਦੇ ਤੈਨੂੰ ਛੱਡ ਕੇ ਨਾ ਜਾਂਦੀ ਹੁੰਦੀ ਆਪਣੀ ਜੇ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਸਿੰਗਰ ਤਾਂ ਮੈਂ ਬਹੁਤ ਘੈਂਟ ਹਾਂ ਬਾਈ ਗਾਣਾ ਗੁਣਾ ਕੱਢਣਾ ਕਾਪੀਰਾਈਟ ਦਾ ਜੇ ਦੇਖੀ ਕਿਤੇ ਯਾਰ ਭੱਜਦਾ ਨਹੀਂ ਪਿਆ ਰਾਈਟਰ ਜਿਹੜੀ ਗੱਲ ਗੇਰਾਂ 'ਚ ਖੇਡੀ ਜਾਂਦਾ ਐਂ ਤਾਂ ਨਹੀਂ ਗੱਲ ਬਣਨੀ ਡੈਨਾਸੋਰ ਪੁੰਡ 'ਚ ਲੈ ਲਾ ਕਹਿ ਵੇ ਕੌਣ ਰਿਹਾ ਉਹ ਨਵਾਂ ਟ੍ਰੈਂਡ ਜਿਹਾ ਚੱਲਿਆ ਦੇਖਿਆ DP ਜੀ ਖੋਲ ਕੇ ਦਿਖਾਉਂਦੇ ਹੁੰਦੇ ਆ ਤੇਰੇ ਤਾਂ ਸੱਚੀ ਉਹ ਬਣਦਾ ਸੁਖਮਣ ਬਾਈ ਛੱਡ ਗਈ ਕੋਈ ਨਹੀਂ ਛੱਡ ਗਏ ਕਿਆ ਭਰਾਵਾ ਵੈਸੇ ਹੀ ਗਾਈ ਜਾਂਦਾ ਇੱਦਾਂ ਚੱਲ 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 ਦੇਖ ਜਾਂਦਾ ਝੋਟਾ ਚੜੂਗਾ ਕਿ ਨਹੀਂ ਮੇਨ ਚੀਜ਼ ਯਾਰ ਅੱਗਾ ਉੱਗਾ ਨਹੀਂ ਚੱਕਦਾ ਪਿਆ ਜਿਹੜੀ ਗੱਲ ਆ ਤੁਰਿਆ ਜਾਂਦਾ ਬਸ ਉਹ ਤੇਰੀ ਉਹ ਬੱਲੇ 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 ਟਰਾਲੀ ਥੱਲੋਂ ਲੱਗ ਗਈ ਯਾਰ ਹੈਲੋ ਹੈਲੋ ਰਾਜਵਿੰਦਰ ਬਾਈ ਹੈਲੋ ਤੂੰ ਤਾਂ ਪੱਥਰ ਪਾੜ ਦੇ
ਕੋਈ ਮਰਜ ਪੂਰੀ ਸੀਤਾ ਪਹਿਲਾਂ ਸੋਚ ਲੈਂਦੀ ਏ ਡੈਣਾ ਸੋਰ ਆ ਕਹਿੰਦੇ ਮੇਰੇ ਵੀਰੇ ਓ ਮੋਸਟਰ ਟਾਇਰ ਵੀ ਚੱਕਿਆ ਗਿਆ ਤੁਹਾਨੂੰ ਓਨਲੀ ਯੂ ਪੈ ਵਾਲਾ 855 ਉਹ ਵੀ ਲਿਆਉਂਦੇ ਆ ਉਹ ਵੀ ਲਿਆਉਂਦੇ ਆ ਉਹ ਵੀ ਲਿਆਉਂਦੇ ਆ ਸਾਰੇ ਸਾਰੇ ਚੈੱਕ ਕਰਾ ਗਿਆ ਜਾਵਾ ਕਹਿੰਦੇ ਮੇਰੇ ਵੀਰੇ ਟਰਾਲਾ ਪੂਰਾ ਜ਼ੋਰ ਲਵਾਉਂਦਾ ਪਿਆ ਆ ਗਿਆ ਬਈ ਆ ਗਿਆ ਡੈਣਾ ਸੋਰ ਦੀ ਹਾਲਤ ਵੇਖੋ ਕੀ ਹੋ ਗਈ ਬਾਈ ਹਾਏ ਓਏ ਬਾਈ ਦੁਗਾ ਤਾਂ ਲੈ ਜਾਣਾ ਪਤਾ ਹੀ ਆ ਬਾਈ ਹਾਏ 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 ਆ ਕਿੱਥੇ ਲੱਗ ਗਿਆ ਇਹਦਾ ਝੋਟਾ ਬਣਾਇਆ ਯਾਰ ਤੁਸੀਂ ਯਾਰ ਇਹ ਚਿੰਤ ਜੀ ਰਹਿ ਗਈ ਸਾਲੀ ਨੈਟ ਇਹ ਚੰਗਾ ਨੈਟ ਪਵਾ ਕੇ ਆਇਆ ਵੈ ਹਾਏ ਓਏ ਯਾਰ ਵਿਚਾਰੇ ਨੈਟ ਪਵਾ ਕੇ ਸਟਰੀਮ ਵੇਖ ਲੈਂਦੇ ਇੰਨਾ ਹੀ ਬਹੁਤ ਆ ਸੁਪਰ ਚੈਟ ਭਾਲਦੇ ਨਾ ਸਪੀਕਰ ਆਪਾਂ ਚਾਹੁੰਦਾ ਨਹੀਂ ਸੀ ਰੋਕਣਾ ਅੱਖੀਆਂ ਦੇ ਪਾਣੀ ਨੂੰ ਹਾਏ 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 ਡੈਣਾ ਡੈਣਾ ਜ਼ਰੂਰ ਹੋਈ ਬਈਆ ਕਹਿੰਦੇ ਮੇਰੇ ਵੀਰੇ ਉਹ ਚੱਲ ਇੱਥੇ ਰੱਖ ਤਾਰ ਲਓ ਥੱਲੇ ਇੱਕ ਹੋਰ ਟਰੈਕਟਰ ਲਿਆਉਂਦੇ ਆਪਾਂ ਇੱਥੇ ਤਵੀਆਂ ਵਾਲਾ ਕਿੱਧਰ ਗਿਆ ਆ ਰਿਹਾ ਇਹਨੂੰ ਵੇਖਦੇ ਹਾਂ ਬਾਈ ਇਹ ਖੇਡਦਾ ਕਿ ਨਹੀਂ ਫਰਾਟੇ ਮਾਰਦਾ ਕਿ ਨਹੀਂ ਮਾਰਦਾ ਹੋਲੈਂਡ ਚੀਕਾ ਮਾਰਦਾ ਹੋਲੈਂਡ ਤੇਰਾ ਬੀਬੀ ਘੱਟਦਾ ਬੀਬੀ ਘੱਟ ਗਿਆ ਉੱਥਾਂ ਗੇਰ ਨਹੀਂ ਉਹ ਪਾਇਆ ਘਬਰਾਉਣ ਲੱਗ ਗਏ ਜੰਮੇ ਕਾਲੇ ਆ ਤੇ ਸਾਡੇ ਨਾਲ ਭਜਾਉਣ ਲੱਗ ਗਏ ਹੁੰਦਾ ਨਹੀਂ ਸੀ ਰੁਕਣਾ ਅੱਖੀਆਂ ਦੇ ਪਾਣੀ ਨੂੰ ਚੱਲ ਬਾਈ ਕਹਿੰਦੇ ਹੁਣ ਉਹ ਤੇਰੀ ਉਹਦੇ ਤਾਂ ਵੇਟ ਹੀ ਬਹੁਤ ਸੀ ਯਾਰ ਆਹ ਧੱਕਾ ਨਹੀਂ ਗਾ ਯਾਰ ਡੈਣਾ ਸੋਰ ਚ ਨਾ ਵੱਜੇ ਹਾਂਜੀ ਕੀ ਹਲਾ ਪਾਣੀ ਕਹਿ ਦੇ ਬੇਬੇ ਯਾਰ ਬਾਈ ਯਾਰ ਹਾਓ ਹੋਰ ਕਹੇਗਾ ਹੋਰ ਕਹੇਗਾ ਉਵੇਂ ਹੀ ਉਵੇਂ ਪਹਿਲਾਂ ਕੂ ਪਹਿਲਾਂ ਕੂ ਅੱਜ ਡੇਢ ਪਾਉਂਦੇ ਆ ਬਸ ਬਾਹਰ ਭੇਟ ਦੀ ਤੁਸੀਂ ਇੱਥੇ ਬਹਿ ਜਾ ਵੇਖੂ ਬਈ ਮੈਕੂ ਤਾਂ ਸਿਰਾ ਹੀ ਕਰਾ ਦਿੰਦਾ ਨਿੱਤ ਨਵੀਆਂ ਆਈਟਮਾਂ ਸਿੱਖਦੀ ਨਿੱਤ ਮੈਕੂ ਸੱਚ ਬੰਦ ਕਰ ਬਈ ਨਾ ਯਾਰ ਅੱਗੇ ਕਰਕੇ ਸੀ ਉਹ ਡਰ ਗਈ ਪਰ ਸੱਚ ਬੰਦ ਕਰਕੇ ਇਹ ਹੋਲੈਂਡ ਜਾਊਗਾ ਤਾਂ ਸਹੀ ਪਰ ਇਹਦੇ ਮੂਹਰੇ ਵੇਟ ਦਾ ਕਮੀ ਆ ਯਾਰ ਪਰ ਦੂਜਾ ਲਿਆਈਏ 56 ਕੀ ਕਹਿੰਦੇ ਹੋ ਜੇਬ ਚੋਂ ਚੀਜ਼ ਕੱਢਦੀ ਪਈ ਆ ਮਾੜਾ ਜਿਹਾ ਦੇਖੋ ਮਾੜਾ ਜਿਹਾ ਤੁਸੀਂ ਕਿਊਟ ਬੱਚਾ ਹੈ ਜੇ ਜੇਲ ਚੋਂ ਕੱਟ ਕੇ ਨਵਾਂ ਭੱਜ ਜਾ ਬਾਹਰ ਜਾ ਕੇ ਖੇਡਦਾ ਪੁੱਤ ਹਾਂਜੀ 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 ਲਾ ਲੇ ਲਾ ਦੇ ਲਾ ਦੇ
यार ना मैनू डर आ यार, सोचना बंद कर दे, होर कोई चक्कर नहीं। 36 लिया ओए 56 भी, सॉरी तविंग वाले ने नहीं को किया। आ रहा झोटा आ बुकूगा मित्रों, इन्हें दिखाई पावर त ए भाई जमा सैंपल है पर मॉडिफाइड देखने सैंपल है पर मॉडिफाइड आए हुए मिट्टी किन्नी चढ़ी पई भाई यार, बुरा हाल ही होया फेडरेटर का। मित्रों 130 लाइक जो हो सकता तो जरूर करो यार, तो मैनू दसो कि तुसी अगली लाइव दे विच की देखना चाहते हो, तो हुणे किहड़ा ट्रैक्टर वेखना, जमा सैंपल है मॉडिफाइड देखने सैंपल है मॉडिफाइड मतलब पावर वालों मॉडिफाइड आ। चल मैं लगता यदि भी पावर खत्म ही हो चली, टायर बड़े छोटे आ भाई, सोना लीका लै, सोना लीका भी लेने भाई। हाय 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 56 चौंदा नहीं दी रुकना, अखियां दे पानी नहीं। कांड हो गया भाई, कांड हो गया, कांड हो गया, कहते मेरे वीडियो की हो गया तुसी आप ही देख सकते हो। मैं करना नहीं चाहता पर पता नहीं किवें हो गया, मैं तो वेट थले किया थी, खुप गया ये खुपया पता क्यों आ, सीधी तो स्पष्ट तुम गल दसदा ये टायर वेखो यार, पतले ना टायर छोटे है ना, टायर छोटे पाए हुए ता करके खुप गया, चौड़े टायर होंगे इन्हें खुपना नहीं सी। ओए हुण किहड़ा ट्रैक्टर लाइए इहनू कढ़न नू, इको एक है अपने कोल फिर झोटा आ रहा। निशु देशवाल का ट्रैक्टर लिया भाई, है नहीं गा गेम साड़ी ब्रो, निशु नू 50,000 दे तो ट्रैक्टर का बना के ट्रैक्टर गेम च पाइए यार, सीरियसली इन्ना खर्चा आ जाता बई, कहो यार उन्हू कहते मेरे वीरे ओ सरा होने वाला है। क्यों दा नहीं सी रुकना अखियां दे पानी नहीं, ओए इन्ना क्या मुड़ गया भाई, होर किवें वधिया वधिया। सॉरी मैं तेरा रिप्लाई नहीं किया वेलकम दा, हुण किसे नू नहीं बुलाउणा, बस स्ट्रीम देखा करनी आ, मैनू भी नहीं बुलाउणा, व्हाट द फक भाई। गेम दा नाम क्या है, कल्लू गेम स्टूडियो भाई, गेम दा नाम है फार्मिंग सिमुलेटर। गेम ही खड़ गई मेरी सीरियसली, मेरी गेम खड़ गई भाई, रीस्टार्ट करना नहीं पाऊ, कोई ग्लिच हो गया। आ देखो की आ पुठी धरती जी होगी, मैं कुछ स्कीम गलत ला बैठा यार, उदे करके हुई है, मैं लग गया पता की गलो यार, ना निक्के निक्के आइटम ना खराब कर देंगे, एक्सपीरियंस खराब कर देंगे बंदे का। अगर चक दे हैप्पी ओ अगर चका दे, अगर भी चका देंगे, आ की हो गया बस, चल आने भाई चल ही जाती गेम, बस चल पी ऑलमोस्ट, चल पी ऑलमोस्ट हैप्पी ए नूबड़े अगे चका ट्रैक्टर दे। अमरजीत नूबड़े भाई की करिए यार, अगर भी चकावे गेम ही खड़ गई, चाहुंदा नहीं सी रोकना अखियां दे। चल पी नहीं कुछ नहीं, बस सब अपनी अपनी ताई मरू, मैं किसी नू नहीं जानती इतने, बस हैप्पी ब्रो नू जानती है। इतने रख दो चार होर कट, होर कट, होर 3600 लैके आओ, फोड़ 3600 जिमें हुंदा नीला फोड़ कुड़े, 3600 जो फोड़ कुड़े फोड़ कुड़े फोड़ कुड़े लिया मित्रों, लिया यार मजा जहा नहीं आ रहा, मैं फोन लगे मैं बंदे नू कहना तो नहीं चाहिए गा खुद ये कि मजा नहीं आ रहा आपकी स्ट्रीम से, नहीं ऑडियंस भी कहती है हाँ मजा नहीं आ रहा, पर मैनू लग रहा कि मजा जहा नहीं आ रहा, थोड़ू आ रहा गा इसके नहीं, सच्ची सच्ची दस्यो, लाइक आर यू इंजॉइंग दिस
ਫਕਿੰਗ ਥਿੰਗ। ਉਹ ਬਈਆ ਕਿੱਥੇ ਯਾਰ ਗੇਮ ਮੈਂ ਕਿੱਥੇ ਸੇਵ ਕੀਤੀ ਸੀ, ਫਿਰਦਾ ਕਿੱਥੇ ਆ ਮੈਂ। ਵਾਹ ਜੀ ਵਾਹ, ਇਹਦੇ ਮੂਹਰੋਂ ਪਹਿਲਾਂ ਤਾਂ ਵੇਟ ਲਾਓ। ਥੋੜ੍ਹਾ ਥੋੜ੍ਹਾ ਆ ਰਿਹਾ, ਥੋੜ੍ਹਾ ਥੋੜ੍ਹਾ ਆ ਰਿਹਾ। ਚਾਹੁੰਦਾ ਨਹੀਂ ਵੀ ਰੋਕਣਾ ਅੱਖੀਆਂ ਦੇ ਪਾਣੀ ਨੂੰ। ਮਜ਼ਾ ਸਿਰਫ ਗੱਲਾਂ ਦਾ ਆ ਰਿਹਾ, ਗੇਮ ਦਾ ਨਹੀਂ। ਗੇਮ ਦਾ ਮਜ਼ਾ ਫਿਰ ਕੱਲ੍ਹ ਨੂੰ ਤੁਹਾਨੂੰ ਫੁੱਲ ਆਊਗਾ, ਅੱਜ ਤੁਸੀਂ ਗੱਲਾਂ ਦਾ ਸਵਾਦ ਲਓ। ਜਦੋਂ ਗੇਮ ਦਾ ਮਜ਼ਾ ਆਊਗਾ, ਵਾਚਿੰਗ 100-150 ਹੋਊਗੀ ਆਰਾਮ ਨਾਲ ਆਪਣੀ। ਹੈਪੀ ਜੀ, ਟਰਾਈ ਕਰ। ਯਾਰ ਇਹਦਾ ਆਹ ਪੰਗਾ ਨਾ ਟਰੈਕਟਰ ਦਾ, ਜਿਹੜਾ ਮੈਨੂੰ ਬਹੁਤ ਭੈੜਾ ਲੱਗਦਾ। ਗੇਅਰ ਵੱਡਾ ਲਾ ਲਓ, ਮੂਧਾ ਹੁਣ ਤਾਂ ਹੀ ਜਾਂਦਾ। ਸਟੇਅਰਿੰਗ ਕਦੋਂ ਲੈ ਕੇ ਆਉਣਾ? ਪੈਸੇ ਹੈਣੀ ਭਰਾਵਾ, ਸਾਰੇ ਜਾਣੇ 2-2 ਹਜ਼ਾਰ ਰੁਪਈਆ ਆਪਾਂ ਸਟੇਅਰਿੰਗ ਸਟੂਰਿੰਗ ਲਿਆਈਏ, ਇੱਕ ਗੇਮਿੰਗ ਚੇਅਰ ਲਿਆਈਏ। ਹੁਣ ਮੇਰੇ ਪੈਸੇ ਮੁੱਕ ਗਏ ਭਰਾਵੋ। ਇੱਥੇ ਆਪਣਾ ਸਟਰੀਮ 'ਤੇ ਲੈ ਕੇ ਲਾ ਦੇਣਾ PMI EMI। ਸੀਰੀਅਸਲੀ ਕਹਿ ਰਿਹਾ, ਹੋ 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 ਆਹ ਵੇਖਦੇ ਅੱਧੀ ਟਰਾਲ ਕੋਈ ਲੈ ਕੇ ਜਾਂਦਾ ਕਿ ਨਹੀਂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸੁੱਖ ਬਰਾੜ ਬਾਈ। ਸੁੱਖ ਬਰਾੜ ਕਿਹੜਾ, ਮੁਕਤਸਰ ਵਾਲਾ? ਕਿ ਦੂਜਾ ਸੁੱਖ ਬਰਾੜ ਆ, ਉਹ ਨੂਰ ਬਰਾੜ ਸੀ ਯਾਰ, ਇਹ ਬਠਿੰਡੇ ਬੰਨੀ ਵਾਲਾ ਵਾ। ਮੋਡਰੇਟਰ ਸਾਹਿਬ ਹੋ ਤੁਸੀਂ ਕਿ ਦੂਜੇ ਹੋ? ਯਾਰ ਆਹਦਾ ਗਾਹ ਜਿਹਾ ਵਾਧੂ ਪਾਲਿਆ ਯਾਰ, ਇੱਥੇ ਤਵੀਆਂ ਲਿਆ ਕੇ ਨਾ ਮੈਂ ਕਹਿੰਦਾ ਵਾਹਣ ਵਿਹਲਾ ਕਰੀਏ। ਪਹਿਲਾਂ ਤਾਂ ਫੜਾਓ ਮੇਰੀਆਂ ਤਵੀਆਂ, ਮੈਂ ਕਹਿੰਦਾ ਡਾਂਟ ਪਵਾਈਏ, ਹਾਲੈਂਡ ਦਾ ਡਾਂਟ ਪਵਾਈਏ। ਬੰਦਾ ਦੇਖਿਆ ਦੇਖਿਆ ਲੱਗਦਾ, ਉਹੀ ਤਾਂ ਮੈਂ ਕਹਿ ਰਿਹਾ। ਨਾਲੇ ਬਠਿੰਡੇ ਵਾਲਾ ਹੀ ਆ, ਉਹੀ ਬੋਰਡ। ਪਲਵਾਨ ਕਹਿੰਦੇ ਆ ਇਹਨੂੰ, ਪਲਵਾਨ। ਪ੍ਰੀਤ ਲੈ ਕੇ ਆਓ, ਪ੍ਰੀਤ ਹੈ ਨਹੀਂ ਯਾਰ ਜੱਟਾ ਮੇਰੇ ਕੋਲ, ਹੈ ਨਹੀਂਗਾ। ਜਦੋਂ ਬਣ ਕੇ ਆ ਮੇਰੇ ਕੋਲ ਆ ਗਿਆ ਉਦੋਂ ਆਪਾਂ ਜ਼ਰੂਰ ਚਲਾਵਾਂਗੇ। ਰੇਟਰ ਦੇ ਉਹਦਾ ਟਾਪੂ ਲਵਾ ਦਈਏ, ਟਾਪੂ। ਰੇਟਰ ਕੋਈ ਇਹ ਜਿਹਾ ਜਿਹੜਾ ਭੱਜਿਆ ਜਾਵੇ ਹਲਾਂ ਦੇ, ਰੁਕੇ ਨਾ, ਮਿੰਟੋ ਮਿੰਟ ਹੀ ਮੈਂ ਗਾਹ ਪਾ ਦਾ ਇੱਥੇ, ਪਾਣੀ ਛੱਡ ਕੇ ਕੱਦੂ ਹੀ ਕਰ ਦਈਏ। ਬਾਅਦ 'ਚ ਟਰੈਕਟਰ ਹੋਰ ਤਾਂ ਨਹੀਂ ਕੋਈ ਮਸ਼ੀਨ ਆ, ਬਾ ਵਿੱਚ ਹੀ ਵਾਹ ਦੇਣਾ ਝੋਨਾ ਝਾਨਾ, ਅਸੀਂ ਨਹੀਂ ਵੇਖਣਾ ਹੁਣ ਕੀ ਬਣਦਾ ਕੀ ਪਿਆ ਵਾ। ਦੱਸ ਮੇਰਾ ਮੈਥ ਦਾ ਪੇਪਰ ਕਿਵੇਂ ਦਾ ਹੋਇਆ ਸੀ? ਇੰਨੀ ਗੱਦੀ ਅੰਗਰੇਜ਼ੀ ਜਿਹਨੂੰ ਪ੍ਰੂਫ ਨਹੀਂ ਲਿਖਣਾ ਆਉਂਦਾ ਉਹੀ ਆ, ਹੋਰ 3600 ਲੈ ਕੇ ਆਓ। ਓਏ 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 ਓਏ, ਰੁਕ ਜਾ, ਉਹ ਇੱਕ ਰਹਿ ਗਿਆ ਹੋਲੈਂਡ ਵੱਡਾ। ਡਾਂਟ ਵੇਖੀ ਪੈਂਦਾ, ਅਜੇ ਭੱਠੀ ਲਾਲ ਕਰ ਦੇਣੀ ਆ ਮਿੱਤਰੋ। MCQ ਹੀ ਕੀਤੇ ਸੀ ਇਕੱਲੇ, ਤੂੰ ਯਾਦ ਆ ਮੈਨੂੰ 15 ਨੰਬਰਾਂ ਦੇ। ਹਲ ਹੁਲ ਦਿਖਾਓ ਸਾਨੂੰ ਮਾੜੇ ਜਿਹਾ, ਹੁਣ ਹਲ ਹੁਲ ਹਲਾਂ ਦੀ ਡਿਲੀਵਰੀ ਲਈਏ। ਹਲ ਪਾਈਏ ਕਿ ਤਵੀਆਂ ਪਾਈਏ, ਕਿ ਪਲਾਵਾਂ ਦੇ ਵਿੱਚ ਹੈਗੇ ਆਹ ਵਾਲੇ, ਇਹਨਾਂ ਤੋਂ ਪਵਾਈ। ਓਏ ਨੋ 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 ਮਿਠੀਏ, ਨੋ 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 ਨੌ ਮੀਟਰ ਵਾਲੇ ਆਉਣ ਦੋ, ਨੀਲੇ ਰੰਗ ਦੇ ਹੋਲੈਂਡ ਵਾਲੇ। ਆਈ ਐਮ ਬੈਕ ਪ੍ਰੀਤ, ਗੱਲ ਬਾਈ ਕਿੱਦਾਂ? ਜਾਮੀ ਧਾਲੀਵਾਲ 56 ਯਾ 56 ਆ ਬ੍ਰੋ।
ਅੱਖੀਆਂ ਦੇ ਪਾਣੀ ਨੂੰ। ਮੇਰੇ ਮੈਥ ਦੇ ਪੇਪਰ ਯਾਦ ਰੱਖੀ ਫਿਰਦੇ ਸਾਰੇ। ਹਵਾਈ ਤੂੰ ਇੰਨੀ ਕਰਦਾ ਸੀ। ਹੁਣ ਵੇਖੀ ਭਜਦੇ ਕਰਾਟੇ। ਦੂਜਾ ਹਾਈ ਲਾਈ ਫਿਰਦਾ ਪਤੰਦਰ। ਪਾਣੀ ਨਾ ਭਰਿਆ ਵਾਣ ਫੁੱਲ। ਕੱਦੂ ਥੋੜ੍ਹਾ ਜਿਹਾ ਲੇਟ ਨਹੀਂ ਹੋ ਗਿਆ ਮਿੱਤਰੋ ਆਪਣਾ? ਤੀਜਾ ਹਾਈ ਪਤਾ ਨਹੀਂ ਪਾਸ ਹੋਣਾ ਕਿ ਨਹੀਂ। ਕਾਹਦੀ ਹਵਾ ਬਈ? ਆਓ ਵੇ ਕਹਿੰਦੇ ਮੇਰੇ ਵੀਰੇ ਜ਼ੋਰ ਲੱਗਿਆ ਬੈਟ ਰਾਈਟਰ ਦਾ ਜਮਾਂ ਹੀ ਕਹਿੰਦੇ ਜ਼ਰਾ ਹੋਇਆ ਪਿਆ 150 ਲਾਈ। 150 ਹੀ ਨਹੀਂ ਹੋਏ ਹਜੇ ਤੱਕ ਯਾਰ, ਫਿਰ ਫਾਇਦਾ ਕੀ ਆ ਗੇਮ ਖੇਡਣ ਦਾ? ਮਿੱਤਰੋ ਕਹਿੰਦੇ ਵਿੱਚੇ ਹੀ ਝੋਨਾ ਫੇਰ ਵਾ ਕੇ ਝੋਨਾ ਹੀ ਫੇਰ ਲਾ ਦੇਣਾ। ਬੜੀ ਲੰਬੀ ਕਹਾਣੀ ਆ, ਚੌੜ 'ਚ ਦੱਸ ਦੇ, ਟਾਈਮ ਮੇਰੇ ਕੋਲ ਵੀ ਹੈ ਨਹੀਂ। ਟਰੈਕਟਰ ਹੋਰ ਫੜਾਓ ਯਾਰ ਮੈਨੂੰ ਮਾੜਾ ਜਿਹਾ। ਜਿਵੇਂ ਹੁੰਦਾ ਨੀਲਾ ਬੋੜ ਕੁੜੇ, 3600 ਜੋ ਬੋੜ ਕੁੜੇ, ਰਾਟੇ ਮਾਰਦਾ। ਨਿਊ ਗੇਮ ਖੇਡ, ਨਿਊ ਗੇਮ ਕਿੱਥੋਂ ਲਿਆਵਾਂ ਹੁਣ ਮੈਂ? ਕਿੱਥੋਂ ਲਿਆਈਏ ਨਿਊ ਗੇਮਾਂ ਕਿੱਥੋਂ? ਆ ਭੱਜੂ ਇਹ ਮਾਰੂ ਲਲਕਾਰੇ ਵਾਹਣ ਦੇ ਵਿੱਚ। ਇਸਕੋ ਪਲਵਾਨ ਕਹਿਤੇ ਹੈ। ਓਏ ਲੈ ਕੇ ਸਹੀ ਆ ਬਾਈ ਇਹਦੀ ਇੱਕ ਲੌਂਗ ਦੱਸਦੇ ਫਿਰ ਭਰਾਵਾ। ਚੌੜ 'ਚ ਦੱਸਣ ਵਾਲੀ ਹੈ ਨਹੀਂ। ਮੂੰਹ ਪਾਣੀ 'ਚ ਡੁੱਬ ਗਿਆ ਕਿਹਦਾ? ਹੁਣ ਪਊਗਾ ਫਰਾਟੇ ਕਹਿੰਦੇ ਮੇਰੇ ਵੀਰੇ। ਉਹ ਚੱਲ ਆ ਭਜਦਾ ਲੈ ਕੇ ਇਹਨਾਂ ਨੂੰ। ਇਹ ਟਰੈਕਟਰ 'ਚ ਪੂਰੀ ਜਾਣ ਆ, ਪਰ ਨਾ ਇਦੂ ਤੇਜ਼ ਭੱਜਣੇ ਨਹੀਂ ਹਾਲ ਨਾ। ਵਰਕਿੰਗ ਸਪੀਡ ਸੈੱਟ ਹੋਈ ਵੀ ਆ। ਆਹ ਧੱਕਾ ਨਹੀਂ ਯਾਰ, ਮਜ਼ਾ ਨਹੀਂ ਆ ਰਿਹਾ ਮਜ਼ਾ ਨਹੀਂ ਆ ਰਿਹਾ ਗਾਈਸ। ਆਮ ਨੋਟ ਇੰਜੋਇੰਗ ਇਟ ਯਾਰ। ਸਰਵਰ ਇਹਨਾਂ ਦਾ ਹਜੇ ਵੀ ਚੱਲਦਾ ਵਾ, ਨੈਟਵਰਕ ਅਲਾਊ ਕਰਨ ਵਾਲਾ ਹਜੇ। ਜੋ ਜੀ ਹੁਣ ਕੀ ਕਰਨਾ ਫਿਰ? ਹਟ ਜੋ ਕਰਦੇ ਹਾਂ। DEVIL ਡੈਵਲ ਗਰੁੱਪ ਸਾਊਥ ਲੂਸੀਆਨਾ ਰੀਲਸ ਕੰਮ ਮੁੜ ਹੈਣੀ। ਦੋ ਹੈਣੀ, ਦੋ ਤਿੰਨ ਚਾਰ ਪੰਜ ਛੇ ਸੱਤ ਮੁੜ ਹੈਣੀ। ਇਹਦਾ ਮੂਡ ਹੀ ਬਹੁਤ ਆ, ਮੂਡ ਕੀਤੇ ਪਏ ਨਾ ਉਹ ਯਾਰ। ਆਹ ਕਮਲੇ ਵਾਂਗੂ ਪਾਏ ਪਿਆ ਪੋਲਿਸ਼, ਮਾਡਰਨ ਹਾਊਸ, ਫਰੂਟ ਗ੍ਰੀਨ ਹਾਊਸ, ਜਦੋਂ ਮਰਤਦੇ ਹੀ ਨਹੀਂ। ਨੋ ਲੀਜ਼ਿੰਗ ਠੀਕ ਹੈ ਚੱਲ, ਇਟਾਲੀਅਨ ਹਾਊਸ ਇਹਦਾ ਕੀ ਕੰਮ ਆ ਯਾਰ? ਆਹ ਕੌਣ ਲੈਂਦਾ? ਨਿਊ ਹੋਲੈਂਡ ਟੀ ਵਾਲੇ ਕਿਹੜੇ ਲੈਂਦਾ ਵਾ? ਕੌਣ ਲੈਂਦਾ ਹੈਪੀ 747 ਦੇ ਬੜਾ ਇੰਜਨ? ਪਤਾ ਨਹੀਂ ਬਾਈ, ਉਹਦੇ ਬਾਰੇ ਕੁਛ ਨਾ ਪੁੱਛੋ ਮੇਰੇ ਤੋਂ ਯਾਰ, ਸੀਰੀਅਸਲੀ। ਜਿਹੜੇ ਮੋਡ ਰਹਿ ਗਏ ਉਹ ਆਪਾਂ ਕਿਵੇਂ ਲੱਗਣ ਟੂ ਡੈਵਲਪ ਕਰ ਪਾ?
ਇਜ ਨਾਟ ਫਾਊਂਡ ਹੁਣੇ ਦੱਸ ਹੁਣੇ ਪਿੱਛਾ ਜਾ ਕੇ ਇੱਧਰ ਧਾਲੀਵਾਲ ਹੋਰਾਂ ਨੂੰ ਸੁਪਰ ਸੀਡਰ ਹੀ ਬਣਾਈ ਜਾਂਦੇ ਇਹਦਾ ਉਹ ਤੁਸੀਂ ਸੁਪਰ ਸੀਡਰ ਦੀ ਅੜੇ ਬੈਠੇ ਹੋ ਇੰਨੇ ਦਿਨਾਂ ਦੇ ਇੰਨੇ ਦਿਨਾਂ ਦੇ ਸੁਪਰ ਸੀਡਰ ਦੀ ਅੜੇ ਬੈਠੇ ਹੋ ਨਾ ਨਾ ਉਹ ਤਾਂ ਸਵਾਦ ਜਾ ਨਹੀਂ ਆਉਂਦਾ ਪਿਆ ਸੀ ਯਾਰ ਧੱਕੇ ਨਾਲ ਖੇਡੀ ਜਾਂਦਾ ਸੀ ਮੈਂ ਓਏ ਸਰਵਰ 'ਚ ਕੀ ਹਿਸਾਬ ਕਿਤਾਬ ਆਪਣਾ ਕੀ ਮੂਡ ਮਾੜ ਕਿੱਥੋਂ ਮਿਲਣਗੇ ਉਹਦੇ ਚੱਲੀ ਜਾਂਦਾ ਵੀਸੀ ਚਾ ਆ ਗਿਆ ਆ ਗਿਆ ਚੱਲ ਉੱਧਰ ਮੈਂ ਗੇਮਰ ਕੋਲ ਜਾ ਕੇ ਆ ਗਿਆ 10 ਮਿੰਟ ਓਕੇ ਗੇਮਰ ਉੱਧਰ ਉੱਠ ਗਿਆ ਓਏ ਹਾਂ ਗੇਮਰ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਕਦੋਂ ਆਉਣਾ ਪੈਣ ਗਈਆਂ ਭੈਣ ਚੋ ਮਟਕਾਂ ਤੋਂ ਪੋਪੀ ਫਲੋਰ ਚੱਕ ਲੈਂਦੇ ਇਹ ਸਾਊਂਡ ਆਨ ਕਰ ਗੇਮਰ ਦੀ ਕਰ ਦਿੰਦੇ ਹਾਂ ਤੁਹਾਡੀ ਆਵਾਜ਼ ਨਹੀਂ ਆਉਂਦੀ ਭਾਈ ਡਿਸਕਾਰਡ ਵਾਲਿਆਂ ਦੀ ਡ੍ਰੀਮ ਤੇ ਹੈਲੋ ਹੈਲੋ ਬੋਲਿਓ ਮਾੜਾ ਜਿਹਾ ਬਾਈ ਤੁਹਾਡੀ ਆਉਂਦੀ ਨਹੀਂ ਭਾਈ ਆਵਾਜ਼ ਇੱਕ ਮਿੰਟ ਗਾਈਸ ਤੂੰ ਰਹਿਣ ਦੇ ਤੂੰ ਨਾ ਬੋਲ ਹੈਲੋ ਹੈਲੋ ਹਾਂਜੀ ਹੁਣ ਆਉਂਦੀ ਆ ਆ ਚੱਕਣਾ ਰੂਟਾਵੀਟਰ ਮੇਰੀ ਗੱਲ ਸੁਣੋ ਕਿਵੇਂ ਹੋ ਕੁਛ ਕਰ ਲੋ ਇਹਦੇ ਚ ਘੈਂਟ ਜਾ ਕਿਚ ਕਿਚ ਕਰੀਏ ਕੀ ਕਰੀਏ ਰਾਈਟਰ ਦਾ ਹੈਡ ਬੋਲ ਚੰਗਾ ਆ ਜਾ ਬਸ ਉਹ ਇੱਕ ਸਿੱਟ ਕੇ ਦੂਜਾ ਕਾਪੀ ਉਹ ਕਰਦੀ ਤੇ ਦੋ ਡਿਲੀਟ ਕਰਦੀ ਉੱਪਰ ਕਰਦੀ ਠੀਕ ਹੈ ਉਹੀ ਕਲੀ ਦੇ ਹਿਸਾਬ ਨਾਲ ਕਰਨੀ ਤੂੰ ਜਿਹੜਾ ਮੈਂ ਦੱਸੀ ਆ ਲੈ ਜਾਓ ਪਹਿਲਾਂ ਕਦੋਂ ਦਾ ਬਾਰ ਖੜਕਾਈ ਜਾਂਦੀ ਮੁੱਕੀਆਂ ਮਾਰੀ ਜਾਂਦੀਆਂ ਤੇ ਮੇਰੇ ਕੋ ਸੁੱਚ ਸੁੱਚ ਬੰਨੀ ਨਾ ਝਾਖ ਭਾਬੀ ਜਾਣ ਜਾਣ ਕੇ ਉੱਧਰ ਨੂੰ ਜਾਂਦੀ ਆ ਇਹ ਸੁੱਚ ਬੰਨੀ ਨੂੰ ਹਾਂਜੀ ਹਾਲੇ ਤੇ ਪਚੀ ਨੀ ਹਾਂਜੀ ਯੂਟਿਊਬ ਦੇ ਚੈਨਲ ਸਟਾਰਟ ਕਰਨਾ ਟਰੈਕਟਰ ਦਾ ਮੋਡ ਬਣਾ ਕੇ ਦੇ ਸਕਦੇ ਆ ਤੁਸੀਂ ਮੈਂ ਤੁਹਾਨੂੰ ਪੇ ਕਰ ਦੂੰਗਾ ਫਿਰ ਕੇ ਮੰਗ ਲੈਣੇ ਸੀ ਚੰਗੇ ਭੈਣ ਚ ਰੈਂਗਲਰ ਦੀ ਕਿਸ਼ਤ ਨਿਕਲ ਜੇ ਮੰਗ ਕੀ ਚੰਗੀ ਲੈਣੇ ਸੀਗੇ ਮਤਲਬ ਕਿ 15 20 ਘੰਟੇ ਰਹਿਣ ਲੱਗ ਜਾਣਗੇ ਹਾਂ 1 ਘੰਟੇ ਦੀ ਮੇਰੀ ਤਨਖਾਹ ਮਿਲਦਾ $20 ਵਾਹ ਭਰਾਵਾ ਲਾਲਾ ਸਾਹਿਬ ਤੇ ਕਿ ਪ੍ਰੋਫਿਟ ਵੀ ਕੱਢਣਾ ਕੋਈ ਫਾਇਦਾ ਵੀ ਹੋਵੇ ਕੰਮ ਛੱਡੇ ਦਾ 15 ਗੁਣਾ 20 ਉਹ ਭੈਣ ਚੋ ਦਾ ਤੂੰ ਨਰੇ ਬਣਾ ਲੈਣੇ ਆ $200-250 ਹੋ ਗਿਆ ਇਹਦਾ $300 ਹੋ ਗਿਆ ਨਾ 300 ਤੇ 100 ਉੱਤੇ ਚਾਹੀਦਾ ਇਹਦਾ ਤੂੰ 35,000 ਚ ਮੂਡ ਬਣਾ ਕੇ ਦੇਣਾ ਗੇਮਰਾ ਭੈਣ ਚੋ ਆਹ ਗੱਲ ਹੋ ਗਈ ਸੁਣਾਈ ਕਰਨੇ ਆ ਤੂੰ ਮੈਨੂੰ ਕਿ ਹੈਪੀ ਤੂੰ ਮੇਰੇ ਮੋੜ ਇੰਨੇ ਇੰਨੇ ਵਾਲੇ ਚਲਾਏ ਆ ਓਏ ਉਹ ਬੰਦਾ ਛੁੱਟੀਆਂ ਤੇ ਹੋਵੇ ਉਹ ਗੱਲ ਵੱਖਰੀ ਆ ਹੁਣ ਕੰਮ ਤੇ ਉਹ ਫਿਰ ਬੰਦਾ ਦਿਹਾੜੀ ਮਾਰ ਕੇ ਇਹ ਤਾਂ ਹੈ ਇਹ ਤਾਂ ਹੈ 35,000 ਚ ਇੱਕ ਟਰੈਕਟਰ ਬਣਦਾ ਉਹ ਮੈਂ ਹੁਣੇ 50,000 ਮੰਗੀ ਜਾਂਦਾ YouTube ਤੋਂ ਇਹਨਾਂ ਤੋਂ ਚੈਟ 'ਚ ਕਹੀ ਜਾਂਦੇ ਕਿ ਉਹਦਾ ਟਰੈਕਟਰ ਲੈ ਗਿਆ ਮੈਂ ਕਿਹਾ ਕੋਈ ਵਧੀਆ ਜਾ ਜਿਹੜਾ ਤੇਰਾ ਕੰਮ ਕਰੇ ਤੇਰੇ ਦੱਸਣ ਤੇ ਬਸ ਹਾਂ ਅਰਮਾਨ ਨੂੰ ਸਿਖਾ ਲਾ ਇਹ ਵਿਹਲਾ ਹੀ ਆ ਮੇਰਾ ਸਾਲਾ ਓਏ ਅੱਗੇ ਭੈਣ ਜੋ ਪਤਾ ਨਹੀਂ ਕਿਹੜੇ ਵੇਲੇ ਮੈਂ ਆ ਗਿਆ ਇੱਥੇ ਪੈਸੇ ਵਾਲ ਦੱਸ ਤੇ ਜੇ 500 ਵੀ ਕਹਿ ਦੇਣਾ ਕਿ ਤੂੰ ਕੁਝ ਮੈਸੇਜ ਨਹੀਂ ਕਰਦਾ ਉਹ 500 ਕਹਿ ਦਿੰਦਾ ਤਾਂ ਉਹਨੇ ਜੇ ਤੂੰ 500 ਵੀ ਕਹਿ ਦਿੰਦਾ ਉਹਨੇ ਮੁੜ ਕੇ ਤਾਂ ਵੀ ਤੈਨੂੰ ਮੈਸੇਜ ਕਰਨਾ ਸੀ ਬਾਈ ਫਿਰ ਮੈਲ ਮੁੜ ਕੇ ਜਾਏਗਾ ਨਾ ਅੱਗੇ ਤਾਂ ਭੈਣ ਚ ਕਦੇ ਨਹੀਂ ਮਿਲਿਆ ਹਾਂ ਚੁੱਪਾ ਚਾੜ ਲਾਂਗੇ ਮਿੱਠੀ ਦੇ
ਸੈਟਅਪ ਬਣਾ ਲਿਆ ਆਪਾਂ ਨਵਾਂ ਗੇਮਰਾ ਵੇਖਿਆ ਮੈਂ ਅੱਜ ਵਾਲੀ ਵੀਡੀਓ ਵੇਖੀ ਸੀ ਉਹ ਕੀ ਕੁਛ ਪਾਇਆ ਵਿੱਚ ਇਹ 7 ਰਾਈਜ਼ਨ 5 7600 3060 16 GB RAM ਤੇ B650 ਮਦਰਬੋਰਡ ਸਿਰਾ ਯਾਰ ਭਾਈ ਨਜ਼ਾਰਾ ਹੀ ਆ ਸਭ ਕੁਛ ਅਲਟਰਾ ਕੈਮਰਾ ਕੂਮਰਾ ਦੇਖ ਸਟ੍ਰੀਮ ਤੇ ਕਿੰਨੀ ਕੁਆਲਿਟੀ ਚੱਲਦਾ ਮੈਂ ਕਹਿੰਦਾ ਨਜ਼ਾਰਾ ਹੀ ਦੇਖ ਕੇ ਰਿਹਾ ਮੈਂ ਕੱਲ ਥੋੜੀ ਜਿਹੀ ਦੇਖੀ ਮੈਂ ਤਾਂ ਪੂਰੀ ਦਿਖਾਈ ਸੀ ਬਾਈ ਮੈਂ ਥੋੜੀ ਜਿਹੀ ਦੇਖੀ ਪਹਿਲਾਂ ਕੱਲ ਦੱਸ ਕਾਲੀ ਸੀ ਕਦੇ ਰੋਟੀ ਖਾਣ ਨੂੰ ਜੀ ਨਹੀਂ ਕੀਤਾ ਮੁੜ ਕੇ ਰੈਡੀ ਵੀ ਸੀ ਐਡਾ ਕੀ ਕੁੱਲੜ ਵੀ ਜਾ ਦੇਖ ਲਿਆ ਗੇਮਰਾ GTA 6 ਹੀ ਮਗਾ ਮਗੂ ਲੈ ਕਿਦੋਂ ਕਹਿ ਯਾਰ ਉਹਨਾਂ ਨੂੰ ਭੈਣ ਚੋ ਰੇਡ ਰੂਡ ਮਾਰ ਕੇ ਪੈਨ ਡਰਾਈਵ ਚ ਭਰ ਲਿਆ ਡਾਟਾ ਕਾਪੀ ਕਰ ਲਿਆ ਉਹਨਾਂ ਦਾ ਭੈਣ ਚੋ ਬੁਕੂਗਾ ਅੱਗੇ ਵੀ ਉਹਦੇ ਨਾਲ ਹੀ ਗੱਲਬਾਤ ਬਣੀ ਸੀਗੀ ਫੇਰ ਚੜਾਈ ਹੋਈ ਸੀ ਆਪਣੀ ਉਦੋਂ ਪਹਿਲਾਂ ਤਾਂ ਬਸ ਠੀਕ ਆ ਜੀ ਸੀਗਾ ਜੋ ਕਿਉਂਕਿ ਬਾਕੀ ਤਾਂ ਆਪਾਂ ਚੱਕ ਕੇ ਹੀ ਬਣਾਏ ਸੀ FS ਚੋਂ ਇੱਥੇ ਗੇਮਰ ਦੀ ਨਿਕਲੀ ਸੀ ਡਾਟ ਜਦੋਂ 4 ਸਿਲੰਡਰ ਇੰਜਣ ਪਤਾ ਨਹੀਂ ਕਿੱਥੋਂ ਭਾਲ ਕੇ ਲੈ ਕੇ ਆਇਆ ਸੀ ਆਹ ਦੇਖ ਹਜੇ ਵੀ ਲਿਖਿਆ ਦੇ ਗੇਮਰ X18 ਕਿਉਂ ਇਹਨੂੰ ਹੀ ਪਤਾ ਹੋਊਗਾ ਅੱਜ ਇੱਥੇ ਬੈਠਾ ਅੱਜ ਫੜੋ ਇਹਨੂੰ ਪੁੱਛੋ ਇਹਨੂੰ ਸਾਲੇ ਨੂੰ ਪਤਾ ਨਹੀਂ ਹੈਗਾ ਕਿਸੇ ਦਾ ਹੈਗਾ ਇਹੋ ਜਿਹੇ ਟ੍ਰਿਕ ਮੈਨੂੰ ਚੇਤੇ ਨਹੀਂ ਹੁਣ ਮੈਂ ਤਾਂ ਬਹੁਤ ਮੈਨੂੰ ਆਏ ਹੁੰਦਾ ਸੀ ਕਿ ਯਾਰ ਜਿਆਦਾ ਸਵਰਾਜ ਲੱਗਦਾ ਸੀ ਫੋਰਡ ਫਾੜ ਫਿਰ ਵੀ ਲੱਗਦਾ ਹੁੰਦਾ ਸੀ ਹਾਲੈਂਡ ਫੋਰਡ ਲੱਗਦਾ ਹੁੰਦਾ ਸੀ ਕਿ ਹਾਂ ਇਹ ਟ੍ਰੈਕਟਰ ਹੈਗਾ ਵਾ ਕੁਛ ਪਰ ਉਹ ਨਹੀਂ ਕਦੇ ਵੀ ਲੱਗਿਆ ਆਪਾਂ ਤਾਂ ਕਹੀ ਜਾਂਦੇ ਹਾਂ ਬੰਦ ਕਰਤੇ ਇੰਸਟਾ ਯਾਰ ਕੀ ਕੀਤਾ ਜਾਵੇ ਗੇਮ ਦੇ ਵਿੱਚ ਯਾਰ ਕੁਛ ਸਮਝ ਹੀ ਨਹੀਂ ਆ ਰਹੀ ਤੂੰ ਆ ਬਟ ਲਾ ਕੋਈ ਸਟੋਰੀ ਮੋਡ ਚਲਾ ਵੀਰੇ ਇਦਾਂ ਨਹੀਂ ਤੇਰਾ ਲੋਟ ਆਉਣਾ ਅੱਕ ਜਾ ਕਰ ਯਾਰ ਵਧੀਆ ਯਾਰ ਜਿਆਦਾ ਜੇ ਸਰਵਰ ਚ ਨਾ ਅਰਮਾਨ ਤੇ ਸੈਣੀ ਨੂੰ ਬੈਨ ਕਰ ਦੇ ਤੂੰ ਵਧੀਆ ਚੱਲੇ ਜੀਸੀਬੀ ਨਾਲ ਟੋਆ ਬਟ ਲਾ ਐ ਓਏ ਹੈ ਜੀਸੀਬੀ ਨਾਲ ਟੋਆ ਬਟ ਲਾ ਸਾਰੇ ਵਿਖੀ ਜਾਣਗੇ ਜੀਸੀਬੀ ਕੀ ਖੁਦਾਈ ਓਏ ਮੈਨੂੰ ਬੈਨ ਕਰਤਾ ਤੇ ਮੈਂ ਇੱਥੇ ਆਉਣਾ ਨਹੀਂ ਤੇ ਇਹਨੇ ਵੇਖਣਾ ਹੀ ਹੁਣ ਕੰਮ ਕੀ ਕਰਾਂ ਤੇ ਇੱਕ ਹੋਰ ਵੀ ਹੈ ਉਹਦਾ ਨਾਮ ਵੀ ਮੈਚਾ ਰਿਹਾ ਜੇ ਕਿਵੇਂ ਉਹਦਾ ਨਾਮ ਲੈਣ ਤੋਂ ਡਰਦਾ ਹੈ ਉਹਦਾ ਨਾਮ ਲੈਣ ਤੋਂ ਡਰਦਾ ਸੰਨੀ ਡਰਦਾ ਕੌਣ ਹੈ ਉਹ ਤਾਂ ਭੈਣ ਚੋ ਮੈਂ ਤੁਹਾਡੀ ਭੈਣ ਦੀ ਬੰਦਾ ਤਾਂ ਮੇਰੇ ਤੋਂ ਊਣੀ ਮਰਦਾ ਕਿਤੇ ਹੈ ਕਿੱਥੋਂ ਲਾਲੇ ਕੁਛ ਨੀ ਲਾਇਆ ਸੋਹਣ ਲੱਗੇ ਮੇਰਾ ਨਾ ਵਾਲ ਪੇਪਰ ਇੰਜਣ ਚੱਲਦਾ ਪਿਆ ਸੀ ਬੈਕਗ੍ਰਾਉਂਡ ਚ ਮੇ ਬੀ ਉਹਦੇ ਨਾਲ ਹੋਇਆ ਉਹ ਖੱਟੀਆਂ ਡੰਡੀਆਂ ਹੀ ਕਹਿੰਦਾ ਹਜੇ ਆਈਆਂ ਹੀ ਨਹੀਂ ਸੀ ਪਹਿਲਾਂ ਹੀ ਹੋ ਗਿਆ ਕੰਮ ਸਾਰੇ ਟ੍ਰੈਕਟਰ ਨਾਲ ਸਟਾਰਟ ਕਰੋ 4 ਕਵੇ ਨੂੰ ਕੰਮ ਹੋ ਗਿਆ ਓਏ ਅਲਗਾਟੋ ਕਿੰਨੇ ਦਾ ਹੁੰਦਾ ਅਲਗਾਟੋ 10,000 ਦਾ ਪਬਜੀ ਮੋਬਾਈਲ ਸਟ੍ਰੀਮ ਕਰਨ ਨੂੰ ਫਿਰਦਾ ਨਹੀਂ ਜਿਹੜਾ ਨਵਾਂ ਇਹਨਾਂ ਦਾ ਆਇਆ ਸੀਗਾ ਉਹ ਆਪਣਾ ਨਵਾਂ ਆਇਆ ਜਿਹੜਾ ਉਹ 60 FPS ਵਾਲਾ ਉਹ ਉਹ 15-20,000 ਦਾ ਲਿਆ ਕੇ ਦੇਣਾ ਮੈਨੂੰ ਬਾਹਰੋਂ ਗੇਮਰ ਇੱਕ ਚੀਜ਼ ਲਿਆ ਦੇ ਓਏ
PS5 ਦੀ ਸਟ੍ਰੀਮ ਉਹਦੇ ਨਾਲ ਹੁੰਦੀ ਆ ਨਾ ਆਹੋ ਉਹ ਤਾਂ ਮੈਂ ਸਮਝ ਗਿਆ ਗੇਮਰਾ ਇੱਕ ਚੀਜ਼ ਲਿਆ ਦੇ ਯਾਰ PS5 ਦੀ ਗੋਲੀ ਮਾਰੇ ਇੰਨਾ ਪੈਸਾ ਤੇਰਾ ਕਾਹ ਤੋਂ ਲਵਾਉਣਾ ਚੱਲ ਪਹਿਲਾਂ ਵੀ ਤੇਰੇ ਮੋੜ ਵਾਲੇ 300 ਰੁਪਇਆ ਦੇਣ ਵਾਲਾ ਪਿਆ ਮੇਰੀ ਗੱਲ ਸੁਣ ਪੱਕੀ ਗੱਲ ਮੈਂ ਕਿਥੇ ਤੋਂ ਮੰਗਾਇਆ ਸੀ ਯਾਰ ਸਾਡੇ ਸੀਗਾ ਕੋਈ ਬੰਦਾ ਮੰਗਾਇਆ ਸੀ ਕਹਿੰਦਾ ਭੇਜ ਦੂੰਗਾ ਤੇ ਭੈਣ ਚੋ ਕੱਲ ਆਏ ਕੱਲੀਆਂ ਟੋਫੀਆਂ ਫੜਾ ਕੇ ਤੁਰ ਗਏ ਮੈਂ ਕਿਹਾ ਪੈਸੇ ਲੈ ਲਿਓ ਮੇਰੇ ਤੋਂ ਮੈਂ ਕਿਹਾ ਪੈਸੇ ਲੈ ਲਿਓ ਯਾਰ ਗੱਲ ਆ ਕੋਈ ਯਾਰ ਹੈ ਨਾ ਪਰ ਮੱਲੀ ਨੂੰ ਫੋਨ ਲਾ ਮੱਲੀ ਦਾ ਆਪ ਗੂਵੀ ਦੀ ਲਾਈਟ ਲਾ ਕੇ ਬੈਠਾ ਓਏ ਮੱਲੀ ਨੂੰ ਨਹੀਂ ਮਿਲਿਆ ਕਦੇ ਓਏ ਗੇਮਰਾ ਹੈ ਮੱਲੀ ਨੂੰ ਨਹੀਂ ਮਿਲਿਆ ਮੱਲੀ ਭਰਾਵਾ ਮੇਰੇ ਤੋਂ 2500 ਕਿਲੋਮੀਟਰ ਦੂਰ ਜਾਊਂਗਾ ਤਾਂ ਮਿਲੂਗਾ ਭੈਣ ਚੋ ਮੱਲੀ ਦਾ ਮਿਲ ਗਿਆ ਵੈਸੇ ਸਾਨੂੰ ਦਾ ਬਹੁਤ ਕੁੱਤੀਆਂ ਲਈਆਂ ਸੀ ਉਹਦੀਆਂ ਮੱਲੀ ਟੋਰਾਂਟੋ ਆ ਬ੍ਰੈਂਪਟਨ ਟੋਰਾਂਟੋ ਟੋਰਾਂਟੋ ਕਰਦੇ ਰਹਿੰਦਾ ਉੱਥੇ ਵੀ ਟੱਕਰਾਂਗੇ ਕਿ ਹੋਰ ਮੈਂ ਇੱਥੇ ਬਚਾ ਲਈ ਆ ਜਿਵੇਂ ਕੈਨੇਡਾ ਦੇ ਅੱਛਾ ਠੀਕ ਹੈ ਚਲੋ ਬਾਈ ਉਸ ਸਪੈਲਿੰਗ ਬੋਲੀ ਉਹਦੇ ਕੀ ਹੈ NENO ਨੈਨੋ ਮੈਂ ਤੈਨੂੰ ਕੈਨੇਡਾ ਵਾਲੀ ਲਿੰਕ ਭੇਜ ਦਿੰਦਾ ਯਾਰ ਗੱਲ ਆ ਕੋਈ ਯਾਰ ਨਾਲੇ ਗਾਈਸ ਨੂੰ ਦਿਖਾ ਰਹੀ ਹੈ ਗਾਈਸ ਨੂੰ ਇਹ ਚੀਜ਼ ਕੀ ਹੈ ਵਧੀਆ ਲੱਗੇਗਾ ਮੈਂ ਵੀ ਆਪਦੇ ਵਾਸਤੇ ਵੀ ਲੈ ਜਾਊਂਗਾ ਭੈਣ ਚੋ ਪੱਕਾ ਹੀ ਆ ਜਾ ਯਾਰ ਇੱਧਰ ਪੈ ਗੋਲੀ ਮਾਰਿਆ ਮੈਂ ਉੱਥੇ ਧੱਕੇ ਖਾਂਦਾ ਫਿਰਦਾ ਮੋੜ ਬਣਾ ਪੈਸੇ ਕਮਾ 200 ਰੁਪਇਆ ਪਿੱਛੇ ਜਵਾਕਾਂ ਨਾਲ ਲਾ ਥੋੜਾ ਟਾਈਮ ਹੀ ਆ ਥੋੜਾ ਟਾਈਮ ਹੀ ਆ ਉਹ 2-3 ਸਾਲ ਹੀ ਆ ਬਸ ਆਪਾਂ ਪੱਕੀ ਆ ਜਵਾਕਾਂ ਦਾ 2-2 ਰੁਪਏ ਪਿੱਛੇ ਲਾ ਐਵੇਂ ਕਿਸੇ ਯੂਟਿਊਬਰ ਨੂੰ ਕਹਿੰਦਾ ਮੇਰਾ ਮੋੜ ਕਿਵੇਂ ਯੂਜ਼ ਕੀਤਾ ਮੇਰੀ ਪਰਮਿਸ਼ਨ ਬਣਾ ਕਾਪੀਰਾਈਟ ਮਾਰੂ ਭੈਣ ਚ ਕਾਪੀਰਾਈਟ ਮਾਰ ਨੈਨੋ ਲੀਫ ਲਾਈਟ ਪੈਨਲ ਨਹੀਂ ਮੈਂ ਮਾਰਨਾ ਦੋ ਕੇ ਬੰਦਿਆਂ ਤੇ ਭਾਈ ਇੱਧਰ 20,000 ਦੇ ਆ ਪੈਨਲ ਤਾਂ ਟੋਫੀਆਂ ਖਾ ਲਾ ਹੁਣ ਟੋਫੀਆਂ ਤਾਂ ਖਾ ਹੀ ਲਈਆਂ ਆ ਦੇਖ ਕਾਤੇ ਭੇਜੀ ਆ ਲਿੰਕ ਉਹ ਲਿੰਕ ਭੇਜਣੀ ਆ ਹਜੇ ਤੈਨੂੰ ਲੈ ਲਿੰਕ ਭੇਜ ਫੇਰ ਕਿਹੜਾ ਤੀਰ ਮਾਰ ਲਿਆ ਤੂੰ ਹੁਣ ਓਹੀ ਤਾਂ ਕਹਿਣ ਤਾਂ ਘੱਟ ਰਹਿ ਗਏ ਜਿਹਦੇ ਵੱਧ ਡੁੱਬਰ ਆਏ ਉਹਨੇ ਕਿਹੜਾ ਤੀਰ ਮਾਰ ਲਿਆ ਆ ਮੈਂ ਵੀ ਤਾਂ ਬੈਠਾ ਹੀ ਆ ਨੰਬਰ ਲੈ ਕੇ ਵਿਹਲਾ ਤੂੰ ਤਾਂ ਵੈਸੇ ਵੀ ਕੁਝ ਕਰਨਾ ਨਹੀਂ ਸੀਗਾ ਗੇਮਰਾ ਕਿਵੇਂ ਲੱਗਿਆ ਭੇਜਤਾ ਸਹੀ ਭੇਜਤਾ ਦਿੱਤਾ ਹੁਣ ਡਿਸਕਾਊਂਟ ਚ ਮੈਸੇਜ ਚ ਉਦੋਂ ਇੰਨੇ ਤੜਕੇ ਬਹਿ ਜਾਣਾ ਤਾਂ ਮੈਂ ਵੀ ਆ ਜਾਣਾ ਨਾਲ ਚੱਲ ਘਰਦਿਆਂ ਨੇ ਕਹਿਣਾ ਮੁੰਡਾ ਫੋਨ ਤੋਂ ਪੜੀ ਜਾਂਦਾ ਇੰਡੀਆ ਮਿਲਦੀਆਂ ਨੀ ਪੈਨਲ ਤਾਂ 20,000 ਦੇ ਆ ਨੀ ਕੱਲ ਨੂੰ ਲਿਆ ਕਹਿੰਦਾ ਵਾਹ ਇਹਨੂੰ ਮਿੱਟੀ ਜੀ ਲੱਗੀ ਕਿਉਂ ਲੱਗਦੀ ਹੈ ਨੈਨੋ ਲੀਫ ਐਸੈਂਸ਼ੀਅਲਸ ਦੇਖ ਨਹੀਂ ਰਿਹਾ ਮੈਂ ਤਾਂ ਹੁਣ ਜਾ ਰਿਹਾ ਡਿਲੀਵਰੀ ਇੱਧਰ ਨੈਨੋ ਲੀਫ ਦੇ ਪੈਨਲ ਤਾਂ ਬਹੁਤ ਤਰ੍ਹਾਂ ਦੇ ਆ $200 $99 ਠੀਕ ਹੈ ਨਾ ਲਾਈਨ ਬਈ $250 ਰਹਿਣ ਦੇ ਕਿਮਰਾ ਬਣ ਕੇ ਮਹਿੰਗੀਆਂ 200 ਆ ਤੇ ਇੱਧਰ 15 ਲੈਣਾ ਹੁੰਦੀਆਂ ਪੰਜਾਂ ਵਾ $250 ਮਾਮਾ ਇੰਨੇ ਦਾ ਲਗਾਟੋ ਮਿਲਦਾ ਉਧਰ ਇੰਨੇ ਦਾ ਤੂੰ ਰਹਿਣ ਦੇ ਓਏ
ਕੁਛ ਹੋਰ ਕੋਈ ਚੀਜ਼ ਜਿਹੜੀ ਇੱਧਰ ਮਹਿੰਗੀ ਹੋਵੇ ਯਾਰ, ਕੰਮ ਆਵੇ ਕਿ ਫਿਰ ਫਾਇਦਾ ਵੀ ਹੋਵੇ ਕਿ ਬਈ ਸਾਡਾ ਯਾਰ ਗਿਆ ਬਾਹਰ। ਡਿਲਡੋ ਓਏ ਉਹ ਤਾਂ ਇਧਰੋਂ ਮਿਲ ਜਾਂਦਾ, ਸਸਤਾ ਮਿਲਦਾ ਸਾਲੇ, ਜਦੋਂ ਖੀਰੇ ਗਾਜਰ ਨਾ ਸਰਦਾ ਉਹ ਤਾਂ ਆਪਾਂ ਮੋਟਰ ਹੀ ਲਾਉਣੀ ਵਾਈਬ੍ਰੇਸ਼ਨ ਵਾਲੀ, ਉਹ ਤੇ ਲਾ ਲਈ ਦੀ ਆ ਪਤਾ ਸਾਰਿਆਂ ਨੂੰ। ਬਈ ਮੈਂ ਨਾ ਅਰਮਾਨ ਦੱਸੀ ਮਾੜਾ ਜਿਹਾ ਇਹਨੂੰ ਕਿਹੜੀ ਮਸ਼ੀਨ ਬਣਾਈ ਸੀ। ਐ ਓਏ ਇਹ ਮਾਡਲ ਬਣਾਉਂਦਾ ਰਿਹਾ ਪਹਿਲਾਂ, ਸਾਰਿਆ ਫਾਇਦਾ ਹੀ ਆ ਤੈਨੂੰ ਵੀ ਭੈਣ ਜਦੋਂ ਕਿੱਥੇ ਹੁਣ ਪ੍ਰੋਸੈਸਰ ਦੀ ਉਹ ਦੂਜਾ ਸੀ ਪੀ ਉਹ ਦੂਜਾ ਕੀ ਨਾਲ ਦੇ ਗ੍ਰਾਫਿਕ ਕਾਰਡ ਦੀ ਆ ਮਾਰੇ ਨਾਲ ਦੇਈ ਆ ਤੇਰੇ ਨਾਲ ਸਟ੍ਰੀਮ ਕਰਕੇ ਕਿੱਥੇ ਲਾ ਲਏਗਾ ਉਹ ਗ੍ਰਾਫਿਕ ਕਾਰਡ ਤੇ ਲੋੜ ਹੀ ਨਹੀਂ ਜਾਣਾ ਜਿਵੇਂ ਵੀ। ਇੱਕ ਸਿੰਗਲ ਪੀਸੀ ਚ ਵੀ? ਹਾਂ ਸਿੰਗਲ ਪੀਸੀ ਚ ਵੀ। ਕੈਮਰਾ ਮੇਰੇ ਕੋਲੇ ਆ ਲਗਾਟੋ ਦਾ 1080p 60 ਦਾ ਵੇਚ ਦੇ ਓਏ, ਜਾਂ ਗ੍ਰਾਫਿਕ ਕਾਰਡ ਵੇਚ ਦੇ ਕਿਸੇ ਨੂੰ, ਲਗਾਟੋ ਲਿਆ ਤੇ ਗੇਮ ਕਾਸ ਤੇ ਖੇਡੂ, ਬੋਰ ਕਰਨੀ ਜਾਂਦਾ ਹੁਣ ਤੂੰ ਖੜ ਜਾ ਬੜੀ ਗੱਲਬਾਤ ਕਰ ਲਈਏ। ਐ ਓਏ ਅਜੇ ਕੱਲ ਤੇ ਬਣਾਇਆ ਇਹ ਕੀ ਆ ਇਹ ਭੈਣ ਚੋ, ਫਾਸਟ ਪ੍ਰੋਸੈਸ ਕਰ ਜਲਦੀ ਜਲਦੀ। ਨਹੀਂ ਯਾਰ ਇੱਕ ਚੀਜ਼ ਤਾਂ ਇਤੋਂ ਮੰਗਾਉਣੀ ਬੰਦ ਆ, ਕੋਈ ਮੰਗਾਈਏ ਯਾਰ ਜਿਹੜੀ ਸਟ੍ਰੀਮਿੰਗ ਚ ਹੈਲਪ ਕਰੇ। ਕੀ ਲਿਆ ਜਾਵੇ ਇਤੋਂ, ਮਾਈਕ ਹੈਗਾ ਆਪਣੇ ਕੋਲੇ, ਕੈਮਰਾ ਹੈਗਾ ਆਪਣੇ ਕੋਲੇ, ਸਭ ਕੁਝ ਤਾਂ ਹੈਗਾ। ਬੰਦੇ ਮੰਗਾਇਆ ਤੋਂ ਕਾਲੇ ਮਾਊਸ ਵੀ ਨਾ ਰੋਣਾ ਹੋਣਾ ਉਹ ਲੈ ਲਾ, ਮਾਊਸ ਤਾਂ ਹੈਗਾ ਮੇਰੇ ਕੋਲੇ ਬਾਈ, ਨਵਾਂ ਮੰਗਾ ਲੈ, ਕਾਲੇ ਮੰਗਾ ਲੈ ਨਾਲ ਬਹਿ ਕੇ ਸਟ੍ਰੀਮ ਕਰ ਲਿਆ ਕਰਨਗੇ। ਨਾਣਾ ਇਹਨੂੰ ਕਹੇ ਜਨਤਾ ਹੀ ਬਸ ਰੇਡ ਮਰਵਾ ਲਿਆ ਕਰ, ਵਿਊਅਰ ਮੋੜ ਹੀ ਬਣਾ ਦੇ ਯਾਰ, ਤੂੰ ਮੋੜ ਹੀ ਬਣਾਈ ਚੱਲੀ ਆ ਕੇ ਬਸ ਨਹੀਂ ਯਾਰ ਉਹ ਜਿਹੜੀ ਉਹ ਪਹਿਲਾਂ ਆ ਉਹ ਕੈਪਚਰ ਕਾਰਡ ਜਿਹੜਾ ਸੀਗਾ ਤੂੰ ਕਹਿ ਗਿਆ, ਉਹ ਕੈਪਚਰ ਕਾਰਡ ਮੈਂ ਦੇਖ ਲੈਣਾ 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 ਇਹਦਾ ਕਿ ਇੱਥੇ ਸੇਲ ਤੇ ਲੱਗਿਆ ਮੈਨੂੰ 250 ਦਾ ਮਿਲ ਜਾਣਾ, 250 ਦਾ ਆਪਣੇ ਇੱਥੇ ਹੈਗਾ 15 14600 ਦਾ ਸੇਲ ਤੇ ਹੀ ਆਪਣੇ ਆ, ਸੇਮ ਪ੍ਰਾਈਸ ਆ ਫਿਰ ਤਾਂ ਸੇਮ ਹੀ ਆ ਪ੍ਰਾਈਸ। ਹਾਂ ਇਹ ਤਾਂ ਘੈਂਟਾ ਯਾਰ ਨਾ, ਉਹਦੀਆਂ ਰੋਟੇਸ਼ਨਾਂ ਜਾਂ ਕਿੱਧਰ ਨੂੰ ਕਰਨੀਆਂ ਆ ਉਹ ਤੂੰ ਐ ਕਰ, ਗੇਮਰਾ ਕੁਛ ਲਿਆ ਦੀ ਕੰਮ ਆਵੇ ਜਿਹੜਾ ਯਾਰ, ਬਸ ਸੱਜੇ ਪਾਸੇ ਭਾਵੇਂ ਦਸਾਂ ਵਾਲੀ ਚੀਜ਼ ਹੋਵੇ, ਟੌਫੀਆਂ ਨਹੀਂ ਖਾਣੀਆਂ ਚਾਹੁੰਦਾ ਮੈਂ ਤੇਰੇ ਵੱਲੋਂ, ਤੂੰ ਚਾਕਲੇਟ ਵਾਲੀਆਂ 2-2 ਰੁਪਏ ਵਾਲੀਆਂ ਚਾਕਲੇਟਾਂ ਬਣਾ ਦੇ ਮੈਨੂੰ, ਮੈਨੂੰ ਇੱਥੇ ਕਿਸੇ ਗੋਰੇ ਦਾ ਕੰਪਿਊਟਰ ਕੰਪਿਊਟਰ ਦੇਖ ਕੇ ਆਉਣਾ ਪੈਣਾ, ਸਟ੍ਰੀਮਰ ਦਾ ਕਿਸੇ ਦਾ ਅਸੀਂ ਕਹਿਣ ਜੋਗੇ ਹੋਈਏ ਕਿ ਬਾਈ ਗੇਮਰ ਦੇ ਮਾਈਕ ਤਾਂ ਮੇਰੇ ਕੋਲ ਹੈਗਾ ਵਾ, ਜੇ ਵੇਖ ਲਾ ਜੇ ਤੂੰ ਸ਼ੋਰ SM7B ਲੈ ਕੇ, ਔਰ ਰਿੰਗ ਲਾਈਟ ਹੈਗੀ ਆ, ਰਿੰਗ ਲਾਈਟ ਹੈਗੀ ਆ 1200 ਦੀ। ਹੈਪੀ ਹੋਏ ਦੂਜੀ ਰੂਬੀਕੋਨ ਗਿਫਟ ਕਰਦੇ ਕੋਈ ਚੱਕਰ ਨਹੀਂ, ਉਹ ਰੂਬੀਕੋਨ ਦਾ ਇੰਜਨ ਹੀ ਬਹੁਤ ਆ ਕੱਲਾ ਭੈਣ ਜੋ, ਆਪੇ ਅਸੀਂ ਭਾਵੇਂ ਉਹਦੇ ਨਾਲ ਜਨਰੇਟਰ ਹੀ ਲਾ ਲਗੇ, ਹੈੱਡਫੋਨ ਜਾਂ ਤਾਂ ਹੈੱਡਫੋਨ ਕਹਿ ਰਹੀ ਆ ਹੈੱਡਫੋਨ ਮੰਗਵਾ ਲਾ, ਹੈੱਡਫੋਨ ਤੇਰੇ ਹਿਲਦੇ ਰਹਿੰਦੇ, ਉਹ ਆ ਤਾਂ ਬਹੁਤ ਪੁਰਾਣੇ ਗੇਮਰਾ, ਤੂੰ ਮੈਨੂੰ ਜਾਣਦਾ ਵੀ ਨਹੀਂ ਹੋਏਗਾ ਉਦੋਂ ਦੇ ਹੈੱਡਫੋਨ ਆ ਮੇਰੇ ਕੋਲ ਤੈਨੂੰ ਪਤਾ ਹੈ ਰਮਨ ਵਾਲੇ। ਹਾਂ ਉਹੀ ਆ ਹੈੱਡਫੋਨ ਮੰਗਵਾ ਲੈ, ਅੱਛਾ ਰੀਜਨਲ ਇੱਥੇ ਰੀਜਨਲ, ਹਾਂ ਮੈਂ ਜੋ ਚਲਾਇਆ ਹੀ ਨਹੀਂ ਜਿਵੇਂ ਵੀ ਇੱਕ ਦੋ ਵਾਰੀ ਤੂੰ ਕਰਦਾ ਕੀ ਆ ਹੈੱਡਫੋਨ ਦੇਖ ਯਾਰ, ਜੇ ਹੈੱਡਫੋਨ ਤੂੰ ਮੈਨੂੰ ਹੈੱਡਫੋਨ ਕੈਮਰਾ ਲਿਆ ਕੇ ਦੇਣਾ ਚਾਹੁੰਦਾ ਵਾਂ ਤੇ ਉਹ ਇੱਕ ਨਾ ਪਤਾ ਨਹੀਂ ਹੈ ਖਾਦੇ ਜੇ ਸੇਬ ਜੇ ਵਾਲੇ ਆਉਂਦੇ ਆ ਵੱਡੇ ਵੱਡੇ ਜੇ, ਖਾਦੇ ਜੇ ਸੇਬ ਵਾਲੇ ਵੱਡੇ ਵੱਡੇ ਜੇ, ਹਾਂ ਇਹ ਏਅਰਪੋਰਟ ਬਾਈਕਸ ਆਓ, ਨਹੀਂ ਨਹੀਂ ਉਹ ਕੀ ਕਰਨੇ ਭੈਣ,
ਹਟ ਜਾ ਗੇਮ ਓ ਯਾਰ ਇੱਥੇ ਤਾਂ ਸੜੇ ਸੜੇ ਓਏ ਹਾਈਪਰ ਐਕਸ ਦੇ ਵਾਇਰਲੈਸ ਵੀ ਆ ਗਏ ਕੈਨੇਡਾ ਇਹ ਤਾਂ ਹਾਈਪਰ ਐਕਸ ਹੋਣੀ ਇੰਨਾ ਵਧੀਆ ਮਨ ਦੇ ਯਾਰ ਇੱਥੇ ਉਹ ਦੂਜਾ ਆਪਣਾ ਲੌਜੀਟੈਕ ਲੌਜੀਟੈਕ ਹੋ ਗਿਆ ਇੱਕੋ ਹਰੇ ਹਰੇ ਕਾਲੇ ਜੀ ਰੇਜ਼ਰ 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 ਮੇਰੇ ਕੋਲ ਮਾਊਸ ਰੇਜ਼ਰ ਦਾ ਬਹੁਤ ਘੈਂਟ ਆ ਆਹੀ ਮਾਊਸ ਵਰਤਦਾ ਆ ਰਿਹਾ ਜਦੋਂ ਦਾ ਗੇਮਿੰਗ ਕਰਦਾ ਵਾਂ ਇੱਕੋ ਹੀ ਦੂਜੀ ਵਾਰੀ ਲੈ ਹਟਿਆ ਮਾਊਸ ਹੈਪੀ ਮੈਂ ਤੁਹਾਨੂੰ ਸਲਾਹ ਦੇਵਾਂ ਸਾਰਾ ਕੁਝ ਸਾਡੇ ਨੂੰ ਕਹੇ ਇਨਵੀਟੇਸ਼ਨ ਭੇਜ ਮੈਨੂੰ ਪੂਰੇ ਓਏ ਹਾਂ ਓਏ ਆ ਲਿਆ ਚਿੱਟੇ ਹੈੱਡਫੋਨ ਭੈਣ ਦੀ ਛਿੱਕੀ ਚਿੱਟੇ ਰੰਗ ਦੇ ਓਏ ਕਿੰਨੇ ਸੋਹਣੇ ਆ ਓਏ ਉਹ ਕੁੜੀ ਜਾ ਉਹਦੇ ਹਾਊਸ ਜੀ ਮੈਲੇ ਕਰ ਦੇਗਾ ਕੰਨਾਂ ਦੀ ਮੈਲ ਲੱਗ ਜਾਣੀ ਆ ਹਫ਼ਤੇ ਜੇ ਮੈਲੇ ਜਿੱਦਾਂ ਅੱਜ ਨਹਾਤਾ ਨਹੀਂ ਨਾ ਸਵੇਰ ਦਾ ਦੋਵਾਂ ਦਿਨਾਂ 'ਚ ਹੋ ਜਾਣੇ ਯਾਰ ਪਾਸਪੋਰਟ ਤਾਂ ਹੈਗਾ ਬਾਅਦ ਚੋਂ ਟਿਕਟ ਲੈਣ ਨੂੰ ਪੈਸੇ ਵੀ ਮੰਗਣੇ ਪੈਣੇ ਕਿਸੇ ਤੋਂ ਗੇਮਰਾ ਕੁਛ ਹੈ ਹੀ ਨੀ ਭੈਣ ਚੋ ਇੱਥੇ ਤਾਂ ਐ ਕਰ ਯਾਰ ਚੁੱਪ ਕਰਕੇ ਰਾਈਜ਼ਨ 9 ਲੈ ਆਈ ਯਾਰ ਮੈਂ ਆਪੇ ਲਾ ਲੂੰਗਾ ਯਾਰ ਗੇਮਰ ਵੀ ਉਦੋਂ ਆ ਜਦੋਂ ਤੇਰਾ ਸਿਸਟਮ ਬਣ ਗਿਆ ਇੱਕ ਦਿਨ ਪਹਿਲਾਂ ਗੱਲ ਆ ਯਾਰ ਨਹੀਂ ਨਹੀਂ ਚੀਜ਼ਾਂ ਦਾ ਹਜੇ ਵੀ ਗੇਮਿੰਗ ਚੇਅਰ ਤਾਂ ਜਹਾਜ਼ 'ਚ ਨਹੀਂ ਆਉਣੀ ਗੀ ਹਟ ਜਾ ਇਹਨੂੰ ਵਕਤ ਜਿਹਾ ਪਾਈਏ ਨਹੀਂ ਨਹੀਂ ਰਹਿਣ ਦੇ ਬਾਈ ਸਾਡੇ ਬਹੁਤ ਸਸਤੀਆਂ ਚੀਜ਼ਾਂ ਬਹੁਤ ਬਹੁਤ ਜ਼ਿਆਦਾ ਸਸਤੀਆਂ ਵਾ ਯਾਰ 4090 ਦਾ ਨਾਂ ਲਈ 4090 ਦਾ ਨਾਂ ਗੇਮਰਾ ਨਾ ਕਹੀਂ ਨਾ ਕਹੀਂ ਕਿ ਤੇਰੇ ਐਸੇ ਮੋਨੀਟਰ ਨੀਵਾਂ ਕਰ ਲਿਆ ਹਾਂ ਨੀਵੇਂ ਕਰ ਲਿਆ ਮੋਨੀਟਰ ਡੋਗਰਾਫੀ ਕਾਰਡ ਕੀ ਕਰਨਾ GTA 6 ਤਾਂ ਵੈਸੇ ਹੀ ਚੱਲ ਜਾਣੀ ਆ ਭੈਣ ਦੀ ਚਿੱਕੀ $3,000 ਦਾ ਇੰਨੇ ਨੇ ਗੇਮਰ ਨੇ ਨਾ ਇੰਡੀਆ ਟੂਰ ਲਾ ਕੇ ਮੁੜ ਜਾਣਾ ਵਾ 15,000 ਦੀ ਕਹਿੰਦੇ ਗੇਮ GTA 5 ਵੀਸੀ ਗੋਰੀਆਂ ਮਗਵਾਲਾ ਤੇ ਕਿਹੜਾ ਕਹਿੰਦਾ ਸੀ ਮੈਂ ਕਹਿੰਦਾ ਸੀ ਮੈਨੂੰ ਲੱਗਦਾ ਨਹੀਂ ਮੈਨੂੰ ਸੁੱਖੀ ਦੀ ਆਵਾਜ਼ ਇਹ ਸੁੱਖੀ ਦਾ ਮੈਸੇਜ ਕਿਉਂ ਲੱਗਦਾ ਨਹੀਂ ਨਹੀਂ ਸਪੀਕਰ ਦਾ ਹੀ ਆ ਗੇਮਰ ਦਾ ਭੂਲਾ ਬੰਦਾ ਇਹਨੇ ਤਾਂ ਬਲੈਕ ਵੀ ਨਹੀਂ ਦੇਖਿਆ ਬੰਦੇ ਨੇ ਯਾਰ ਇਹ ਤਾਂ ਕੋਈ ਨਾ ਘੈਂਟ ਜੀ ਘੈਂਟ 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 ਕੋਈ ਚੀਜ਼ ਘੈਂਟ ਚੀਜ਼ ਯਾਰ ਜਿਹੜੀ ਬਸ ਨਾ ਚਾਹੇ ਉਹ 10 ਰੁਪਈਆਂ ਦੀ ਹੋਵੇ ਚਾਹੇ 10 ਦੀ ਹੋਵੇ ਓਏ ਉਹ ਮਹਿੰਗੀ ਬਾਲੀ ਸਾਲਿਆ ਇੱਥੇ ਨਾ ਸਾਰਾ ਸਟੋਰ ਦੇ ਘੱਟ ਘੈਂਟ ਚੀਜ਼ਾਂ ਮਿਲਦੀਆਂ ਆਨਲਾਈਨ ਬਾਲਾ ਕੁਝ ਮਿਲ ਜਾਂਦਾ ਜਿਹਦੇ ਭਾਵੇਂ ਜੋ ਸਟੋਰ ਤੇ ਬੈਸਟ ਬਾਈ ਜਾ ਬੜਾ ਵਾਲਮਟ ਜਾ ਕੁਝ ਵੀ ਨਹੀਂ ਪਿਆ ਹੈ ਇੱਕ ਮਿੰਟ ਗਾਈਸ ਭੈਣ ਦੇ ਯਾਰ ਦੀ ਹੋ ਤੇਰੇ ਕੋਲ ਕੀਬੋਰਡ ਮਾਊਸ ਪਿਆ ਬਸ ਉਹੀ ਚੱਕ ਲਈ ਯਾਰ ਆਪਣੇ ਗੱਲ ਕੋਈ ਯਾਰ ਮੇਰੇ ਵਾਸਤੇ ਲਿਆਂਦਾ ਪਿਆ ਸਟੀਅਰਿੰਗ ਵੀਲ ਲੈ ਲਾ ਯਾਰ ਓਏ ਉਹ ਕਿੱਥੋਂ ਲਿਆਊਗਾ ਵਿਚਾਰਾ ਸਟੀਅਰਿੰਗ ਓ ਯਾਰ ਥ੍ਰਸ ਮਾਸਟਰ ਦਾ ਲਿਆ ਜਿਹੜੇ ਆਏ ਆ ਜੇ ਗੇਅਰ ਦੇ ਲਾ ਕੇ ਬੈਠੇ ਹੁੰਦੇ ਭੈਣ ਚੋਦ ਜਿਹੜਾ ਲੌਜੀਟੈਕ ਦਾ ਤਾਂ ਇੱਥੋਂ ਭੈਣ ਚੋਦ 15,000 ਚ ਮਿਲ ਜਾਂਦਾ ਨਵਾਂ ਆਇਆ ਇਹਨਾਂ ਦਾ ਫਾਰਮਿੰਗ ਵਾਲਿਆਂ ਦਾ ਉਹ ਫਾਰਮਿੰਗ ਦਾ ਹੈੱਡਫੋਨ ਮੰਗਵਾਲਾ ਹੈੱਡਫੋਨ ਤਾਂ ਮੈਂ ਕਿਹਾ ਆ ਜੀ ਪ੍ਰੋ ਲਿਆ ਦੇ ਫਿਰ ਲੌਜੀਟੈਕ ਦੇ ਲੌਜੀਟੈਕ ਵਾਹ ਲੌਜੀਟੈਕ ਹੈੱਡਫੋਨਸ ਜਾਂ ਉਹ ਚਿੱਟੇ ਜਿਹੜੇ ਹੁੰਦੇ ਆ ਵਾਇਰਲੈਸ 7.7.3 ਪਰ ਵਾਇਰਲੈਸ ਖਰਾਬ ਹੋ ਜਾਂਦੇ ਆ ਹਨਾ ਸਪੀਕਰ ਵਾਇਰਲੈਸ ਖਰਾਬ ਹੋ ਜਾਂਦੇ ਆ ਜੀ ਪ੍ਰੋ ਕਿੱਥੇ ਆ ਭੈਣ ਚੋ $170 ਦੇ ਆ ਲਾਈਨ ਨਾਲੋਂ ਮਹਿੰਗੇ ਆ ਇਹ ਚਲੇ ਲਾਈਨ 200 ਦੀ ਸੀਗੀ ਐਂ ਕਰ 2-4 ਲਾਈਨਾਂ ਲਿਆ ਤੇ ਹੈੱਡਫੋਨ ਦਾ ਇੱਕ ਪਾਸਾ
ਲਾਈਨ ਤਾਂ ਜੀ ਮੈਨੂੰ ਘੈਂਟ ਲੱਗੀ ਲਾਈਨ ਤਾਂ ਮੈਂ ਯਾਰ ਲਾਈਨ ਹੀ ਲਿਆ ਦੀ ਯਾਰ ਹੈਡ ਹੁੱਡ ਫੋਨ ਇੱਥੋਂ ਲੈਣਾਗੇ ਤੇ ਪੈਂਕਰਾ 2500 ਦੇ ਆ ਜਾਣੇ ਲਾਈਨ 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 ਲਿਆ ਬਸ ਤੂੰ ਕਿੱਥੇ ਸੀਗਾ ਨੈਨੋ ਲੈ ਹਾਂ ਕਿੰਨੀਆਂ ਹੁੰਦੀਆਂ ਉਹਦੇ ਵਿੱਚ 15 ਹੁੰਦੀਆਂ 7-7 ਕਰ ਲਾਂਗੇ ਬਣ ਜਾਂਦੇ ਨਾ ਇਹਦੇ ਧੜਕਣ ਜੀ ਬਣਾ ਕੇ ਇੱਕ ਬੀਸੀ ਚਿੱਤੜਾਂ ਤੇ ਇਹ ਹੈ ਕਿ ਨਹੀਂ ਇਹਦਾ ਨੌ ਹੀ ਆ 200 ਡਾਲਰ ਚ ਫੜ ਜਾ ਕਿੱਧਰ ਗਿਆ ਕਨੇਡਾ ਵਾਲਾ ਹੀ ਖੋਲਿਆ ਵਾ ਆ ਰਹੀ ਮੇਨ ਕੈਟ 250 ਦੀ $250 ਚੱਲ ਤੂੰ 200 ਕਹਿੰਦਾ ਸੀ 15 ਲੈਣਾ 60 ਡਿਗਰੀ ਸਮਾਟਰ ਕੈਟ ਓਕੇ ਹਾਏ ਓਏ ਕਿੰਨੀ ਬੰਬ ਲੱਗਦੀ ਉਹ ਲੱਗੀ ਇੱਕ ਮਿੰਟ ਯਾਰ ਇਹ ਤਾਂ ਮੈਂ ਬੈਸਟ ਬਾਏ ਚੋਂ ਪੈਸੇ ਲੈਣੀ 10,000 ਦਿਖਾਉਣਗੀਆਂ ਮੈਂ ਆਪੇ ਕਿਤੋਂ ਪਾਸੋਂ ਹੀਲਾ ਕਰਕੇ ਦੇਣੇ ਇੰਡੀਆ ਚ ਚੀਜ਼ ਜਿਹੜੀ ਮਿਲਦੀ ਨੀ ਪਈ ਚਾਹੇ ਮੈਂ ਬਈ ਉਹੀ ਤਾਂ ਗੱਲ ਆ ਜੇ 10,000 ਦੀ ਚੀਜ਼ ਲਿਆ ਕੇ ਦਿੰਦਾ 10,000 ਕਮਾਉਂਦੇ ਕਿੰਨਾ ਖਰਚਾ ਆਉਣਾ ਸੀ 100 ਰੁਪਏ ਦੀ ਤੇਲ ਦੀ ਬੋਤਲੀ ਆਉਣੀ ਸੀ 10,000 ਬਣਾ ਲੈਣਾ ਹੱਥ ਨੂੰ ਐਡਾ ਬੀਜ਼ੀ ਬਣਾ ਲਿਆ ਹੁਣ ਤਾਂ ਟਾਈਮਿੰਗ ਸਪੈਂਕਰ ਨਾਲ ਕੀ ਮਿੱਤਾ ਇਹ ਗੱਲ ਉਹਨੇ ਤਾਂ ਸਪੈਂਕ ਕਰਕੇ ਮੈਨੂੰ ਮੋਨੀਟਰ ਆਰਮ ਦੇ ਗਿਆ ਉਹ ਆਪ ਉਹ ਜੇ ਮੇਰੇ ਵਰਗਾ ਵਿਚਾਰਾ ਐਵੇਂ ਥੋੜਾ ਇੰਨਾ ਹੀ ਲੱਗਦਾ ਸਹੀ ਹੈ ਸਹੀ ਹੈ ਸਭੀ ਰੱਖੋ ਕੰਮ ਮਿਲਦਾ ਨਹੀਂ ਹਰ ਜਾਂ ਇਹੋ ਜਿਹਾ ਕੰਮ ਮਿਲਦਾ ਨਹੀਂ ਇੱਥੇ ਮਿਹਨਤ ਮਿਹਨਤ ਦਾ ਮੁੱਲ ਭੈ ਜੀ ਨੈਨੋ ਲੀਫ ਦੀ ਸਟ੍ਰਿਪ ਵੀ ਆਉਂਦੀ ਆ ਕਿਆ ਬਾਤ ਹੈ ਨੈਨੋ ਲੀਫ ਅਲੈਕਸਾ ਕੰਟਰੋਲ ਹੈ ਬਈ ਬਾਹਰੋਂ ਕਦੇ ਵੀ ਆਹ ਨਾ ਮੰਗਾਓ ਅਲੈਕਸਾ ਅਲੁਕਸਾ ਇਦਾਂ ਦਾ ਕੁਛ ਨਾ ਮੰਗਾਓ ਉਹ ਇੱਧਰ ਆ ਕੇ ਕਨੈਕਟ ਹੀ ਨਹੀਂ ਹੁੰਦੇ ਇੱਧਰ ਆ ਕੇ ਫਰਕ ਹੁੰਦਾ ਇੰਨੀ ਸੋਹਣੀ ਗੁੱਲੂ ਦੀ ਹੋਈ ਨਹੀਂ ਅਲੈਕਸਾ ਕਨੈਕਟ ਬਹੁਤ ਟੱਕਰ ਮਿਹਨਤ ਕਿਸੇ ਦੀ ਤੇ ਮੁੱਲ ਹੈਪੀ ਦਾ ਚਲੋ ਜੀ ਨੈਣੋ ਲਿਫ ਫਾਈਨਲ ਆ ਫਿਰ ਅੱਧੀਆਂ ਅੱਧੀਆਂ ਕਰ ਲਾਂਗੇ ਯਾਰ ਪੈਨਲ ਵੀ ਘੈਂਟ ਆ ਪੈਨਲ ਸਸਤੇ ਆ ਨਾ ਯਾਰ ਜ਼ਿਆਦਾ ਘੈਂਟ ਕਿਹੜੇ ਲੱਗਣਗੇ ਪੈਨਲ ਘੈਂਟ ਲੱਗਣਗੇ ਕਿ ਪੈਨਲ ਵੀ 200 ਦੇ ਆ 9 ਪੈਨਲ ਗੂਬੀ ਦੀਆਂ ਕਿੰਨੀਆਂ ਘੈਂਟ ਆ ਉਹਦਾ ਮਹਿੰਗਾ ਹੀ ਬਹੁਤ ਰਿਕਾਰਡਮੈਂਟ ਆ ਵੀ ਘੈਂਟ ਆ ਯਾਰ ਆਹ ਚੀਜ਼ ਵੱਖਰੀ ਆ ਸਾਲੀ ਲਾਈਨ ਨਾਲੋਂ ਵੀ
ਤੁਸੀਂ ਚੁੱਪ ਕਰਕੇ ਨਾ ਪਤਾਸਾ ਲਾਈਟਾਂ ਜੀਆਂ ਲਾ ਲਾ ਉਹ ਲਾਈਆਂ ਮੈਂ ਬਾਈ ਲਾਈਆਂ ਟੇਬਲ ਥੱਲੇ ਮੇਰਾ ਵਲੌਗ ਨਹੀਂ ਵੇਖਿਆ ਸਸਤੀਆਂ ਪੈਣੀਆਂ ਤੈਨੂੰ ਹੁਣ ਸੌਖਾ ਰਹੇ ਨਹੀਂ ਸਾਨੂੰ ਤਾਂ ਆਹੀ ਦਿਖਾਉਣ ਦਾ ਰਮਾਨ ਆਪਦੀ ਲਾਈਵ ਤੇ ਅਸੀਂ ਨਹੀਂ ਦੇਖਦੇ ਉਹਦੇ ਓਏ ਮੈਂ ਪੈਨਲ ਕਿਹੜੇ ਆ ਨਾ ਤੂੰ ਨੈਣੋ ਲਈ ਪੈਨਲ ਤਕੋਨੇ ਜੇ ਹੁੰਦੇ ਆ ਜਿਹੜੇ ਉਹ ਟੇਟੇ ਜਿਹੇ ਬਣਾ ਵੀ ਆ ਤਕੋਨਾ ਜਾਂ ਹੁੰਦਾ ਇੱਕ ਇਹਦੇ ਵੀ ਲਿੰਕ ਜੋੜ ਜੋ ਲਿੰਕ ਸੈਂਡ ਕਰ ਇਹਦਾ ਲਿੰਕ 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 ਹਾਂਜੀ ਰਾਜਾ ਰਮਾਨ ਹੀ ਬੈਠਾ ਬਾਈ ਮੇਰੀਆਂ ਜੜਾਂ ਚ ਤੇਰੇ ਪੰਜ ਵਿਊ ਘੱਟ ਆਉਂਦੇ ਪਤਾ ਕਿਉਂ ਇਸ ਡਿਸਕਾਰਡ ਤੇ ਲਾਈਵ ਕਰਕੇ ਸਾਨੂੰ ਤੇਰਾ ਬਲੌਗ ਦਿਖਾਉਂਦਾ ਬਸ ਅਸੀਂ ਉੱਥੇ ਦੇਖ ਲੈਂਦੇ ਬਾਈ ਯਾਰ ਗਲਤ ਗੱਲ ਆ ਮੈਂ ਤਾਂ ਖਬਰਾੜ ਕੀ ਹੋ ਗਿਆ ਨੈਣੋ ਲਿਫ ਨੇ ਵਾਵਾ ਪ੍ਰੋਡਕਟ ਕੱਢਦੇ ਕਨਵਸ ਕੁਨਵਸ ਪਤਾ ਨਹੀਂ ਕੀ ਕੁਛ ਕੱਢਤਾ ਆ ਬਾਬਾ ਕਿਹਨਾਂ ਦੇ ਬਾਬਾ ਬੋਲੀ ਜਾਂਦਾ ਕਿ ਰੂਹ ਰੌਲਾ ਪਿਆ ਪਿਆ ਕੱਲ ਨੂੰ ਆਊ ਖੇਡਣ ਕਿ ਨਾ ਇਹ ਮੈਂ ਕੱਲ ਨੂੰ ਆਏਗਾ ਖੇਡਣ ਆ ਜਾਾਂਗੇ ਯਾਰ ਇੱਕ ਨੈਣੋ ਲਿਫ ਨਾ ਮਿੰਨੀ ਆਉਂਦੇ ਆ ਏਡੇ ਏਡੇ ਹੀ ਹੁੰਦੇ ਉਹ ਟ੍ਰਾਇੰਗਲ ਜੇ ਉਹ ਬਾਲੇ ਸੋਹਣੇ ਹੁੰਦੇ ਆ ਨੈਣੋ ਲਿਫ ਐਸੈਂਸ਼ੀਅਲਸ ਨੈਣੋ ਲਿਫ ਲਾਈਨਸ ਚੁੱਪ ਕਰਕੇ ਨਾ ਇੱਥੋਂ 5000 ਦਾ ਭੈਣ ਚ ਨਿਓਨ ਸਾਈਨ ਬਣਵਾ ਲਾਂਗੇ ਗੋਲੀ ਮਾਰ ਕੋਈ ਹੋਰ ਆਪੇ ਲਿਆਈ ਕੁਛ ਨਾ ਕੁਛ ਗੋਲੀ ਮਾਰ ਲੈਣਾ ਨੂੰ ਇੰਨੀਆਂ ਮਹਿੰਗੀਆਂ ਭੈਣ ਚੋਂ 20,000 ਦੀਆਂ ਹੈਪੀ ਲੋਡਿੰਗ ਬਹੁਤ ਕਰ ਰਹੀ ਆ ਨੈੱਟ ਮੇ ਵੀ ਨੈੱਟ 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 ਲੋਡਿੰਗ ਹੋਣੀ ਤਾਂ ਨਹੀਂ ਚਾਹੀਦੀ ਕੋਈ ਗੇਮ ਗੂਮ ਤਾਂ ਨਹੀਂ ਅਪਡੇਟ ਹੋਣ ਲੱਗ ਗਈ ਮੈਕੂ ਨਾ ਪੁੱਤ ਸਟ੍ਰੀਮ ਤਾਂ ਖੁੱਲ੍ਹਾ ਹੀ ਨਹੀਂ ਉਹ ਗੇਮ ਤਾਂ ਕੋਈ ਚੱਲਦੀ ਨਹੀਂ ਪਈ ਓਏ ਉਹ ਗੱਲ ਸੁਣ ਮੇਰੀ ਆ ਮਿੰਨੀ ਆਉਂਦੇ ਆ ਜਿਹੜੇ ਇਹ ਤਾਂ ਸਾਲੇ 100 ਦੇ ਹੀ ਆਉਂਦੇ ਆ ਇਹ ਕਿੰਨੇ ਪੈ ਹੈ ਕਿੰਨੇ 10 ਪੈਨਲ ਆ ਮਿੰਨੀ ਮਿੰਨੀ ਨਿੱਕੇ ਨਿੱਕੇ ਜੇ ਆ ਪੀਸੀ ਪੂਸੀ ਕੋਲੇ ਜਿਵੇਂ ਟੇਬਲ ਤੇ ਲੱਗੇ ਸੋਹਣੇ ਲੱਗਦੇ ਆ ਟੇਬਲ ਕੋਲੇ ਲਾਈਕ ਡੈਸਕ ਦੇ ਪਿੱਛੇ ਉਹ ਤੈਨੂੰ ਲਿੰਕ ਸੈਂਡ ਕਰਾਂ ਇੱਕ ਮਿੰਟ ਆ ਵੇ ਆ ਚੀਜ਼ ਆ ਟੀਵੀ ਮਗਰ ਲੱਗਦੇ ਮੈਨੂੰ ਤਾਂ ਵਾਵਾ ਲੱਗਦੇ ਆ ਬਾਕੀ ਦੇਖ ਲਾ 4-4 ਇੰਚ ਕਦੇ ਹੁੰਦੇ ਆ ਨੈਣੋ ਲਿਫ ਮਿੰਨੀ ਖੜ ਜਾ ਨੈਣੋ ਲੀ ਉਹ ਤੈਨੂੰ ਸੈਂਡ ਕੀਤੇ ਆ ਵੇਖ ਲਾ ਡਿਸਕਾਰਡ ਤੇ ਹਾਂ ਹਾਂ ਇਹ ਮਿੰਨੀ ਆ ਮੇਰੇ ਹਿਸਾਬ ਨਾਲ ਮਿੰਨੀ ਟ੍ਰਾਇੰਗਲਸ ਯੂ ਮਾਈਟ ਆਲਸੋ ਫੋਟੋ ਹੀ ਨਹੀਂ ਇਹਨਾਂ ਨੇ ਤਾਂ ਦਿਖਾਈ ਬਾਲੀ ਆਹ ਤਾਂ ਮੈਂ ਖੋਲ੍ਹੇ ਸੀ ਪੈਂਦੀ ਆ ਰਹੇ ਸਹੀ ਚੱਲਦੀ ਆ ਮੇਰੇ ਕੋਲ ਨੀਤਾਂ ਨਹੀਂ ਚੱਲਦੀ ਸਪਿੰਕਰ ਕੋਲੇ ਵੀ ਲੈ ਕੀਤੀ ਆ ਦੇਖ ਏਡੇਗਾ ਏਡੇ ਏਡੇ ਆ ਯਾਰ ਆਹ ਬਾਲੇ ਕਿਊਟ ਆ ਯਾਰ ਦੇਖ ਆ ਮੋਨੀਟਰ ਕੋਲੇ ਲੱਗੇ ਲੈ ਯਾਰ ਆਪਣੀਆਂ ਕੰਧਾਂ ਵੀ ਹੋਣ ਨਾ ਇਹਦੇ ਵਾਲੀਆਂ ਤੂੰ ਐ ਕਰ ਲੱਕੜ ਦੀਆਂ ਕੰਧਾਂ ਲਿਆ ਤੈਨੂੰ ਲਾਉਣੀਆਂ ਤਾਂ ਆਉਂਦੀਆਂ ਹੀ ਆ ਲੱਕੜ ਦੀਆਂ ਕੰਧਾਂ ਨਹੀਂ ਹੁੰਦੀਆਂ ਡਰਾਈਵਾਲ ਹੁੰਦੀ ਮੈਂ ਸੁਣਿਆ ਮੁੰਡਾ ਬੈਨ ਹੋ ਗਿਆ ਨਹੀਂ ਨਹੀਂ ਏਡੀ ਕੋਈ ਚੱਕਰ ਵਾਲੀ ਗੱਲ ਨਹੀਂ ਓਏ ਆ ਵੇਖੋ ਕਿੰਨਾ ਸੋਹਣਾ ਸੈਟਅਪ ਬਣਾਇਆ ਯਾਰ ਆਈਕੀਆ ਦਾ ਟੇਬਲ ਲਿਆ ਭੈਣ ਚੋਦ ਜਹਾਜ਼ ਤੇ ਜਿਵੇਂ ਮਰਜ਼ੀ ਲਿਆ ਆਪਣੇ ਪਤਾ ਨੀ ਆਈਕੀਆ ਨੂੰ ਕੀ ਮੰਨਦੇ ਇੱਥੇ ਸਾਰੇ ਗੋਰੇ ਆਈਕੀਆ ਨੂੰ ਕੁਛ ਨਹੀਂ ਮੰਨਦੇ ਕੀ ਭੈਣ ਆਟਾ ਮੈਕੂ ਮੈਂ ਐਵੇਂ ਫੜ ਕੇ ਖਾ ਲੈਣਾ ਸੀ ਤੇਰੇ ਤੋਂ ਗੋਰੀ ਆਈਕੀਆ ਨੂੰ ਕੁਛ ਨਹੀਂ ਮੰਨਦੇ ਗੇ ਆਈਕੀਆ ਦਾ ਇੱਕ ਹਿਸਾਬ ਦਾ ਦੂਜਾ ਚੀਪ ਜਿਹਾ ਬ੍ਰਾਂਡ ਹੈ ਇਹਨਾਂ ਵਾਸਤੇ 8 ਦੀ ਵਾਚਿੰਗ ਰਹਿ ਗਈ ਮੈਨੂੰ ਪਤਾ ਓਏ ਮੈਂ ਕਹਿੰਦਾ ਨਾ ਸਭ ਗੋਲੀ ਮਾਰ ਇਹ ਕੀ ਕਹਿੰਦੇ ਹੁੰਦੇ ਆ ਤੂੰ ਐਂ ਕਰ ਆਪਦਾ ਆਈਫੋਨ ਉਹ ਚ ਪਾ ਕੇ ਮੇਰਾ ਲੋਸਟ ਹੋ ਗਿਆ ਕੈਮਰਾ ਕਿੰਨੇ ਭੇਜੇ ਇੰਡੀਆ ਆਏ ਸਹੀ ਸੀ ਦੱਸੀ ਇੱਕ ਵੀ ਨਹੀਂ ਇੱਕ ਵੀ ਨਹੀਂ ਤੇ ਊਂ ਕਿੰਨੇ ਖਰੀਦ ਕੇ ਕਿੰਨੇ ਭੇਜਤੇ ਤਾਂ ਵੀ ਨਹੀਂ ਇੱਕ ਵੀ ਨਹੀਂ ਇੱਕ ਵੀ ਨਹੀਂ ਮੰਗਣ ਵਾਲੇ ਹੈ ਨਹੀਂ ਕਿ ਮਗਰ ਅੱਗੇ ਪਿੱਛੇ ਕੋਈ ਤਾਂ ਹੀ ਰੈਂਗਲਰ ਆ ਗਈ ਕੱਲਾ ਕਹਿ ਰਹਾ ਛੋਟਾ ਵੱਡਾ ਭਰਾ ਤਾਂ ਹੈ ਨਹੀਂ ਨਾ ਤੇਰੇ ਕੋਈ ਨਾ ਚਾਚੇ ਦਾ ਮੁੰਡਾ ਉਹਨੂੰ ਉਹ ਉਹਦੇ ਕੋਲ ਅੱਲਾ ਪਤਾ ਤਾ ਉਹਦਾ ਚੁੱਪ ਕਰਕੇ ਹੀ ਚਲਾਈ ਗਿਆ ਅੱਲਾ ਓਏ ਅੱਟ ਲੈ ਜਾ ਉਹਨਾਂ ਭੱਜ ਜਾ ਮੈਂ ਤਾਂ 12 ਮਿੰਨੀ ਆ ਮੇਰੇ ਕੋਲ ਇਹਦਾ
ਜਿਵੇਂ 2 ਸਾਲ ਹੋ ਗਏ ਦੀ ਇੱਕ ਕਿਸ਼ਤ $0 ਤੇ ਲਿਆ ਸੀਗਾ, ਯਾਨੀ ਕੁਝ ਵੀ ਨਹੀਂ ਜਾਂਦਾ, ਨੋ ਕੋਸਟ ਪੈਣਾ, ਇਕੱਲੇ ਉੱਤੇ ਪਲਾਨ ਦੇ ਪੈਸੇ ਹੀ ਜਾਂਦੇ ਇਹਦੇ। ਚੱਲ ਯਾਰ ਜੋ ਮਰਜ਼ੀ ਲਿਆਈ ਯਾਰ, ਹੈਡ ਹੁੱਡ ਫੋਨ ਲਿਆਈ ਯਾਰ, ਭੈਣ ਚ ਗੋਲੀ ਮਾਰ ਇਹਨਾਂ ਨੂੰ, ਇਹ ਕੱਲ ਨੂੰ ਲੈ ਕੇ ਥੱਲੇ ਡਿੱਗ ਜਾਣੇ ਆ, ਫਿਰ ਕੀ ਫਾਇਦਾ, ਇਹਦਾ ਜਗਾੜ ਅਸੀਂ ਕਰ ਹੀ ਲੈਣਾ ਕੋਈ ਨਾ ਕੋਈ, ਇਹਦਾ ਮੈਂ DIY ਬਣਾ ਲੂੰਗਾ, ਮਗਰ ਬਲਰ ਹੋ ਕੇ ਕਿਹੜਾ ਪਤਾ ਲੱਗਣਾ, ਠੀਕ ਹੈ, 3D ਪ੍ਰਿੰਟ ਪਾਈ ਨਾਲ ਜੇ ਲੈ ਕੇ ਨਾ ਉੱਚ ਲਿਟ ਲਾ ਦਾਂਗੇ। ਕਿੰਨੇ ਹੋ ਗਏ ਜੀ? ਗੇਮ ਬੰਦ ਕਰ ਦਿੱਤੀ ਤਾਂ ਹੋਈ ਡ੍ਰੌਪ, ਨਾ ਨਾ ਗੇਮ ਬੰਦ ਕਰਨ ਨਾਲ ਡ੍ਰੌਪ ਨਹੀਂ ਹੁੰਦੀ, ਸੀਰੀਅਸਲੀ ਦੱਸਣਾ। ਚਲੋ ਮਿੱਤਰੋ ਆ ਲਾਈਵ ਇੱਥੇ ਬੰਦ ਕਰਦੇ ਹਾਂ, ਹੁਣ 10 ਮਿੰਟ ਦਾ ਮੈਂ ਬ੍ਰੇਕ ਲੈਂਦਾ, ਮੇਕੂ ਨੂੰ ਖੇਡੋ ਤੇ ਫਿਰ ਇਹਨਾਂ ਨਾਲ ਨਾਲੇ ਗੱਲਾਂ ਬਾਤਾਂ ਮਾਰਲਾਂ, ਫਿਰ ਕਰਦੇ ਕੱਲ ਨੂੰ ਪ੍ਰੋਪਰ, ਠੀਕ ਹੈ, ਪ੍ਰੋਪਰ ਤਰੀਕੇ ਨਾਲ ਲਾਈਵ ਕਰਾਂਗੇ। ਓਕੇ ਜੀ, ਗੇਮ ਆ ਹਾਲੀ, ਠੀਕ ਹੈ, ਬਾਏ ਬਾਏ ਮਿੱਤਰੋ, ਲਵ ਯੂ।